ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਹੀ ਮਹਿਲਾ ਪੰਜਵਾਂ ਜਿਸ ਕੇ ਸਿਰ ਉਪਰ ਤੋ ਸਾਮੀ ਸੋ ਦੁਖ ਕੈ ਸਾਪਾ बोल न जाने माया मद माता मरना चीतना वे जिस के सिर ऊपर तू स्वामी ਸੋ ਦੁੱਖ ਕੈਸਾ ਪਾਵੇ ਗੁਰੂ ਪਿਆਰੀ ਸਾਧ ਸੰਗਤ ਜੀਓ ਰadha aasam eh baani saheb shri guru arjan dev ji maharaj panjvi paushadi baani hai aapni is sare shabad de vich ਇੱਕ ਹੀ ਚੀਜ਼ ਦੇ ਉੱਤੇ ਜਿਹੜਾ ਹੈ ਉਹ ਯੋਰ ਦਿੰਦਾ ਹੈ ਸਿਰਫ ਤੇ ਸਿਰਫ ਭਰੋਸੇ ਦੇ ਉੱਤੇ ਗੱਲ ਪਰਮਾਰਥ ਦੀ ਉਸੇ ਦੀ ਬਣਦੀ ਹੈ ਜਿਹੜਾ ਜੀਵ ਆਪਣੇ ਸਤਿਗੁਰ ਦੇ ਉੱਤੇ ਭਰੋਸਾ ਕਰਦਾ ਹੈ ਬਾਬਾ ਜੀ ਮਹਾਰਾਜ ਨੇ ਵੀ ਆਪਣੀ ਬਾਣੀ ਦੇ ਵਿੱਚ ਬੜਾ ਖੋਲ ਕੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਤੇ ਫਰਮਾਉਂਦੇ ਹਨ ਕਹਿੰਦੇ ਗੱਲ ਭਰੋਸੇ ਦੀ ਹੈ ਸਾਰੀ ਅੰਧ ਵੀ ਸ਼ਵਾਸ਼ ਨੇ ਦੁਨੀਆ ਮਾਰੀ ਬਿਨ ਨਾਮ ਨਾ ਵੇੜਾ ਪਾਰ ਕਿਸੇ ਨੇ ਕੀ ਦੇਣਾ ਮੇਰਾ ਸਤਗੁਰ ਦੇਵਨ ਹਾਰ ਕਿਸੇ ਨੇ ਕੀ ਦੇਣਾ ਤੇ ਭਰੋਸੇ ਤੋਂ ਬਗੈਰ ਇੱਕ ਕਦਮ ਪੁੱਟਣਾ ਜਿਹੜਾ ਹੈ ਉਪਰਮਾਰਥ ਦੇ ਵਿੱਚ ਬੜਾ ਪਠਣ ਹੈ ਤੇ ਭਰੋਸਾ ਕਿਸ ਤਰ੍ਹਾਂ ਪੈਦਾ ਹੈ ਭਰੋਸਾ ਪੈਦਾ ਹੈ ਪ੍ਰੇਮ ਦੇ ਨਾਲ ਆਪ ਆਪਸ ਅਕਸਰ ਹੀ ਬਹੁਤ ਸਾਰੇ ਭੈਣ ਭਾਈ ਇਸ ਚੀਜ਼ ਦੀ ਜਿਹੜੀ ਹੈ ਉਹ ਗੱਲ ਕਰਦੇ ਹਨ ਕਿ ਬਾਬਾ ਜੀ ਪਿਆਰ ਨਹੀਂ ਬਣਦਾ ਮੇਰੇ ਅੰਦਰ ਪਿਆਰ ਪੈਦਾ ਹੀ ਨਹੀਂ ਹੁੰਦਾ ਦੇਖੋ ਜਿੰਨਾ ਚਿਰ ਆਪਾਂ ਜਿਹੋ ਜੀ ਚੀਜ਼ ਚਾਹੀਦੀ ਹੈ ਉਹ ਜੇ ਮਨ ਦੇ ਵਿੱਚ ਪਰੇਜ ਨਹੀਂ ਰੱਖਦੇ ਤਾ ਸਾਡੇ ਅੰਦਰ ਸਾਡੇ ਸਤਿਗੁਰੂ ਦੀ ਦਇਆ ਜਿਹੜੀ ਹੈ ਉਹ ਬਹੁਤ ਕਠਨ ਹੈ। ਇਹ ਗੱਲਾਂ ਦਾ ਮਜਬੂਰ ਨਹੀਂ ਕਰਨੀ ਦਾ ਮਾਰਗ ਹੈ। ਜਿਨ ਪ੍ਰੇਮ ਕੀਤਾ ਤਿਨ ਹੀ ਪ੍ਰਭ ਪਾਇਆ। ਇਸ ਸਾਰੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਆਪਣੇ ਸਤਿਗੁਰ ਦੇ ਤੇ ਇੰਨਾ ਕੁ ਜ਼ਿਆਦਾ ਭਰੋਸਾ ਕਰਦੇ ਹਨ ਕਿ ਉਹ ਭਰੋਸਾ ਜਿਹੜਾ ਹੈ ਇੱਕ ਜ਼ਿੰਦਗੀ ਦਾਤੇ ਲਾਉਣ ਵਾਲੀ ਗੱਲ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪਾਂ ਨੂੰ ਸਾਰਿਆਂ ਨੂੰ ਇਤਿਹਾਸ ਜਿਹੜਾ ਹੈ ਕੋਈ ਯਾਦ ਹੈ ਗੁਰੂ ਸਾਹਿਬ ਦਾ ਘਰ ਦੇ ਵਿੱਚੋਂ ਹੀ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਵੱਡੇ ਬਾਬਾ ਜੀ ਮਹਾਰਾਜ ਅਕਸਰ ਹੀ ਇਸ ਚੀਜ਼ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਹੁੰਦੇ ਸਨ ਬਈ ਦੁਨੀਆ ਵਿਰੋਧ ਬੜਾ ਕਰਦੀ ਹੈ ਇੰਨਾ ਬਾਬਾ ਜੀ ਮਹਾਰਾਜ ਨੇ ਬਾਬਾ ਜੀ ਦੇ ਅੱਗੇ ਸਵਾਲ ਕੀਤਾ ਕਿ ਬਾਬਾ ਜੀ ਵਿਰੋਧ ਬੜਾ ਕਰਦੇ ਹਨ ਜੇ ਸੇਵਾ ਵੀ ਕਰਵਾਈ ਦੀ ਹੈ ਤੇ ਸੇਵਾ ਦੇ ਵਿੱਚ ਜਿਹੜਾ ਹੈ ਵਿਰੋਧ ਬੋਧ ਹੈ ਬਾਬਾ ਜੀ ਮਹਾਰਾਜ ਨੇ ਇੱਕ ਹੀ ਸਵਾਲ ਦਾ ਇਸ ਸਵਾਲ ਦਾ ਜਵਾਬ ਇੱਕ ਲਫ਼ਜ਼ ਦੇ ਵਿੱਚ ਦੇ ਕੇ ਗੱਲ ਖਤਮ ਕਰ ਦਿੱਤੀ ਕਹਿੰਦੇ ਬੇਟਾ ਮਨ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਤੇ ਪ੍ਰੇਮ ਦੇ ਵਿੱਚ ਲੋਕ ਗਾਲਾਂ ਵੀ ਕੱਢਦੇ ਆ ਤੇ ਬਾਕੀ ਜੋ ਕਿਸੇ ਦੇ ਪੱਲੇ ਹੁੰਦਾ ਹੈ ਉਹ ਕੱਢ ਕੇ ਤੇਰੇ ਅੱਗੇ ਰੱਖਣਗੇ ਆਪਣੇ ਕਾਰਜ ਦੇ ਉੱਤੇ ਆਪਣੇ ਕੰਮ ਦੇ ਉੱਤੇ ਫੋਕਸ ਰੱਖ ਕੋਈ ਕੀ ਕਹਿੰਦਾ ਹੈ ਕੀ ਨਹੀਂ ਕਹਿੰਦਾ ਇਸ ਚੀਜ਼ ਦੇ ਉੱਤੇ ਆਰਗੂ ਨਾ ਕਰ ਔਰ ਇਹੀ ਚੀਜ਼ ਜਿੰਨਾ ਬਾਬਾ ਜੀ ਮਹਾਰਾਜ ਕਹਿੰਦੇ ਹੁੰਦੇ ਸਨ ਕਿ ਜਿੰਨਾ ਕਿਸੇ ਵਿਅਕਤੀ ਦਾ ਵਿਰੋਧ ਹੁੰਦਾ ਹੈ ਵਿਰੋਧ ਕਿਸੇ ਦੀ ਵਡਿਆਈ ਨੂੰ ਟੱਕਣ ਦੀ ਕੋਸ਼ਿਸ਼ ਕਰਦਾ ਹੈ ਵਿਰੋਧ ਜਿਹੜਾ ਹੈ ਉਹ ਕਿਸੇ ਦੀ ਵਡਿਆਈ ਨੂੰ ਟੱਕਣ ਦੀ ਕੋਸ਼ਿਸ਼ ਕਰਦਾ ਹੈ ਇਹ ਲੋਕਾਂ ਦਾ ਅਕਸਰ ਖਿਆਲ ਹੈ ਪਰ ਇਹ ਚੀਜ਼ ਜਿਹੜੀ ਹੈ ਅਕਸਰ ਇੱਕ ਕਹਾਵਤ ਹੈ ਚੜਦੇ ਸੂਰਜ ਨੇ ਚੜ ਕੇ ਰਹਿਣਾ ਭਾਵੇਂ ਲੱਖਾਂ ਕਰੇ ਵਿਰੋਧ ਸਾਈਆਂ ਇਹਦੇ ਜਿੰਨਾ ਮਰਜੀ ਕੋਈ ਸੂਰਜ ਦਾ ਵਿਰੋਧ ਕਰ ਲਵੇ ਸੂਰਜ ਚੜਨ ਤੋਂ ਕਿਤੇ ਟਲਦਾ ਹੈ ਸੂਰਜ ਨੇ ਆਪਣੀ ਦਿੱਤੀ ਜਿਹੜੀ ਹੈ ਡਿਊਟੀ ਸਮੇਂ ਦੇ ਉੱਤੇ ਨਿਭਾ ਦੇਣੀ ਹੈ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਬੁਰੀ ਲੱਗੇ ਇਸ ਚੀਜ਼ ਦਾ ਇਸ਼ੂ ਨਹੀਂ ਹੈ ਕਿਉਂਕਿ ਉਹ ਵੀ ਆਪਣੀ ਬਣਦੀ ਡਿਊਟੀ ਜੋ ਉਸ ਖੁੱਲ ਦਾਤੇ ਨੇ ਡਿਊਟੀ ਦਿੱਤੀ ਹੈ ਉਹ ਆਪਣੀ ਡਿਊਟੀ ਕਰਦਾ ਹੈ ਨਾ ਉਹ ਕਿਸੇ ਨੂੰ ਤੰਗ ਕਰਦਾ ਹੈ ਨਾ ਹੀ ਉਹ ਕਿਸੇ ਦੇ ਨਾਲ ਪ੍ਰੇਮ ਜਤਲਾਉਂਦਾ ਹੈ ਕਿ ਮੈਂ ਇਹਨਾਂ ਦੇ ਪ੍ਰੇਮ ਦੇ ਵਿੱਚ ਵੱਜ ਜਾਵਾਂ ਇਹਨਾਂ ਦੇ ਵਿਰੋਧ ਦੇ ਵਿੱਚ ਵੱਜ ਜਾਵਾਂ ਸੋਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਹੈ ਆਪ ਦੇ ਸਤਿਗੁਰ ਨੇ ਜਦੋਂ ਆਪ ਨੂੰ ਗੁਰਗਤੀ ਬਖਸ਼ਣੀ ਸੀ ਕੁਝ ਦਿਨ ਪਹਿਲਾਂ ਹੀ ਗੁਰੂ ਸਾਹਿਬ ਨੇ ਆਪ ਨੂੰ ਤਕੀਦ ਕੀਤੀ ਹਦਾਇਤ ਕੀਤੀ ਹੁਕਮ ਲਾਇਆ ਕਿ ਬੇਟਾ ਤੂੰ ਆਪਣੇ ਭਾਈ ਪਿਰਥੀ ਚੰਦ ਬਾਰੇ ਜਾਣਦਾ ਹੈ ਤੂੰ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੁਝ ਵੀ ਜਿਹੜਾ ਹੈ ਉਹ ਨਹੀਂ ਕਹਿਣਾ ਲੱਖਾਂ ਤੇਰਾ ਉਹ ਵਿਰੋਧ ਕਰ ਲਵੇ ਪਰਿਵਾਰ ਦੇ ਮੈਂਬਰ ਪਰ ਤੂੰ ਕਦੀ ਕਿਸੇ ਦੇ ਬਾਰੇ ਉਂਗਲ ਨਹੀਂ ਚੱਕਣੀ ਨਾ ਕਿਸੇ ਨੂੰ ਬੁਰਾ ਭਲਾ ਕਹਿਣਾ ਹੈ ਸਾਹਿਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਸੇ ਨੂੰ ਬੁਰਾ ਲਫ਼ਜ਼ ਜਿਹੜਾ ਹੈ ਉਹ ਨਹੀਂ ਕਿਹਾ ਬਾਬਾ ਪ੍ਰithvi ਚੰਦ ਦਾ ਜਦੋਂ ਗੁਰੂ ਸਾਹਿਬ ਗੁਰਗੱਦੀ ਦੇ ਉੱਤੇ ਬਰਾਜਮਾਨ ਹੋਏ ਬਰਾਜਮਾਨ ਹੋਏ ਤੇ ਬਾਬਾ ਪਿਰਥੀ ਚੰਦ ਦਾ ਵਿਰੋਧ ਗੁਰੂ ਰਾਮਦਾਸ ਵੇਲੇ ਤੇ ਹੈ ਹੀ ਹੈ ਸੀ ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੇ ਉੱਤੇ ਖੁੱਲ ਕੇ ਬਾਹਰ ਆ ਗਿਆ ਫੇਸ ਟੂ ਫੇਸ ਜਿਹੜਾ ਹੈ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿੱਥੇ ਵੀ ਗੁਰੂ ਸਾਹਿਬ ਨੇ ਸਮਾਗਮ ਚ ਜਾਣਾ ਉਹਨੇ ਕੁਝ ਸਾਖ ਸਬੰਧੀਆਂ ਨੂੰ ਲੈ ਕੇ ਉਹਨਾਂ ਦੀ ਸਪੋਰਟ ਲੈ ਕੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣਾ ਗੁਰੂ ਸਾਹਿਬ ਨੇ ਅਕਸਰ ਹੀ ਜਿਹੜਾ ਹੈ ਅਣ ਦੇਖਿਆ ਕਰ ਦੇਣਾ ਇਸ ਚੀਜ਼ ਦਾ ਸਿਸਟਮ ਜਿਹੜਾ ਹੈ ਵਿਰੋਧ ਦਾ ਬਾਬਾ ਬੁੱਢਾ ਜੀ ਭਾਈ ਸਾਲੋ ਜੀ ਤੇ ਭਾਈ ਗੁਰਦਾਸ ਜੀ ਇਹ ਗੁਰੂ ਸਾਹਿਬਾਂ ਦੇ ਬਹੁਤ ਅਨਨ ਭਗਤ ਸਨ ਬਹੁਤ ਹੀ ਪ੍ਰੇਮੀ ਕੁਛ ਗੋਟੀ ਦੇ ਪ੍ਰੇਮੀ ਸਨ ਜੋ ਉਸ ਵੇਲੇ ਪ੍ਰਬੰਧ ਦੇ ਵਿੱਚ ਜਿਹੜਾ ਹੈ ਉਹ ਮੁਖੀ ਵੀ ਗਿਨੇ ਜਾਂਦੇ ਸਨ ਇਹਨਾਂ ਤਿੰਨਾਂ ਨਹੀਂ ਗੁਰੂ ਸਾਹਿਬ ਦਾ ਵਿਰੋਧ ਜਿਹੜਾ ਹੈ ਉਹ ਜਦੋਂ ਵੇਖਿਆ ਤਾਂ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰੋ ਇਹ ਵਿਰੋਧ ਅਸੀਂ ਆਪੇ ਹੀ ਟੱਕ ਲਵਾਂਗੇ ਆਪੇ ਹੀ ਇਸ ਦੇ ਨਾਲ ਨਿਬੜ ਲਵਾਂਗੇ ਪਰ ਸਾਨੂੰ ਤੁਸੀਂ ਹੁਕਮ ਦੋ ਗੁਰੂ ਸਾਹਿਬ ਨੇ ਜਿਹੜਾ ਹੈ ਇਸ ਚੀਜ਼ ਦੇ ਉੱਤੇ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ ਕਿ ਤੁਸੀਂ ਕਿਸੇ ਨੇ ਵੀ ਜਿਹੜਾ ਹੈ ਮੇਰੇ ਪਰਿਵਾਰ ਦੇ ਮੈਂਬਰ ਨੂੰ ਉਹ ਇਹ ਵੀ ਜਿਹੜਾ ਹੈ ਉਹ ਨਹੀਂ ਕਹਿਣੀ ਭਾਵੇਂ ਕਿੰਨਾ ਜਿਹੜਾ ਹੈ ਉਹ ਕੋਈ ਮੋਰਾ ਵਿਰੋਧ ਕਰ ਲਵੇ ਇੰਨੀ ਗੱਲ ਕਹਿ ਕੇ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ ਬਾਬਾ ਪਿਰਥੀ ਚੰਦ ਦੀ ਸੋਚ ਦੇ ਵਿੱਚ ਹੋਰ ਬਦਲਾਅ ਆਇਆ ਬਾਬਾ ਪ੍ਰਿਥੀ ਚੰਦ ਨੇ ਸੋਚਿਆ ਕਿ ਮੈਂ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਸਾਰੀਆਂ ਦੀਆਂ ਸਾਰੀਆਂ નિਸਫਲ ਗਈਆਂ ਪਰ ਹੁਣ ਆਖਰੀ ਦਾ ਜਿਹੜਾ ਹੈ ਉਹ ਖੇਡ ਕੇ ਵੇਖਿਆ ਜਾਵੇ ਇੱਕ ਨਵਾਬ ਸਰਾਹੀ ਖਾਨ ਸੁਲਹੀ ਖਾਨ ਸੁਲਹੀ ਖਾਨ ਇਧਰ ਪਾਕਿਸਤਾਨ ਸਾਈਡ ਤੋਂ ਮੁਸਲਮਾਨ ਅਕਬਰ ਬਾਦਸ਼ਾਹ ਦੇ ਟਾਈਮ ਦੇ ਵਿੱਚ ਵਜ਼ੀਰ ਹੋਇਆ ਹੈ ਬੜਾ ਤਗੜਾ ਤੇ ਕੰਨਾਂ ਦਾ ਕੱਚਾ ਜਿੰਨਾ ਚਿਰ ਕਿਸੇ ਚੀਜ਼ ਨੂੰ ਵੇਖਿਆ ਨਾ ਜਾਵੇ ਕਿਸੇ ਨੂੰ ਡੰਡ ਨਹੀਂ ਦੇਣਾ ਚਾਹੀਦਾ ਪਰ ਇਹ ਉਸ ਦੀ ਨੇਚਰ ਸੀ ਬਿਨਾ ਸੋਚੇ ਸਮਝੇ ਜਿਹੜਾ ਹੈ ਕਿਸੇ ਦੇ ਉੱਤੇ ਤਾਵਾ ਬੋਲ ਦੇਣਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਬਾ ਪਿਰਥੀ ਚੰਦ ਨੇ ਉਹਨਾਂ ਦੇ ਅੱਗੇ ਵਿਰੋਧ ਗਾਇਆ ਉਹਨਾਂ ਨੂੰ ਪਟਕਾਉਣ ਦੀ ਕੋਸ਼ਿਸ਼ ਕੀਤੀ ਕਿਸ ਸਲੁਹੀ ਖਾਂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਸਲਮਾਨਾਂ ਦੇ ਪ੍ਰਤੀ ਜਿਹੜਾ ਹੈ ਬਹੁਤ ਵਿਰੋਧ ਭਰੇ ਜਿਹੜੇ ਹਨ ਉਹ ਸਤਸੰਗ ਕਰਦੇ ਹਨ ਇਨ੍ਹਾਂ ਗੱਲਾਂ ਦੇ ਵਿੱਚ ਸਲਾਹੀ ਖਾਨ ਜਿਹੜਾ ਹੈ ਉਹ ਪਟਕ ਗਿਆ ਜਦੋਂ ਪਟਕਿਆ ਬਾਬੇ ਪਿਰਥੀ ਚੰਦ ਦੇ ਨਾਲ ਉਸਨੇ ਜਿਹੜਾ ਹੈ ਇੱਕ ਕਮਿਟਮੈਂਟ ਕਰ ਲਈ ਕਮਿਟਮੈਂਟ ਕਰ ਲਈ ਕਿ ਮੈਂ ਫਲਾਨੀ ਦਿਨ ਅੰਮ੍ਰਿਤਸਰ ਆਉਂਗਾ ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ਤੇ ਉਹਨਾਂ ਦੇ ਮਨ ਦੀ ਇੱਛਾ ਜੋ ਮਨ ਦੀ ਸੋਚ ਸੀ ਕਿ ਗੁਰੂ ਸਾਹਿਬ ਨੂੰ ਨੁਕਸਾਨਿਆ ਜਾਵੇ ਗੁਰੂ ਸਾਹਿਬ ਦੇ ਉੱਤੇ ਅਟੈਕ ਕੀਤਾ ਜਾਵੇ ਪਰ ਜਿਸ ਤਰ੍ਹਾਂ ਬਾਣੀ ਦੇ ਵਿੱਚ ਆਉਂਦਾ ਜਿਸ ਦਾ ਸਾਹਿਬ ਡਾਡਾ ਹੋਏ ਉਸ ਕੋ ਮਾਰ ਸਕੇ ਨਾ ਕੋਈ ਉਹਨਾਂ ਦਾ ਗੁਰੂ ਉਹਨਾਂ ਦਾ ਸਤਿਗੁਰ ਜਿਹੜਾ ਹੈ ਉਹ ਬਹੁਤ ਡਾਡਾ ਸੀ ਖੁਦ ਵੀ ਉਹ ਪਰਮਾਤਮਾ ਦਾ ਰੂਪ ਸਨ ਔਰ ਹਰ ਥਾਂ ਦੇ ਉੱਤੇ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਸਿਰ ਦੇ ਉੱਤੇ ਹੱਥ ਧਰਦੇ ਸਨ ਜਦ ਕਿ ਉਹ ਖੁਦ ਵੀ ਪਰਫੈਕਟ ਸਨ ਸਪੋਰਟ ਦੀ ਲੋੜ ਨਹੀਂ ਸੀ ਪਰਫੈਕਟ ਸਨ ਪਰਫੈਕਟ ਨੂੰ ਜਿਹੜਾ ਹੈ ਉਹ ਲੋੜ ਨਹੀਂ ਪੈਂਦੀ ਜਦੋਂ ਉਹਦੇ ਨਾਲ ਕਮਿਟਮੈਂਟ ਹੋਈ ਦਿਨ ਨਿਸ਼ਚਿਤ ਕਰ ਲਿਆ ਸਲਾਹੀ ਖਾਨ ਜਿਹੜਾ ਹੈ ਦਿੱਤੇ ਟਾਈਮ ਦੇ ਮੁਤਾਬਕ 에어ਪੋਰਟ ਦੇ ਲਾਗੇ ਪਿੰਡ ਹੈ ਉੱਥੇ ਆ ਗਿਆ ਉੱਥੇ ਬਾਬਾ ਪਿਰਥੀ ਚੰਦ ਦੇ ਨਾਂ ਦੇ ਉੱਤੇ ਬਹੁਤ ਸਾਰੀ ਪ੍ਰਾਪਰਟੀ ਸੀ ਇਤਿਹਾਸ ਇਹ ਕਹਿੰਦਾ ਹੈ ਕਿ ਜੇ ਬਾਬਾ ਪਿਰਥੀ ਚੰਦ ਨਾਮ ਹੀ ਗੁਰਗੱਦੀ ਲੈਂਦਾ ਉਹਦੇ ਕੋਲ ਇੰਨੀ ਕੁ ਜ਼ਿਆਦੀ ਪ੍ਰਾਪਰਟੀ ਸੀ ਕਿ ਉਹ ਬੜੇ ਆਰਾਮ ਦੇ ਨਾਲ ਬਾਦਸ਼ਾਹ ਜਿੰਦਗੀ ਜਿਹੜੀ ਹੈ ਉਹ ਉਪੋਗ ਸਕਦਾ ਸੀ ਪਰ ਕਹਿੰਦੇ ਹਨ ਮਨ ਦੀ ਭੁੱਖ ਜਿਹੜੀ ਹੈ ਇਨਸਾਨ ਨੂੰ ਨੀਚੇ ਘਰਾ ਦਿੰਦੀ ਹੈ ਉਹਨੇ ਸਮਾਂ ਤੈਅ ਕਰ ਲਿਆ ਬਾਬਾ ਪਿਰਥੀ ਚੰਦ ਨਾਲ ਇਸ ਚੀਜ਼ ਦੀ ਪਿੰਕ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਾਧ ਸੰਗਤ ਨੂੰ ਪਤਾ ਲੱਗਾ ਕਿ ਸਲਾਹੀ ਖਾਨ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਨੁਕਸਾਨ ਕਰਨ ਵਾਸਤੇ ਆ ਰਿਹਾ ਹੈ ਉਸ ਨੁਕਸਾਨ ਦੇ ਨੂੰ ਜਿਹੜਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਕਿਆ ਜਾਵੇ ਗੁਰੂ ਸਾਹਿਬ ਸੰਗਤ ਦੇ ਵਿੱਚ ਬੈਠੇ ਹਨ ਸਾਧ ਸੰਗ ਸਮਾਪਤ ਕਰਕੇ ਹਟੇ ਦੇ ਗੁਰੂ ਸਾਹਿਬ ਦੇ ਅੱਗੇ ਸੰਗਤ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਆਪ ਜੀ ਨੂੰ ਸਲਾਹੀ ਖਾਨ ਬਾਰੇ ਪਤਾ ਹੈ ਉਹ ਆਪ ਉਹ ਆਪ ਨੂੰ ਮਾਰਨ ਵਾਸਤੇ ਜਿਹੜਾ ਹੈ ਕਰੋ ਇਹ ਕਰਕੇ ਆਇਆ ਹੈ ਤੇ ਆਪਾਂ ਇਸ ਤਰ੍ਹਾਂ ਕਰੀਏ ਕਿ ਪੰਜ ਸੱਤ ਪਤਵੰਤੇ ਜਿਹੜੇ ਹਨ ਆਪ ਦਾ ਸਪਸ਼ਟੀਕਰਨ ਦੇ ਕੇ ਆਉਣ ਉੱਥੇ ਸੁਲਾਹੀ ਖਾਨ ਨੂੰ ਵੀ ਆਪ ਤੁਸੀਂ ਗੁਰੂ ਸਾਹਿਬ ਨੂੰ ਕਿਉਂ ਮਾਰਨਾ ਚਾਹੁੰਦੇ ਜਿੱਦਕਿ ਉਹਨਾਂ ਨੇ ਕਦੀ ਆਪ ਦਾ ਕਦੀ ਵੀ ਵਿਰੋਧ ਜਿਹੜਾ ਹੈ ਉਹ ਨਹੀਂ ਕੀਤਾ ਇੰਨੀ ਗੱਲ ਕੀਤੀ ਤੇ ਗੁਰੂ ਸਾਹਿਬ ਆਪਣੇ ਸਤਗੁਰ ਦਾ ਧਿਆਨ ਧਰਿਆ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਅਸਾਂ ਕਿਸੇ ਨੂੰ ਸਪਸ਼ਟੀ ਕਰਨੀ ਦੇਣਾ ਜਿਸ ਮਾਲਕ ਨੇ ਸਾਨੂੰ ਇਸ ਤਖਤ ਤੇ ਬਿਠਾਇਆ ਹੈ ਇਹ ਉਹਦੀ ਮौज ਹੈ ਉਹ ਸਾਨੂੰ ਇਸ ਤਖਤ ਤੇ ਬਠ ਬਿਠਿਆ ਵੇਖਣਾ ਚਾਹੁੰਦਾ ਹੈ ਜਾਂ ਸਾਨੂੰ ਇਸ ਤਖਤ ਤੋਂ ਲਾਉਣਾ ਚਾਹੁੰਦਾ ਹੈ ਕਿਉਂਕਿ ਇਹ ਉਹਦੇ ਹੱਥ ਦੇ ਵਿੱਚ ਹੈ ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਆਉਂਦਾ ਹੈ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸਦੇ ਇੰ데 ਸਾਹਿਬ ਦੇ ਹੱਥ ਦੇ ਵਿੱਚ ਵਡਿਆਈ ਹੈ ਬੰਦਾ ਇਨਸਾਨ ਸਾਰੀ ਦੁਨੀਆ ਵੀ ਜਿਹੜੀ ਹੈ ਕਿਉਂ ਨਾ ਵਿਰੋਧ ਕਰਨੇ ਬੈਠ ਚਾਰੇ ਕਹਿੰਦੇ ਜੇ ਉਹਦਾ ਸਤਗੁਰੂ ਉਹਦੇ ਪਿੱਛੇ ਹੈ ਉਹਦੇ ਸਤਗੁਰੂ ਦਾ ਉੱਤੇ ਹੱਥ ਹੈ ਤੇ ਕਹਿੰਦੇ ਕੌਣ ਕਿਸੇ ਦਾ ਬਾਲ ਵਿੰਗਾ ਕਰ ਸਕਦਾ ਹੈ ਇਹ ਚੀਜ਼ ਗੁਰੂ ਸਾਹਿਬ ਨੇ ਆਪ ਨੂੰ ਸੰਗਤ ਨੂੰ ਜਵਾਬ ਦੇ ਦਿੱਤਾ ਫੇਰ ਪਤਵੰਤਿਆਂ ਨੇ ਹੁਣ ਜਿਨ੍ਹਾਂ ਨੂੰ ਪਿਆਰ ਹੁੰਦਾ ਆਪਣੇ ਸਤਗੁਰ ਦੇ ਨਾਲ ਉਹਨਾਂ ਦੇ ਮਨ ਨੂੰ ਤਰਾਸ ਨਹੀਂ ਆਉਂਦੇ ਉਹਨਾਂ ਵੇਖਿਆ ਕਿ ਗੁਰੂ ਸਾਹਿਬ ਆਪਣੇ ਭਰੋਸੇ ਦੇ ਉੱਤੇ ਖੜੇ ਹਨ ਪਰ ਸਾਨੂੰ ਡਰ ਹੈ ਕਿਤੇ ਨਾ ਕਿਤੇ ਗੁਰੂ ਸਾਹਿਬ ਦਾ ਨੁਕਸਾਨ ਨਾ ਕਰ ਦੇਵੇ ਕਿਉਂਕਿ ਉਹ ਬਾਬਾ ਪਿਰਥੀ ਚੰਦ ਬਾਰੇ ਬਹੁਤ ਚੰਗੀ ਤਰ੍ਹਾਂ ਜਾਣੂ ਸਨ ਵੀ ਇਹ ਕਿਸੇ ਵੀ ਹਰਕਤ ਤੱਕ ਜਿਹੜਾ ਹੈ गिर ਸਕਦਾ ਹੈ ਜਦੋਂ ਇਨਸਾਨ ਦੀ ਗਿਰਨ ਦੀ ਹੱਦ ਖਤਮ ਹੋ ਜਾਵੇ ਉਹਦੇ ਤੋਂ ਕੋਈ ਵੀ ਚੀਜ਼ ਦੀ ਉਮੀਦ ਕਰਨੀ ਜਿਹੜੀ ਹੈ ਉਹ ਬੇਵਕੂਫੀ ਹੈ ਲੇਕਿਨ ਗੁਰੂ ਸਾਹਿਬ ਆਪਣੇ ਸਤਗੁਰ ਤੇ ਭਰੋਸਾ ਰੱਖੀ ਬੈਠੇ ਹਨ ਉਸ ਤੋਂ ਬਾਅਦ ਸੰਗਤ ਨੇ ਇਹ ਤਵੀਜ਼ ਰੱਖੀ ਇਹ ਸੱਜੇ ਪਾਸ਼ਾ ਜੇ ਆਪਨੇ ਪਤਵੰਤੇ ਨਹੀਂ ਭੇਜਣੇ ਤੇ ਇੱਕ ਆਪ ਦੇ ਹੱਥ ਲਿਖਤ ਚਿੱਠੀ ਜਿਹੜੀ ਹੈ ਉਹ ਲਿਖ ਕੇ ਜਿਹੜਾ ਹੈ ਉਹ ਸਲਾਹੀ ਖਾਨ ਨੂੰ ਭੇਜ ਦਿੱਤੀ ਜਾਵੇਗੀ ਭਾਈ ਅਸੀਂ ਤੇਰਾ ਕੁਝ ਵਿਗਾੜਿਆ ਨਹੀਂ ਤੂੰ ਸਾਡੇ ਨਾਲ ਕਿਉਂ ਆਰਗੂ ਕਰਦਾ ਹੈ ਤੂੰ ਸਾਡਾ ਕਿਉਂ ਵਿਰੋਧ ਕਰਦਾ ਹੈ ਗੁਰੂ ਸਾਹਿਬ ਨੇ ਉਸ ਚੀਜ਼ ਦੇ ਉੱਤੋਂ ਵੀ ਨਾ ਕਰ ਦਿੱਤੀ ਕਹਿੰਦੇ ਵੀ ਭਾਈ ਇਹ ਸਾਡੇ ਜਿਹੜਾ ਹੈ ਉਹ ਧਿਆਨ 'ਚ ਇਹ ਚੀਜ਼ ਜਿਹੜੀ ਹੈ ਸਾਡੀ ਆਤਮਾ ਦੀ ਮੰਦੀ ਕੀ ਇਹੀ ਇਸ ਤਰ੍ਹਾਂ ਦਾ ਵੀ ਆਪਣੀ ਜਾਣ ਦੀ ਬਖਸ਼ੀਸ਼ ਮੰਗੀ ਹੈ ਉਥੇ ਗੁਰੂ ਸਾਹਿਬ ਨੇ ਇਸ ਚੀਜ਼ ਤੋਂ ਵੀ ਨਾ ਕਰ ਦਿੱਤੀ ਜਦੋਂ ਵਕਤ ਆਇਆ ਸਮਾਂ ਆਇਆ ਤਾਂ ਉਹ ਬਾਬਾ ਪਿਰਥੀ ਚੰਦ ਨੇ ਉਸ ਆਪਣੇ ਪਿੰਡ ਦੇ ਵਿੱਚ ਸੱਦਿਆ ਸੱਦਿਆ ਤੇ ਉਹ ਸ਼ਾਮ ਦਾ ਸਮਾਂ ਸੀ ਸ਼ਾਮ ਨੂੰ ਲੇਟ ਪਹੁੰਚਿਆ ਅਗਲੇ ਦਿਨ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਉਹਨਾਂ ਨੇ ਨੁਕਸਾਨ ਕਰਨ ਦਾ ਮਨ ਬਣਾਇਆ ਸੀ ਲੇਕਿਨ ਸ਼ਾਮ ਨੂੰ ਜਦੋਂ ਸ਼ਾਮ ਪਈ ਤੇ ਘਰ ਦੇ ਵਿੱਚ ਵਿਹਲੇ ਬੈਠੇ ਇਰਤੀ ਚੰਦਰ ਨੂੰ ਕਹਿੰਦੇ ਹਨ ਔਰਸਲਾਹੀ ਖਾਨ ਕੀ ਭਾਈ ਤੇਰਾ ਕਾਰੋਬਾਰ ਕੀ ਹੈ ਉਹ ਕਹਿੰਦਾ ਜੀ ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਬਹੁਤ ਸਾਰੀ ਜ਼ਮੀਨ ਹੈ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਲੇਕਿਨ ਇੱਕ ਸ਼ੌਂਕ ਹੈ ਜੋ ਮੈਂ ਪੱਠਾ ਵੀ ਪਾਲਿਆ ਹੈ ਪੱਠੇ ਦਾ ਕਾਰੋਬਾਰ ਕਰਦਾ ਹਾਂ ਕਹਿੰਦੇ ਅੱਛਾ ਹੁਣ ਸਲਾਹੀ ਕਾਮ ਕਹਿੰਦਾ ਕਿ ਚਲੋ ਆਪਣੇ ਕੋ ਸਮਾਂ ਬਥੇਰਾ ਆਪਾਂ ਤੇਰੇ ਭੱਠੇ ਦੇ ਉੱਤੇ ਹੀ ਫੇਰਾ ਮਾਰ ਆਈਏ ਵੇਖ ਕੇ ਆਈਏ ਕਿਸ ਤਰ੍ਹਾਂ ਇੱਟਾਂ ਪੱਕਦੀਆਂ ਹਨ ਪਿਰਥੀ ਚੰਦ ਕਹਿੰਦਾ ਹੈ ਕਿ ਚਲੋ ਠੀਕ ਹੈ ਦੋਨਾਂ ਜਾਣਿਆਂ ਨੇ ਘੋੜਾ ਲਿਆ ਤੇ ਆਪੋ ਆਪਣੇ ਘੋੜੇ ਤੇ ਸਵਾਰ ਹੋ ਕੇ ਪੱਠੇ ਵੱਲ ਨੂੰ ਉਹ ਚੱਲ ਪਏ ਜਦੋਂ ਪੱਠੇ ਵੱਲ ਨੂੰ ਚੱਲੇ ਚੱਲਦਿਆਂ ਸਾਰ ਮਾਲਕ ਦੀ ਐਸੀ ਮੌਜ ਕਿ ਬਾਬੇ ਪ੍ਰਿਥੀ ਚੰਦ ਦਾ ਘੋੜਾ ਤੇ ਰਹਿ ਗਿਆ ਥੱਲੇ ਲੇਕਿਨ ਸੁਲਾਹੀ ਖਾਨ ਜਿਹੜਾ ਹੈ ਉਸ ਦਾ ਘੋੜਾ ਆਵੇ ਦੇ ਉੱਤੇ ਜਿਹੜਾ ਹੈ ਉਹ ਜਾ ਚੜਿਆ ਆਵਾ ਕਿਨੂੰ ਬੋਲਦੇ ਹਨ ਪੱਠੇ ਵਾਲੇ ਇਸ ਚੀਜ਼ ਨੂੰ ਸਮਝਦੇ ਹਨ ਕਿ ਜਿੱਥੋਂ ਉਹ ਚਿਮਣੀ ਲੱਗੀ ਹੁੰਦੀ ਹੈ ਉਹਦੇ ਘੇਰੇ-ਘੇਰੇ ਸਰੌਂਡਿੰਗ ਦੇ ਬਹੁਤ ਸਾਰਾ ਇੱਟਾਂ ਦਾ ਛੱਟਾ ਕੱਚੀਆਂ ਦਾ ਲੱਗਾ ਹੁੰਦਾ ਹੈ ਉਹਦੇ ਵਿੱਚ ਵਿੱਚੋਂ ਰਸਤੇ ਛੱਡੇ ਹੋਣ ਉਹਦੇ ਉੱਪਰ ਕੇਰੀ ਪਾ ਕੇ ਇੱਕ ਥੜਾ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਇੱਟਾਂ ਪਕਾਈਆਂ ਜਾਂਦੀਆਂ ਹਨ ਉਸ ਨੂੰ ਆਵਾ ਬੋਲਦੇ ਹਨ ਉਹ ਘੋੜਾ ਜਿਹੜਾ ਹੈ ਬੇਜੋਰ ਹੋ ਕੇ ਉਸ ਆਵੇ ਦੇ ਜਿਹੜਾ ਹੈ ਉਹ ਉੱਤੇ ਚੜ ਗਿਆ ਜਦੋਂ ਉੱਤੇ ਚੜਿਆ ਤਾਂ ਘੋੜੇ ਨੇ ਜਦੋਂ ਥੱਲੇ ਨੂੰ ਧਿਆਨ ਮਾਰਿਆ ਤੇ ਏਰੀ ਦੇ ਵਿੱਚੋਂ ਦੀ ਜਿਹੜੀ ਅੱਗ ਦੀਆਂ ਲਾਟਾਂ ਤੋਂ ਉਹਨੂੰ ਨਜ਼ਰ ਆਉਂਦੀਆਂ ਹੁਣ ਜਾਨਵਰ ਜਿਹੜਾ ਹੈ ਅਗਨੀ ਤੋਂ ਡਰਦਾ ਹੈ ਉਹ ਘੋੜੇ ਨੇ ਜਦੋਂ ਥੱਲੇ ਅਗਨੀ ਵੇਖੀ ਉਨੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਕਿ ਇਕਦਮ ਹੀ ਮੈਂ ਪਿੱਛੇ ਨੂੰ ਉੱਤਰ ਜਾਵਾਂ ਪਰ ਐਸੀ ਮਾਲਕ ਦੀ ਮੌਜ ਇੱਟਾਂ ਥੱਲੇ ਖਿਸਕ ਗਈਆਂ ਆਵਾ ਹਿੱਲ ਗਿਆ ਤੇ ਆਪਣਾ ਸੁਲਾਹੀ ਖਾਂ ਤੇ ਉਸ ਦਾ ਘੋੜਾ ਦੋਨੋਂ ਹੀ ਜਿੰਦਾ ਜਿਹੜਾ ਹੈ ਉਸ ਆਵੇ ਦੇ ਵਿੱਚ ਜਿਹੜਨ ਉਹ ਪੁੱਜ ਕੇ ਸੜ ਗਏ ਹੁਣ ਮੁਸਲਮਾਨਾਂ ਦੇ ਵਿੱਚ ਜਿਹੜਾ ਹੈ ਇਸ ਚੀਜ਼ ਨੂੰ ਸੜਨ ਨੂੰ ਜਿਹੜਾ ਹੈ ਉਹ ਬੜਾ ਬੁਰਾ ਤੇ ਬਹੁਤ ਹੀ ਮਾੜਾ ਜਿਹੜਾ ਹੈ ਉਹ ਸਮਝਿਆ ਜਾਂਦਾ ਹੈ ਇਹ ਚੀਜ਼ ਜਿਹੜੀ ਹੈ ਇਸ ਘਟਨਾ ਦਾ ਜਿਹੜਾ ਹੈ ਉਹ ਪਤਾ ਲੱਗਾ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਨੂੰ ਉਹਨਾਂ ਨੇ ਗੁਰੂ ਸਾਹਿਬ ਦੇ ਨੋਟਿਸ 'ਚ ਲਿਆਂਦਾ ਕਿ ਸੁਲਾਹੀ ਖਾਂ ਐਸ ਢੰਗ ਤਰੀਕੇ ਦੇ ਨਾਲ ਜਿਹੜਾ ਹੈ ਆਵੇ ਦੇ ਵਿੱਚ ਜਿਹੜਾ ਹੈ ਉਹ ਸੜ ਕੇ ਮਰ ਗਿਆ ਹੈ ਉੱਥੇ ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਧਿਆਨ ਧਰਦੇ ਹਨ ਧਿਆਨ ਧਰ ਕੇ ਆਪਣੀ ਜ਼ਬਾਨ ਤੋਂ ਆਪਣੀ ਰਸਨਾ ਤੋਂ ਇੱਕ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ ਉਹ ਸ਼ਬਦ ਕੀ ਹੈ ਉਸ ਤੋਂ ਬਾਅਦ ਹੋਰ ਵੀ ਸ਼ਬਦ ਗੁਰੂ ਸਾਹਿਬ ਨੇ ਲਿਖੇ ਲੇਕਿਨ ਕਹਿੰਦੇ ਜਿਤਨਾ ਅੰਦਰੋਂ ਅਰਦਾਸ ਉੱਠਦੀ ਹੈ ਅੰਦਰੋਂ ਤਨਵਾਦ ਉੱਠਦਾ ਰੋਮ ਰੋਮ 'ਚ ਉਹ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ बोलदे ਹਨ ਕਹਿੰਦੇ ਜਿਸਕੇ ਸਿਰ ਉਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ ਕਿ ਐ ਸੱਚੇ ਪਾਤਸ਼ਾ ਜਿਹਦੇ ਸਿਰ ਦੇ ਉੱਤੇ ਤੂੰ ਬੈਠਾ ਹੈ ਤਾਂ ਕਹਿੰਦੇ ਗੱਲ ਜਿਹੜੀ ਹੈ ਭਰੋਸੇ ਦੀ ਹੈ ਕਹਿੰਦੇ ਐ ਸੱਚੇ ਪਾਤਸ਼ਾ ਮੈਨੂੰ ਪਤਾ ਵਾ ਤੂੰ ਸਾਰਿਆਂ ਦੀ ਰਾਖੀ ਰੱਖਦਾ ਹੈ ਤੇ ਜਿੱਥੇ ਤੂੰ ਮੈਨੂੰ ਖੁਦ ਆਪ ਆਪਣੇ ਇਸ ਤਖਤ ਦੇ ਉੱਤੇ ਬਿਠਾ ਕੇ ਮੈਨੂੰ ਮਾਣ ਬਖਸ਼ਿਆ ਹੈ ਪਿਆਰ ਬਖਸ਼ਿਆ ਹੈ ਤਾਂ ਕਹਿੰਦੇ ਮੈਨੂੰ ਇੱਕ ਨਵੇਂ ਪੈਸੇ ਦਾ ਵੀ ਤੇਰੇ ਉੱਤੇ ਜਿਹੜਾ ਹੈ ਅਪਾਵ ਨਹੀਂ ਹੈ ਮੈਨੂੰ ਜਰਾ ਜਿੰਨਾ ਵੀ ਤੇਰੇ ਉੱਤੇ ਜਿਹੜਾ ਹੈ ਬੇਵਿਸ਼ਵਾਸੀ ਨਹੀਂ ਬੇਵਿਸ਼ਵਾਸੀ ਜਿਹੜੀ ਹੈ ਉਹ ਕਦੀ ਵੀ ਕਿਸੇ ਦਾ ਜਿਹੜਾ ਹੈ ਉਹ ਬੇੜਾ ਪਾਰ ਨਹੀਂ ਕਰਦੀ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਅਰਦਾਸ ਕਰਨ ਵਾਲਾ ਜਿਹੜਾ ਹੈ ਮਨ ਦੀ ਪਵਿੱਤਰਤਾ ਦੇ ਵਿੱਚ ਹੋਵੇ ਜੇ ਮਨ ਦੇ ਵਿੱਚ ਪਵਿੱਤਰਤਾ ਹੈ ਤਾਂ ਕਹਿੰਦੇ ਸਤਿਗੁਰ ਦੇ ਅੱਗੇ ਕੀਤੀ ਅਰਦਾਸ ਜਿਹੜੀ ਹੈ ਉਹ ਕਦੀ નિਸਫਲ ਜਿਹੜੀ ਹੈ ਉਹ ਨਹੀਂ ਜਾਂਦੀ ਇਹ ਧ੍ਰਿੜ ਪੱਕੀ ਪੱਕੀ ਜਿਹੜੀ ਹੈ ਉਹ ਚੀਜ਼ ਹੈ ਮਨ ਦੀ ਧਾਰਨਾ ਜਿੰਨੂੰ ਵਿਸ਼ਵਾਸ ਨਹੀਂ ਵਿਸ਼ਵਾਸ ਕਿਉਂ ਨਹੀਂ ਵਿਸ਼ਵਾਸ ਹੈ ਸਾਨੂੰ ਆਪਣੇ ਸਤਿਗੁਰ ਦੇ ਨਾਲ ਪ੍ਰੇਮ ਨਹੀਂ ਹੈ ਵਿਸ਼ਵਾਸ ਕਦੀ ਵੀ ਕਿਸੇ ਦਾ ਡਾਇਰੈਕਟ ਨਹੀਂ ਬਣਦਾ ਵਿਸ਼ਵਾਸ ਬਣਾਉਂਦਾ ਹੈ ਪ੍ਰੇਮ ਤੇ ਪ੍ਰੇਮ ਕਿਤਰਾ ਉੱਜਦਾ ਹੈ ਕਹਿੰਦੇ ਪ੍ਰੇਮ ਨਾ ਬਾੜੀ ਉਪਜੇ ਪ੍ਰੇਮ ਨਾ ਹਟ ਬਕਾਏ ਰਾਜਾ ਰਾਣਾ ਜੋਰ ਜੀ ਸੀਸ ਦੀਏ ਨੂੰ ਲੈ ਜਾਏ ਕਹਿੰਦੇ ਜਿਨ੍ਹਾਂ ਨੇ ਸਿਰ ਦਿੱਤਾ ਜਿਨ੍ਹਾਂ ਨੇ ਵਿਸ਼ਵਾਸ ਦੇ ਵਿੱਚ ਆਪਣੇ ਸਤਿਗੁਰ ਦੇ ਅੱਗੇ ਆਪਣੇ ਜੀਵਨ ਬਾਰੇ ਕੋਈ ਅਰਦਾਸ ਨਹੀਂ ਕੀਤੀ ਆਪਣੇ ਜੀਵਨ ਦੇ ਲੰਬੀ ਅਰਦਾਸ ਨਹੀਂ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਲੰਬੀ ਉਮਰ ਕਰ ਦੇ ਲੰਬਾ ਮੇਰਾ ਸਮਾਂ ਕੱਢ ਦੇ ਮੈਨੂੰ ਬਿਮਾਰੀ ਤੋਂ ਮੁਕਤ ਕਰ ਦੇ ਇਸ ਚੀਜ਼ ਦੀ ਪ੍ਰੂੜਤਾ ਵੱਡੇ ਬਾਬਾ ਜੀ ਮਹਾਰਾਜ ਦੀ ਸੇਵਕਾ ਬੀਬੀ ਅਮਰਜੀਤ ਇੱਕ ਮਿਸਾਲ ਹੈ ਜਦ ਬਾਬਾ ਜੀ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਸਨ ਗੁਰਗੱਦੀ ਦੇ ਉੱਤੇ ਬਰਾਜਮਾਨ ਸਨ ਉਸ ਸਮੇਂ ਦੀ ਘਟਨਾ ਹੈ ਬੜੀ ਚੰਗੀ ਤਰ੍ਹਾਂ ਯਾਦ ਹੈ 2 ਸਾਲ ਬਾਬਾਈ ਦੇ 88 ਤੋਂ ਪਹਿਲਾਂ ਮੇਰੀ 85 86 ਦੀ ਗੱਲ ਹੋ ਗਈ ਉਸ ਬੀਬੀ ਨੇ ਇੱਧਰ ਪਾਲਕੀ ਸਾਹਿਬ ਦੇ ਅੱਗੇ ਇੱਕ ਪੱਖਾ ਲਗਾਉਂਦਾ ਸੀ ਗਰਾਊਂਡ ਦੇ ਵਿੱਚ ਬੱਡੇ ਬਾਬਾ ਜੀ ਮਹਾਰਾਜ ਸ਼ਾਮ ਦੇ ਵਕਤ ਜਦੋਂ ਉਹਨਾਂ ਦੀ ਮੌਜ ਹੁੰਦੀ ਸੀ ਉਸ ਪੱਖੇ ਦੇ ਥੱਲੇ ਆ ਕੇ ਬੈਠਿਆ ਕਰ ਦਿੰਦੇ ਸਨ ਸੰਗਤ ਨੂੰ ਦਰਸ਼ਨ ਦੇਣੇ ਤੇ ਸੰਗਤ ਦੇ ਵਿੱਚ ਕਿਸੇ ਨਾ ਕਿਸੇ ਪ੍ਰੇਮੀ ਦੇ ਕੋਲੋਂ ਸ਼ਬਦ ਪੜਨੇ ਸ਼ਬਦ ਪੜਵਾਉਣੇ 1 ਘੰਟਾ 2 ਘੰਟੇ ਦਾ ਪ੍ਰੋਗਰਾਮ ਹੁੰਦਾ ਸੀ ਇੱਕ ਦਿਨ ਜਿਹੜਾ ਹੈ ਉਹ ਬੀਬੀ ਅਮਰਜੀਤ ਜਿਹੜੀ ਲਾਗੇ ਬੈਠੀ ਸੀ ਪਰੇ ਬਾਬਾ ਜੀ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਇਹ ਬਾਬਾ ਜੀ ਮਹਾਰਾਜ ਵੀ ਉੱਥੇ ਬੈਠੇ ਸਨ ਮੈਂ ਵੀ ਉੱਥੇ ਸਾਂ ਹੋਰ ਵੀ ਸੰਗਤ ਕਾਫੀ ਬੈਠੀ ਸੀ ਬਾਬਾ ਜੀ ਮਹਾਰਾਜ ਨੂੰ ਅਰਜ ਕੀਤੀ ਉਸ ਬੀਬੀ ਨੇ ਕਿ ਬਾਬਾ ਜੀ ਮੈਨੂੰ ਲੱਗਦਾ ਕਿ ਤੁਹਾਡਾ ਸਮਾਂ ਨੇੜੇ ਆ ਰਿਹਾ ਸਮਾਂ ਜਿਹੜੇ ਸਤਗੁਰ ਦੇ ਪ੍ਰੇਮੀ ਹੁੰਦੇ ਹਨ ਉਹਨਾਂ ਨੂੰ ਤੇ ਗੁਰੂ ਨੂੰ ਪਤਾ ਹੁੰਦਾ ਹੈ ਉੱਥੇ ਬਾਬਾ ਜੀ ਮਹਾਰਾਜ ਚੁੱਪ ਕਰਕੇ ਕੀਂਦੇ ਬੇਟਾ ਅਗਲੀ ਗੱਲ ਤੇ ਕਹਿੰਦੇ ਜੀ ਬਾਬਾ ਜੀ ਤੁਹਾਡੇ ਤੋਂ ਬਿਨਾਂ ਜੀਵਨ ਦਾ ਫਿਰ ਫਾਇਦਾ ਵੀ ਕੀ ਹੈ ਜੇ ਤੂੰ ਹੀ ਨਹੀਂ ਤੇ ਕੁਛ ਵੀ ਨਹੀਂ ਤੇ ਜਦੋਂ ਕੁਛ ਨਹੀਂ ਤੇ ਕਹਿੰਦੇ ਫਿਰ ਇਹ ਦੇਹ ਜਿਹੜੀ ਹੈ ਕੀ ਕਰਨੀ ਇਹ ਸਪਸ਼ਟ ਇਸ ਤਰ੍ਹਾਂ ਹੀ ਵਰਡ ਉਸ ਬੀਬੀ ਨੇ ਬੋਲੇ ਮੈਂ ਉਹਨਾਂ ਦਾ ਜੀਵਨ ਵੇਖਿਆ ਬਹੁਤ ਪਵਿੱਤਰਤਾ ਦਾ ਜੀਵਨ ਸੀ ਉਸ ਬੀਬੀ ਦਾ ਬਹੁਤ ਹੀ ਅੱਛੀ ਲੇਡੀ ਇਹ ਨਹੀਂ ਸੀ ਕਿ ਉਹ ਘਰੋਂ ਗਰੀਬ ਸੀ ਤੇ ਡੇਰੇ ਦਾ ਸਹਾਰਾ ਲੈਣ ਵਾਸਤੇ ਇੱਥੇ ਬੈਠੀ ਸੀ ਉਹ ਬਹੁਤ ਉੱਚੀ ਖਾਨਦਾਨੀ ਦੀ ਪਰ ਬਹੁਤ ਹੀ ਅੱਛੀ ਫੈਮਿਲੀ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੀ ਸੀ ਉਸ ਤੇ ਰਿਸ਼ਤੇਦਾਰ ਜਿਹੜੇ ਨੂੰ ਕੋਈ ਆਈਜੀ ਡੀਆਈਜੀ ਇਸ ਲੈਵਲ ਦੇ ਉਸ ਤੇ ਭੈਣ ਭਾਈ ਰਿਸ਼ਤੇਦਾਰ ਸਨ ਪਰ ਕਦੀ ਵੀ ਉਹਦੇ ਮਨ ਦੇ ਵਿੱਚੋਂ ਜਾਂ ਉਹਦੀ ਜ਼ੁਬਾਨ ਦੇ ਉੱਤੋਂ ਇਹ ਗੱਲ ਨਹੀਂ ਸੁਣੀ ਸੁਣਚ ਮਿਲੀ ਮੇਰਾ ਕੋਈ ਡੀਆਈਜੀ ਰਿਸ਼ਤੇਦਾਰ ਮੇਰਾ ਕੋਈ ਆਈਜੀ ਰਿਸ਼ਤੇਦਾਰ ਹੈ ਮੇਰੀ ਭੈਣ ਏਡੇ ਉੱਚੇ ਅਹੁਦੇ ਤੇ ਹੈ ਕਦੀ ਵੀ ਜਿਹੜਾ ਹੈ ਉਹਨਾਂ ਦੇ ਟਾਈਮ ਦੇ ਵਿੱਚ ਮੈਂ ਕਦੀ ਉਹਨਾਂ ਦੇ ਮੁਖਾਰ ਦਿਨ ਤੋਂ ਇਹ ਗੱਲ ਨਹੀਂ ਸੁਣੀ ਉਸ ਬੀਬੀ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜਿੱਦਣ ਤੁਹਾਡੀ ਤੁਹਾਡਾ ਸਰੀਰ ਛੁੱਟੇ ਉਸੇ ਦਿਨ ਹੀ ਮੇਰਾ ਵੀ ਜਿਹੜਾ ਹੈ ਉਹ ਸਰੀਰ ਜਿਹੜਾ ਹੈ ਉਹ ਤੁਸੀਂ ਛਡਾ ਦਿਓ ਮੈਂ ਵੀ ਜਿਹੜਾ ਹੈ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਸਮਾਪਤੀ ਚਾਹੁੰਨੀ ਹੈ। ਇੰਨੀ ਗੱਲ ਕੀਤੀ ਬਾਬਾ ਜੀ ਚੁੱਪ ਕਰ ਗਏ। 2 ਮਿੰਟ ਬਾਬਾ ਜੀ ਨੇ ਅੰਦਰ ਧਿਆਨ ਧਰਿਆ। ਤੇ ਕਹਿੰਦੀ ਬਾਬਾ ਜੀ, ਬਾਬਾ ਜੀ ਕਹਿੰਦੇ ਵੀ ਭਾਈ ਠੀਕ ਹੈ ਬੇਟਾ। ਇਸੇ ਤਰ੍ਹਾਂ ਹੀ ਹੋਊਗਾ। ਇੰਨੀ ਗੱਲ ਕਰਦਿਆਂ ਹੀ ਬਾਬਾ ਜੀ ਮਹਾਰਾਜ ਬੋਲੇ ਕਿ ਬਾਬਾ ਜੀ ਇੰਨੀ ਵੀ ਹੱਥ ਤੇ ਸਹੁਰੋਂ ਨਹੀਂ ਜਮਾਈ ਦੀ। ਉਹ ਕਹਿੰਦੇ ਬਾਬਾ ਜੀ ਦਾ ਨਾਮ ਲੈ ਕੇ ਕਹਿੰਦੇ ਨਹੀਂ ਇਤਨਾ ਹੀ ਜਮਾ ਕੇ ਚਾਹੂੰਗਾ ਕਹਿੰਦੇ ਐਵੇਂ ਹੀ ਜਮਾ ਕੇ ਜਾਊਗਾ ਜੋ ਕਹਿਤਾ ਸੋ ਕਹਿਤਾ ਇਹਦੇ ਚ ਕੋਈ ਵੀ 19 21 ਦਾ ਫਰਕ ਜਿਹੜਾ ਹੈ ਉਹ ਨਹੀਂ ਹੋਊਗਾ ਇਹਨੀ ਗੱਲ ਕਹੀ ਜਦੋਂ ਬਾਬਾ ਜੀ ਮਹਾਰਾਜ ਨੇ ਆਖਰੀ ਉਸ ਤੋਂ ਤਿੰਨ ਕੇ ਚਾਰ ਦਿਨ ਪਹਿਲਾਂ ਦੀ ਗੱਲ ਮੇਰੇ ਨਾਲ ਵੀ ਉਸ ਦੀ ਵਾਰਤਾ ਲਾਪ ਹੋਈ ਬਾਜੀ ਕਹਿੰਦੀ ਹੁੰਦੀ ਸੀ ਬੜਾ ਪਿਆਰ ਕਰਦੀ ਸੀ ਨਰਨਾ ਮੈਂ ਉਹਨੂੰ ਵੈਸੇ ਉਸਦੇ ਕਮਰੇ 'ਚ ਜਾ ਬੈਠਾ ਇੱਕ ਉਹਦੇ 'ਚ ਸਭ ਤੋਂ ਵੱਡੀ ਖਾਸियत ਇਹ ਹੁੰਦੀ ਸੀ ਕਿ ਬੰਦਾ ਆਪਣੀ ਮਰਜ਼ੀ ਦੇ ਨਾਲ ਉਹਦੇ ਕੋਲ ਚਲੇ ਜ਼ਰੂਰ ਜਾਂਦਾ ਸੀ ਪਰ ਉਸ ਬੀਬੀ ਦੇ ਵਿੱਚ ਐਸੀ ਕشش ਸੀ ਸਤਗੁਰ ਦੀ ਐਸੀ ਸਤਗੁਰ ਦੀ ਦਇਆ ਸੀ ਕਿ ਉਹਦੇ ਕੋਲੋਂ ਆਪਣੀ ਮਰਜ਼ੀ ਦੇ ਨਾਲ ਬੰਦਾ ਉੱਠ ਨਹੀਂ ਸੀ ਸਕਦਾ ਇੰਨੀ ਕ ਜਾਤੀਆਂ ਉਹਦੇ ਕੋਲ ਮਸਾਲਾਂ ਇੰਨੀ ਕ ਉਹ ਬਾਬਾਈ ਦੇ ਪ੍ਰੇਮ ਦੇ ਵਿੱਚ ਭਰੀ ਹੋਈ ਸੀ ਇਹ ਗੱਲ-ਗੱਲ ਦੇ ਉੱਤੇ ਜਿਹੜਾ ਹੈ ਜਿ ਤਰ੍ਹਾਂ ਕਹਾਣੀ ਦੇ ਵਿੱਚ ਆਉਂਦਾ ਨਾ ਰੋਮ ਰੋਮ ਵਿੱਚ ਵਾਸ ਹੈ ਤੇਰਾ ਇਹਦੇ ਵੀ ਰੋਮ ਰੋਮ ਦੇ ਵਿੱਚੋਂ ਉਸਤੇ ਬਾਬਾ ਜੀ ਦੇ ਸ਼ਰੀਰ ਦੀ ਸਮੈ ਲਾਉਂਦੀ ਸੀ ਐਸੀ ਉਹਨਾਂ ਦੇ ਅੰਦਰ ਤਾਕਤ ਐਸੀ ਉਹਨਾਂ ਦੇ ਸ਼ਰੀਰ ਦੇ ਵਿੱਚ ਉਹਨਾਂ ਦੇ ਮਾਲਕ ਨੇ ਐਸੀ ਉਸਤੇ ਵਿੱਚ ਪਿਆਰ ਦਾ ਜਜ਼ਬਾ ਜਿਹੜਾ ਹੈ ਉਹ ਭਰਿਆ ਆ ਸੀ ਉਸ ਬੀਬੀ ਨੇ ਜਿਸ ਦਿਨ ਬਾਬਾ ਜੀ ਨੇ ਸ਼ਰੀਰ ਦਾ ਆਖਰੀ ਸਮਾਂ ਲਿਆ ਤੇ ਸਰੀਰ ਥੱਲੇ ਲਿਆ ਕੇ ਬਾਬਾ ਜੀ ਦਾ ਰਖਾ ਦਰਸ਼ਨਾ ਵਾਸਤੇ ਬਾਬਾ ਜੀ ਇਹ ਬਾਬਾ ਜੀ ਮਹਾਰਾਜ ਉੱਥੇ ਬੈਠੇ ਸਨ ਬਾਬਾ ਜੀ ਦੇ ਲਾਗੇ ਹੋਰ ਵੀ ਸੰਗਤ ਕਾਫੀ ਸੀ ਦਰਸ਼ਨਾ ਵਾਸਤੇ ਉਸ ਵੇਲੇ ਹੀ ਉਹਨੇ ਬੀਬੀ ਨੇ ਅੰਦਰ ਨਾਲ ਹੀ ਉਸ ਦਾ ਕਮਰਾ ਸੀ ਦੋ ਤਿੰਨ ਆਵਾਜ਼ਾਂ ਲਾਈਆਂ ਬਾਬਾ ਜੀ ਆਪਣਾ ਮੈਂ ਜਾਣਾ ਚਾਹੁੰਦੀ 2 3 ਵਾ ਤੀਸਰੀ ਆਵਾਜ਼ ਦੇ ਵਿੱਚ ਬਾਬਾ ਜੀ ਇਹ ਬਾਬਾ ਜੀ ਉੱਠ ਕੇ ਹੋਰ ਡਾਕਟਰ ਸੀ ਲਾਗੇ ਚੈੱਕ ਅਪ ਵਾਸਤੇ ਸੱਦਿਆ ਸੀ ਉਹਨੇ ਜਰਾ ਨੂੰ ਇਹ ਬਾਬਾ ਹੀ ਅੰਦਰ ਚਲੇ ਗਏ ਬਾਬਾ ਜੀ ਨੇ ਉਹਦੀ ਧੌਣ ਆਪਣੀ ਬਾਹਾਂ ਦੇ ਉੱਤੇ ਰੱਖੀ ਤੇ ਵਿਦਨ ਸੈਕਿੰਡ ਮੇਰਾ ਖਿਆਲ ਅਭੀ ਵੇਖਦੇ ਆਂ ਵੇਖਦੇ ਆਂ ਜਿਹੜਾ ਹੋ ਬੀਬੀ ਨੇ ਆਪਣਾ ਇੰਨੀਆਂ ਗੱਲਾਂ ਕਹੀਆਂ ਜੀ ਸੱਚੇ ਪਾਤਸ਼ਾਹ ਆਪਣਾ ਵਾਅਦਾ ਯਾਦ ਕਰੋ ਜਦੋਂ ਇਹਦੀ ਗੱਲ ਕੀਤੀ ਤੇ ਦੂਸਰੀ ਬਣਾ ਜ਼ਬਾਨ ਜਿਹੜੀ ਹੈ ਉਹ ਬੰਦ ਹੋ ਗਈ। ਸੋ ਇਹਨ ਦਾ ਭਾਵ ਹੈ। ਬੜੀਆਂ ਲੋਕਾਂ ਦੀਆਂ ਸ਼ਹਾਦਤਾਂ ਸੁਣੀਆਂ ਕਿਸੇ ਨੇ ਗੱਡੀ ਥੱਲੇ ਸਿਰ ਦੇ ਦਿੱਤਾ। ਕਿਸੇ ਨੇ ਖੂਚ ਛਾਲ ਮਾਰ ਦਿੱਤੀ। ਕਿਸੇ ਨੇ ਕੁਛ ਕਰ ਦਿੱਤਾ। ਪਰ ਆਪਣੀ ਮਰਜ਼ੀ ਦੇ ਨਾਲ ਜਾਨ ਦੇਣੀ। ਆਪਣੀ ਮਰਜ਼ੀ ਦੇ ਨਾਲ ਸਰੀਰ ਛੱਡਣਾ ਤੇ ਸਤਿਗੁਰੂ ਦੀ ਦਇਆ ਦੇ ਨਾਲ ਸਰੀਰ ਛੱਡਣਾ। ਇਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸੋ ਇਹੀ ਪਿਆਰ ਇਹੀ ਪਿਆਰ ਇੱਕ ਨਹੀਂ ਅਨੇਕਾਂ ਜਿਨ੍ਹਾਂ ਨੇ ਜਿਨ੍ਹਾਂ ਦਾ ਸਤਿਗੁਰ ਦੇ ਨਾਲ ਸਨੇਹ ਹੈ ਜਿਨ੍ਹਾਂ ਦਾ ਸਤਿਗੁਰ ਦੇ ਨਾਲ ਪ੍ਰੀਤ ਆ ਉਹ ਸਾਰਿਆਂ ਦੇ ਮਨ ਦੇ ਵਿੱਚ ਐਸੀ ਤਾਕਤ ਉਹ ਮਾਲਕ ਭਰ ਦਿੰਦਾ ਹੈ ਆਪਣੇ ਆਪ ਆਪਣੇ ਆਪ ਜਿਹੜਾ ਹੈ ਉਹ ਜਜ਼ਬਾ ਜਿਹੜਾ ਹੈ ਉਹ ਕਾਇਮ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਗੁਰੂ ਸਾਧ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਦਾ ਪਿਆਰ ਉਸ ਵੇਲੇ ਪਰਖਿਆ ਜਿਸ ਵੇਲੇ ਬਾਬਾ ਤ੍ਰਿਤੀ ਚੰਦ ਤੇ ਮਹਾਂਦੇਵ ਨੂੰ ਇਹ ਸ਼ੰਕਾ ਸੀ ਕਿ ਸਾਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ ਸਾਨੂੰ ਅਸੀਂ ਵੀ ਤੇ ਇਹਨਾਂ ਦੇ ਸਹਬਜ਼ਾਦੇ ਆ ਸਾਨੂੰ ਕਿਉਂ ਨਹੀਂ ਗੁਰਗੱਦੀ ਦੇਣ ਦਾ ਬਾਬਾ ਜੀ ਗੁਰੂ ਸਾਹਿਬ ਇਹ ਚੀਜ਼ ਦੀ ਸ਼ੰਕਾ ਹੁਣ ਸਤਗੁਰ ਕਦੀ ਕਿਸੇ ਦਾ ਵਹਿਮ ਨਹੀਂ ਲੈਣ ਦਿੰਦਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੋਚਿਆ ਵੀ ਜੋ ਇਹਨਾਂ ਦੇ ਮਨ ਦੀ ਸੋਚ ਹੈ ਗੱਲ ਤੇ ਸਹੀ ਕਹਿੰਦੇ ਆ ਹੁਣ ਗੱਲ ਪਰਖ ਦੇ ਉੱਤੇ ਲਿਆ ਕੇ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਹੁਣ ਇਹਨਾਂ ਦਾ ਸਾਰਿਆਂ ਦਾ ਪਿਆਰ ਤੇ ਲੋਭ ਜਿਹੜਾ ਹੈ ਉਹ ਚੈੱਕ ਕਰਨਾ ਚਾਹੀਦਾ ਹੈ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਐਸੀ ਖੇਡ ਵਰਤੀ ਉਸ ਖੇਡ ਦੇ ਵਿੱਚ ਆਪਣਾ ਜਿਹੜਾ ਹੈ ਕਿਸੇ ਵਿਆਹ ਸ਼ਾਦੀ ਦਾ ਗੁਰੂ ਰਾਮਦਾਸ ਜੀ ਮਹਾਰਾਜ ਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਸ਼ਾਦੀ ਸੀ ਉਹਨਾਂ ਦੇ ਤਾਏ ਦੇ ਲੜਕੇ ਦੀ ਉਹ ਕਾੜ ਦੇਣ ਵਾਸਤੇ ਗੁਰੂ ਸਾਹਿਬ ਨੂੰ ਔਰ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਆਏ ਉਹਨਾਂ ਨੇ ਵਿਆਹ ਦੇ ਉੱਤੇ ਗੁਰੂ ਸਾਹਿਬ ਨੂੰ ਸੱਦਾ ਦਿੱਤਾ ਤੇ ਗੁਰੂ ਸਾਹਿਬ ਆਗੋਂ ਜਵਾਬ ਦਿੰਦੇ ਹਨ ਕਿ ਭਾਈ ਰੁਟੀਨ ਦੇ ਵਿੱਚ ਸੰਗਤ ਬਹੁਤ ਹੁੰਦੀ ਹੈ ਸਾਡਾ ਜਾਣਾ ਮੁਸ਼ਕਲ ਹੈ ਸੰਗਤ ਨੂੰ ਪਰੇਸ਼ਾਨੀ ਹੋਵੇਗੀ ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਮੇਰੀ ਥਾਂ ਦੇ ਉੱਤੇ ਮੇਰਾ ਕੋਈ ਨਾ ਕੋਈ ਲੜਕਾ ਜ਼ਰੂਰ ਆਵੇਗਾ। ਇੰਨੀ ਗੱਲ ਕਹਿ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਤੋਰ ਦਿੱਤਾ ਉਹਨਾਂ ਨੇ ਮੱਥਾ ਟੇਕਿਆ ਕਿ ਜਿਤਨਾ ਸਤਗੁਰਤਾ ਹੁਕਮ ਹੈ ਉਤਨਾ ਹੀ ਠੀਕ ਹੈ। ਮੱਥਾ ਟੇਕ ਕੇ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਚਲੇ ਗਏ। ਉਸ ਦਰਾਂ ਦੇ ਵਿੱਚ ਗੁਰੂ ਸਾਹਿਬ ਨੇ ਉਹ ਰਚਨਾ ਰਚੀ। ਉਸ ਰਚਨਾ ਦੇ ਵਿੱਚ ਬਾਬਾ ਪਿਰਥੀ ਚੰਦ ਨੂੰ ਸਭ ਤੋਂ ਪਹਿਲਾਂ ਸੱਦਿਆ ਕਿਉਂਕਿ ਉਹ ਸਭ ਤੋਂ ਵੱਡੇ ਸਨ ਬਾਬਾ ਪਿਰਥੀ ਚੰਦ ਨੂੰ ਜਦੋਂ ਸਾਹਮਣੇ ਸੱਦਿਆ ਸੱਦਣ ਤੋਂ ਬਾਅਦ ਗੁਰੂ ਸਾਹਿਬ ਨੇ ਹੁਕਮ ਲਾਇਆ ਕਿ ਭਾਈ ਇਸ ਤਰ੍ਹਾਂ ਤੁਹਾਡੇ ਉਸ ਰਿਸ਼ਤੇਦਾਰੀ ਦੇ ਵਿੱਚੋਂ ਸ਼ਾਦੀ ਹੈ ਲੜਕੇ ਦੀ ਤੋ ਤੁਸੀਂ ਉੱਥੇ ਜਾ ਕੇ ਹੱਥੀਂ ਕੰਮ ਵੀ ਕਰਨਾ ਤੇ ਆਪਣਾ ਜਿਹੜਾ ਹੈ ਉਹਨਾਂ ਦਾ ਸਹਿਯੋਗ ਜਿਸ ਤਰ੍ਹਾਂ ਦਾ ਵੀ ਚਾਵੇ ਉਹ ਦਿੱ ਦੇਣਾ ਹੈ ਤੁਸਾਂ ਹੁਣ ਬਾਬਾ ਪਿਰਥੀ ਚੰਦ ਜਿਹੜੇ ਸਨ ਉਹਨਾਂ ਨੇ ਉਸੇ ਵੇਲੇ ਪਲਟਵਾ ਜਵਾਬ ਦੇ ਦਿੱਤਾ ਪਲਟਵਾ ਜਵਾਬ ਦੇ ਦਿੱਤਾ ਤੇ ਕਹਿੰਦੇ ਭਾਈ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇ ਤੁਹਾਂ ਮੈਨੂੰ ਸੇਵਾ ਲਈ ਆ ਗੁਰੂ ਘਰ ਦੀ ਮੈਂ ਤਾਂ ਸਾਰੀ ਤੁਹਾਡੀ ਤੁਹਾਡਾ ਹੁਕਮ ਵਜਾਉਣਾ ਮੈਂ ਤਾਂ ਕਦੀ ਹੋਰ ਕਰਦਾ ਕੰਮ ਕੋਈ ਨਹੀਂ ਕੀਤਾ ਗਰਜੇ ਕਿ ਗੁਰੂ ਸਾਹਿਬ ਨੂੰ ਤੋੜਵਾ ਜਵਾਬ ਦੇ ਦਿੱਤਾ ਤੇ ਗੁਰੂ ਸਾਹਿਬ ਚੁੱਪ ਕਰ ਗਏ ਕਹਿੰਦੇ ਚਲੋ ਭਾਈ ਤੇਰੀ ਗੱਲ ਵੀ ਠੀਕ ਹੈ ਉਹ ਗੁਰੂ ਸਾਹਿਬ ਨੇ ਕੋਈ ਉਹਨੂੰ ਕੋਈ ਵਿਰੋਧ ਦੇ ਵਿੱਚ ਜਾਂ ਗੁੱਸੇ ਦੇ ਵਿੱਚ ਕੋਈ ਇੰਪ੍ਰੈਸ਼ਨ ਆਪਣਾ ਨਹੀਂ ਦਿੱਤਾ ਕਿ ਭਾਈ ਤੇਰਾ ਤੇਰੇ ਤੇ ਮੈਨੂੰ ਰੋਸ ਆ। ਇਨੀ ਗੱਲ ਕਰਕੇ ਗੁਰੂ ਸਾਹਿਬ ਨੇ ਬਾਬਾ ਮਾਨ ਦੇਵ ਜੀ ਜਿਹੜੇ ਹਨ ਉਹਨਾਂ ਨੂੰ ਸੱਦਿਆ। ਉਹਨਾਂ ਦੇ ਅੱਗੇ ਗੱਲ ਰੱਖੀ ਉਹੀ ਗੱਲ ਕਿ ਭਾਈ ਜਾ ਕੇ ਇਹ ਵਿਆਹ ਦਾ ਜਿਹੜਾ ਹੈ ਕਾਰਜ ਤੂੰ ਨਿਭਾਉਣਾ, ਸੇਵਾ ਨਿਭਾਉਣੀ ਆ। ਤੇ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਓ। ਬਾਬਾ ਦੇਵ ਮਹਾਦੇਵ ਜਿਹੜੇ ਸਨ ਉਹਨਾਂ ਦਾ ਇਤਿਹਾਸ ਵਿੱਚ ਇਹ ਆਉਂਦਾ ਹੈ ਕਿ ਉਹ ਹਰ ਵਕਤ ਜਿਹੜਾ ਹੈ ਉਹ ਸਿਮਰਨ ਤੇ ਬੈਠੇ ਰਹਿੰਦੇ ਸਨ ਕਦੀ ਵੀ ਉਹ ਸਿਮਰਨ ਤੋਂ ਅੱਗੇ ਪਿੱਛੇ ਨਹੀਂ ਸੀ ਹੁੰਦੇ ਤੇ ਗੁਰੂ ਸਾਹਿਬ ਨੂੰ ਕਹਿੰਦੇ ਕਿ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਵੀ ਮੈਂ ਤੇ ਦੁਨਿਆਵੀ ਕੰਮ ਕਾਜ ਜਿਹੜੇ ਹਨ ਉਹ ਸਾਰੇ ਛੱਡੇ ਆ ਮੈਂ ਕਦੀ ਵੀ ਕਿਸੇ ਕੰਮ 'ਚ ਨਹੀਂ ਗਿਆ ਮੈਂ ਤੇ ਗੁਰੂ ਘਰ ਬੈਠ ਕੇ ਸਿਰਫ ਸਿਮਰਨ ਕਰਦਾ ਤੁਹਾਡੇ ਨਾਮ ਦਾ ਇਸ ਕਰਕੇ ਜਿਹੜਾ ਹੈ ਤੁਸੀਂ ਮੈਨੂੰ ਮਾਫੀ ਦਿਓ ਇੰਨੀ ਗੱਲ ਕਹਿ ਕੇ ਜਿਹੜਾ ਹੈ ਗੁਰੂ ਸਾਹਿਬ ਨੂੰ ਜਵਾਬ ਦੇ ਦਿੱਤਾ ਕਹਿਣ ਤੋਂ ਬਾਅਦ ਫਿਰ ਜਦੋਂ ਹੈ ਵਾਰੀ ਆਈ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੱਥਾ ਟੇਕਿਆ ਤੇ ਕਹਿੰਦੇ ਭਾਈ ਇਸ ਤਰ੍ਹਾਂ ਵਿਆਹ ਤੇ ਜਾਣਾ ਉਹ ਕਹਿੰਦੇ ਸੱਚੇ ਪਾਸ਼ਾ ਜੋ ਹੁਕਮ ਲਾਓਗੇ ਉਹ ਨਬਾਹੂੰਗਾ ਮੈਂ ਉਸੇ ਵੇਲੇ ਹੀ ਮੱਥਾ ਟੇਕਿਆ ਇਹ ਗੁਰੂ ਸਾਹਿਬ ਨੇ ਨਾਲ ਹਦਾਇਤ ਕੀਤੀ ਕਿ ਜਿੰਨਾ ਚਿਰ ਮੈਂ ਕਮਾਂ ਨਾ ਵਾਪਸ ਆਉਣ ਵਾਸਤੇ ਓਨਾ ਚਿਰ ਜਿਹੜਾ ਹੈ ਉਹ ਤੂੰ ਵਾਪਸ ਨਹੀਂ ਆਉਣਾ ਬਾਬਾ ਪਿਰਥੀ ਚੰਦ ਤੇ ਬਾਬਾ ਮਾਂਦੇ ਉਹ ਉੱਥੇ ਖੜੇ ਸਨ ਬਾਬਾ ਪਿਰਥੀ ਚੰਦ ਮਨ 'ਚ ਸੋਚਦੇ ਗੁਰੂ ਸਾਹਿਬ ਦੀ ਉਮਰ ਵਢੇਰੀ ਹੋ ਗਈ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਸਰੀਰ ਛੱਡ ਦੇਣਾ ਤੇ ਮੈਨੂੰ ਮੌਕਾ ਮਿਲ ਜਾਵੇਗਾ ਉਹਦੇ ਮਨ ਦਾ ਲੋਭ ਸੀ ਇਹ ਚੀਜ਼ਾਂ ਵੇਖ ਕੇ ਉਹਨਾਂ ਨੂੰ ਮਨ ਨੂੰ ਖੁਸ਼ੀ ਹੋਈ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਕੋਸ਼ ਚੰਗਾ ਜਾਂ ਮਾੜਾ ਕਹਿਣ ਦੀ ਬਜਾਏ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਮੱਥਾ ਟੇਕਿਆ ਟੇਕਣ ਤੋਂ ਬਾਅਦ ਆਪ ਜਿਹੜਾ ਹੈ ਉਸ ਸ਼ਾਦੀ ਦੇ ਵਿੱਚ ਚਲੇ ਗਏ ਜਿੰਨੇ ਦਿਨ ਸ਼ਾਦੀ ਦਾ ਆਪਣਾ ਟਾਈਮ ਸੀ ਉੱਥੇ ਨਿਭਾਇਆ ਨਾਲ ਗੁਰੂ ਸਾਹਿਬ ਨੇ ਹਦਾਇਤ ਕੀਤੀ ਕਿ ਜਿੰਨਾ ਚਿਰ ਮੈਂ ਤੈਨੂੰ ਕਮਾ ਨਾ ਉਹਨਾਂ ਚਰ ਵਾਪਸ ਨਹੀਂ ਆਉਣਾ ਤੇ ਨਾਲ ਹੀ ਗੁਰੂ ਸਾਹਿਬ ਨੇ ਨਾਲ ਪਿੰਡਾਂ ਦੀ ਹਦਾਇਤ ਕੀਤੀ ਐਸ ਐਸ ਪਿੰਡ ਦੇ ਵਿੱਚ ਤੁਸੀਂ ਸਾਸੰਗ ਕਰਨਾ ਹੈ ਇਹ ਵੀ ਨਾਲ ਜਿਹੜਾ ਹੈ ਉਹਨਾਂ ਹੁਕਮ ਲਾ ਦਿੱਤਾ ਗੁਰੂ ਸਾਹਿਬ ਨੇ ਉਸ ਸ਼ਾਦੀ ਨੂੰ ਨਿਭਾਇਆ ਉਹਦਾ ਕਾਰਜ ਹੱਥੀਂ ਕੰਮ ਕੀਤਾ ਕਰਨ ਤੋਂ ਬਾਅਦ ਆਪਣਾ 사ਤਸੰਗ ਜਾਰੀ ਕੀਤੇ ਲੇਕਿਨ ਜਿਉਂ ਸਮਾਪਤੀ ਤੋਇਆ ਮਨ ਦੇ ਵਿੱਚ ਸਤਗੁਰ ਦੀ ਤੜਫ ਉਹ ਕੀ ਹੁਣ ਜਿਹੜੇ ਪਿਆਰ ਕਰਦੇ ਆ ਉਹ ਤੇ ਰੋਜ਼ ਦਰਸ਼ਨਾਂ ਕਰ ਤੇ ਉਹਨਾਂ ਦਾ ਸਰਦਾਰੀ ਭਾਵੇਂ ਉਹ ਅੰਦਰੋਂ ਤੇ ਭਾਵੇਂ ਉਹ ਬਾਹਰੋਂ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਿਤਨੇਮ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਤੀ ਉਹ ਇੰਨਾ ਉਹਨਾਂ ਦੇ ਨਾਲ ਪ੍ਰੇਮ ਕਰਦੇ ਸਨ ਜਦੋਂ ਅੱਗੇ ਗੁਰੂ ਸਾਹਿਬ ਨਜ਼ਰ ਨਾ ਆਏ ਉੱਥੇ ਹੁਣ ਮਨ ਦੇ ਵਿੱਚ ਅਰਦਾਸ ਕਰਦੇ ਹਨ ਸੱਚੇ ਆਪਣੇ ਸਤਿਗੁਰ ਦੇ ਅੱਗੇ ਤੇ ਕਹਿੰਦੇ ਸੱਚੀ ਅਰਦਾਸ ਜਿਹੜੀ ਹੈ ਇੱਕ ਸੈਕਿੰਡ ਵੀ ਜਿਹੜਾ ਹੈ ਉਹ ਨਹੀਂ ਲਾਉਂਦੀ ਜਿਵੇਂ ਬਾਣੀ ਦੇ ਵਿੱਚ ਆਉਂਦਾ ਹੈ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨੰ ਜਾਣੇ ਮੇਰਾ ਕਹਿੰਦੇ ਜਦੋਂ ਅਰਦਾਸ ਕਰਦਾ ਜੀਵ ਤੇ ਜੇ ਮਨ ਦੇ ਵਿੱਚ ਇਹ ਭਾਵ ਰੱਖਦਾ ਮੈਂ ਕਰਨਦਿਆਂ ਸੱਚੇ ਪਾਤਸ਼ਾਹ ਮੇਰੀ ਸੁਣੋ ਮੈਂ ਕਰਨਦਿਆਂ ਮੇਰੀ ਸੁਣੋ ਭਾਵ ਅਰਥ ਕੀ ਹੈ ਕਿ ਮिन्नੂ ਆਪਣੇ ਆਪ ਦਾ ਆਪਣੇ ਆਪ ਦੀ ਹੋਂਦ ਚਿਤਲਾਉਣੀ ਇਹ ਸੱਚੇ ਪਾਤਸ਼ਾਹ ਤੈਨੂੰ ਸ਼ਾਇਦ ਭੁਲੇਖਾ ਹੋ ਜਾਵੇ ਪਰ ਭਲੇਖੇ ਜਨਾਰੇ ਮੈਂ ਤੁਹਾਡੇ ਅੱਗੇ ਅਰਦਾਸ ਕਰਦਿਆਂ ਇਹ ਅਰਦਾਸ ਜੇਦੋਂ ਮਨ ਦੇ ਵਿੱਚ ਭਰੋਸਾ ਹੁੰਦਾ ਹੈ ਤਦ ਸੁਆਮੀ ਜੀ ਮਹਾਰਾਜ ਕਹਿੰਦੇ ਸਤਗੁਰ ਕਾ ਕਰੋ ਭਰੋਸਾ ਫਿਰ ਕਰੋ ਨਾ ਉਸ ਅਫਸੋਸਾ ਕਹਿੰਦੇ ਆਪਣੇ ਸਤਗੁਰ ਦੇ ਉੱਤੇ ਇੱਕ ਦਫਾ ਭਰੋਸਾ ਕਰ ਲਿਆ ਤੇ ਕਹਿੰਦੇ ਉਹਦੇ ਉੱਤੇ ਮਨ ਦੇ ਵਿੱਚ ਕਦੀ ਅਭਾਵ ਨਾ ਲਿਓ ਕਿ ਮੇਰਾ ਗੁਰੂ ਕਰੇਗਾ ਜਾਂ ਨਹੀਂ ਕਰੇਗਾ ਇਹ ਚੀਜ਼ਾਂ ਜਿਹੜੀਆਂ ਹਨ ਸਾਡੇ ਆਪਣੇ ਮਨ ਦਾ ਇੱਕ ਪਿਆਰ ਪਿਆਰ ਬਹੁਤ ਵੱਡੀ ਚੀਜ਼ ਹੁੰਦੀ ਹੈ ਪਿਆਰ ਦੇ ਵਿੱਚ ਇੰਨੀ ਤਾਕਤ ਹੈ ਇਹਨਾਂ ਬਾਬਾ ਜੀ ਮਹਾਰਾਜ ਦੇ ਸਮੇਂ ਦੀ ਗੱਲ ਹੈ ਲਾਸਟ 2 ਜਾਂ 3 ਸਾਲ ਜਦੋਂ ਬਾਬਾ ਜੀ ਜਦੋਂ ਸ਼੍ਰੀ ਛੱਡਿਆ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਇੱਕ ਲੀਜ਼ਾਬੈਥ ਪੈਥ ਜਿਹੜੀ ਹੈ ਯੂ ਐਸ ਤੋਂ ਗੋਰੀ ਸੀ ਉਹ ਬਾਬਾ ਜੀ ਦੀ ਨਾਮ ਲੈਵਾ ਸੀ ਬਹੁਤ ਬਾਬਾ ਜੀ ਦੇ ਨਾਲ ਪ੍ਰੇਮ ਕਰਦੀ ਸੀ ਬੇਹੱਦ ਉਸਤਾ ਪ੍ਰੇਮ ਸੀ ਲੇਕਿਨ ਜਦੋਂ ਆਈ ਇੱਥੇ ਡੇਰੇ ਵਿజిਟ ਕੀਤਾ ਉਸ ਟਾਈਮ ਬਾਬਾ ਜੀ ਬਾਹਰ ਬਾਹਰ ਨਾ ਜਾ ਪਾਏ ਸ਼ਰੀਰ ਠੀਕ ਨਾ ਹੁੰਦੇ ਕਰ ਉਹ ਆਈ ਉਹਨੇ ਵੇਖਿਆ ਕਿ ਬਾਬਾ ਜੀ ਦੀ ਸਿਹਤ ਠੀਕ ਨਹੀਂ ਉੱਤੇ ਜਾਣ ਦਾ ਉਹਨੂੰ ਮੌਕਾ ਨਾ ਮਿਲਿਆ ਕਿਉਂਕਿ ਬਾਬਾ ਜੀ ਨੇ ਮਨਾਂ ਕੀਤਾ ਸੀ ਉਸ ਸਮੇਂ ਕਿਸੇ ਨੂੰ ਮਿਲਦੇ ਸਨ ਕਿਸੇ ਨੂੰ ਨਹੀਂ ਸੀ ਮਿਲਦੇ ਉਹਨਾਂ ਦੀ ਮੌਜ ਸੀ ਉਹ ਥੱਲੇ ਹੀ ਵਿਚਾਰੀ ਸਾਧ ਸੰਗ ਜਿੱਥੇ ਆਉਣਾ ਆ ਕੇ ਆਪਣਾ ਧਿਆਨ ਧਰਨਾ 2-3 ਦਿਨ 4 ਦਿਨ ਰਹੀ ਜਿੱਦਣ ਪਹਿਲੇ ਦਿਨ ਆਈ ਤੇ ਗੱਲ ਕੀਤੀ ਮੇਰੇ ਨਾਲ ਮੈਨੂੰ ਕਹਿੰਦੀ ਵੀ ਤੁਸੀਂ ਬਾਬਾ ਜੀ ਨੂੰ ਮੇਰੀ ਰਿਕਵੈਸਟ ਕਰੋ ਮੈਨੂੰ ਦਰਸ਼ਨ ਦੇਣ ਮੈਂ ਕਿੱਬੀ ਭਾਈ ਬਾਬਾ ਜੀ ਜਿੰਨੂੰ ਸੱਦਣਾ ਹੈ ਉਹ ਆਪ ਸੱਦ ਕੇ ਜੜਾ ਹੈ ਉਹ ਥੱਲੇ ਸੱਦਾ ਦੇ ਕੇ ਬੁਲਾ ਲੈਂਦੇ ਹਨ ਜੇ ਉਹਨਾਂ ਨੇ ਦਰਸ਼ਨ ਦੇਣੇ ਉਹਨਾਂ ਨੇ ਆਪੇ ਸੱਦਾ ਭੇਜ ਦੇਣਾ ਹੈ ਪਰ ਐਸੀ ਮੌਜ ਵਰਤੀ ਕਿ ਉਹਨਾਂ ਨੇ ਜਿਹੜਾ ਹੈ ਉਹ ਨਹੀਂ ਸੱਦਿਆ ਤੇ ਕਹਿੰਦੀ ਮੇਰੇ ਮਨ ਚ 3-4 ਸਵਾਲ ਆ ਅੰਦਰ ਦੇ ਰੋਹਾਨੀਅਤ ਦੇ ਉਹ ਮੈਂ ਬਾਬਾ ਜੀ ਦੇ ਅੱਗੇ ਬੇਨਤੀ ਕਰਨੀ ਹੈ ਮੈਂ ਹਾਂ ਵੀ ਜੇ ਤੇਰਾ ਪਿਆਰ ਆ ਤੇ ਫਿਰ ਸਤਗੁਰੂ ਦੇ ਕੋਲ ਜਾਣ ਦੀ ਲੋੜ ਨਹੀਂ ਤੈਨੂੰ ਆਪ ਹੀ ਸਵਾਲਾਂ ਦੇ ਜਵਾਬ ਜਿੰਨੇ ਦਿਨ ਤੂੰ ਇੱਥੇ ਆਈ ਆ ਤੈਨੂੰ ਦੇ ਦੇਣਗੇ ਆਪੇ ਉਹ ਐਸੀ ਬਾਬਾਈ ਦੀ ਮੌਜ ਵਰਤੀ ਐਸੀ ਉਹਨਾਂ ਦੀ ਕਿਰਪਾ ਏ ਜਦੋਂ 34 ਦਿਨੋਂ ਨੇ ਵਾਪਸ ਜਾਣਾ ਸੀ ਦਫ਼ਤਰ 'ਚ ਫੇਰ ਮਿਲੀ ਆਪਣਾ ਜਿਹੜਾ ਹੈ ਉਹਨੇ ਆਪਣੀ ਜ਼ੁਬਾਨ ਤੋਂ ਕਿਹਾ ਕਿ ਮੈਂ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ ਮੈਨੂੰ ਹੁਣ ਉੱਤੇ ਜਾਣ ਦੀ ਜਿਹੜੀ ਹੈ ਉਹ ਲੋੜ ਨਹੀਂ ਬਾਣੀ ਦੇ ਵਿੱਚ ਆਉਂਦਾ ਬਿਨ ਜਾਣੇ ਹਰ ਚੀਜ਼ ਨੂੰ ਉਹ ਸਤਿਗੁਰ ਜਾਣਦਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹਦਾ ਕਿ ਅਗਲੇ ਦੇ ਮਨ ਚ ਕੀ ਹੈ ਬਾਣੀ ਦੇ ਵਿੱਚ ਆਉਂਦਾ ਸਤ ਪੁਰਸ਼ ਜਿਨੇ ਜਾਣਿਆ ਸਤਗੁਰ ਤਿਸ ਕਾ ਨਾਮ ਇਹਦੇ ਜਿੰਨੇ ਸਤਗੁਰ ਦੀ ਡੈਫੀਨੇਸ਼ਨ ਨੂੰ ਸਮਝ ਲਿਆ ਇਹਦੇ ਸੇਮ ਸਮਝ ਲਓ ਕਿ ਉਹ ਹੀ ਸਤਗੁਰ ਦੀ ਆਪਣੀ ਇੱਕ ਪਹਿਚਾਨ ਹੈ ਬਿਸ਼ਰਤੇ ਕਿ ਤੁਹਾਡਾ ਮਨ ਆਪਣਾ ਆਪਣੇ ਸਤਗੁਰ ਦੇ ਨਾਲ ਭੇਜਦਾ ਤੁਹਾਡਾ ਮਨ ਆਪਣੇ ਸਤਗੁਰ ਦੇ ਨਾਲ ਪ੍ਰੇਮ ਕਰਦਾ ਗੱਲ ਇਸ ਪ੍ਰੇਮ ਦੀ ਹੈ ਤੇ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਕਹਿੰਦੇ ਪ੍ਰੇਮ ਐਵੇਂ ਨਹੀਂ ਮਿਲਦਾ ਪ੍ਰੇਮ ਜਦੋਂ ਇਨਸਾਨ satsang ਚਾਹੁੰਦਾ satsang ਦੇ ਵਿੱਚ ਸਤਿਗੁਰ ਉਹਨੂੰ ਸੋਝੀ ਦਿੰਦਾ ਉਹਨੂੰ ਗਿਆਨ ਦਿੰਦਾ ਗਿਆਨ ਲੈ ਕੇ ਉਹ ਨਾਮ ਦਾ ਅਧਿਕਾਰੀ ਬਣਦਾ ਨਾਮ ਦਾ ਜਦੋਂ ਧਿਆਨ ਧਰਦਾ ਉਸ ਪੜਾ ਦੇ ਵਿੱਚ ਸਤਿਗੁਰ ਆਪਣਾ ਪਿਆਰ ਬਖਸ਼ਦਾ ਉਸ ਪੜਾਚ ਧਿਆਨ ਦੇ ਥਰੂ ਉਹ ਧਿਆਨ ਹੀ ਸਤਿਗੁਰ ਦਾ ਜਿਹੜਾ ਹੈ ਉਹ ਪਿਆਰ ਹੈ ਜਿੰਨਾ ਜੀਵ ਧਿਆਨ ਧਰੂਗਾ ਆਪਣੇ ਸਤਿਗੁਰ ਦਾ ਇੱਕ ਤੇ ਖਿਹੜਾ ਛੁੱਟ ਜਾਊਗਾ ਇੱਕ ਉਹਦਾ ਪਿਆਰ ਵੱਜ ਜਾਊਗਾ ਇਸ ਚੀਜ਼ ਨੂੰ ਗੁਰੂ Swami ji Maharaj ਆਪਣੀ ਬਾਣੀ ਦੇ ਵਿੱਚ ਵਰਮਾਉਂਦੇ ਕਹਿੰਦੇ ਗੁਰੂ ਕਾ ਧਿਆਨ ਤਰ ਪਿਆਰੇ ਬਿਨਾ ਇਸ ਕੇ ਨਹੀਂ ਛੁੱਟਣਾ ਕਹਿੰਦੇ ਆਪਣੇ ਸਤਿਗੁਰ ਦਾ ਧਿਆਨ ਤਰ ਆਪਣੇ ਸਤਿਗੁਰ ਦਾ ਧਿਆਨ ਤਰੇਗਾ ਤੇ ਕਹਿੰਦੇ ਤੇਰੇ ਅੰਦਰ ਉਹ ਸ਼ਬਦ ਉਹ ਸ਼ਬਦ ਜਿਹੜਾ ਹੈ ਉਹ ਤੇਰੇ ਅੰਦਰ ਗੂੰਜਣਾ ਸ਼ੁਰੂ ਹੋ ਜਾਗਾ ਆਪਾਂ ਤੇ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਵਿੱਜੇ ਆਪਾਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਹੀ ਖੜੇ ਆ ਪਰ ਕਹਿੰਦੇ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੀ ਲਾਲਸਾ ਛੱਡ ਦਿੰਦਾ ਤਾਂ ਕਹਿੰਦੇ ਇਹ ਚੀਜ਼ਾਂ ਉਹਦੇ ਪਿੱਛੇ ਪਿੱਛੇ ਤੁਰੀਆਂ ਫਿਰਦਿਆਂ ਇਹੀ ਚੀਜ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਉਸ ਵਿਆਹ ਦੀ ਰਸਮ ਤੋਂ ਜਦੋਂ ਉਹ ਖਤਮ ਹੋਈ ਗੱਲ ਮਨ ਦੇ ਵਿੱਚ ਸਤਗੁਰ ਦੀ ਤੜਫ ਉੱਠੀ ਉਸ ਤੜਫ ਨੇ ਚਿੱਠੀਆਂ ਦੇ ਰੂਪ ਦੇ ਵਿੱਚ ਉਹ ਤੜਫ ਜਿਹੜੀ ਹੈ ਆਪਣੇ ਸਤਗੁਰ ਦੇ ਅੱਗੇ ਚਿੱਠੀਆਂ ਦੇ ਰੂਪ ਦੇ ਵਿੱਚ ਜਿਹੜਾ ਹੈ ਉਸ ਨਾਲ ਉਹਨਾਂ ਨੇ ਭੇਜੀ ਉਹ ਚਿੱਠੀ ਜਿਹੜੀ ਹੈ ਪਹਿਲੀ ਚਿੱਠੀ ਦੇ ਵਿੱਚ ਗੁਰੂ ਸਾਹਿਬ ਲਿਖਦੇ ਹਨ ਕਹਿੰਦੇ ਹਨ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਕਿ ਐ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਧਾੜੀ ਪਿਆਸ ਉੱਠੀ ਆ ਉਹ ਲੋਚਨਾ ਉੱਠੀ ਹੈ ਕਹਿੰਦੇ ਬਹੁਤ ਵੱਧ ਕਿਸਮਤ ਬੰਦੇ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਸਤਿਗੁਰ ਨਾਮ ਦੇ ਕੇ ਜਿਹੜੇ ਜੀਵ ਦੇ ਅੰਦਰ ਸਤਿਗੁਰ ਆਪਣਾ ਪਿਆਰ ਨਾ ਬਖਸ਼ੇ ਜੇ ਦੇ ਅੰਦਰ ਸਤਿਗੁਰ ਆਪਣੇ ਪਿਆਰ ਦਾ ਬੂਟਾ ਨਾ ਲਾਵੇ ਕਿਤੇ ਸਭ ਤੋਂ ਵੱਧ ਵੱਧ ਕਿਸਮਤ ਦੁਨੀਆ ਦੇ ਵਿੱਚ ਉਹ ਹੁੰਦਾ ਹੈ ਬਾਕੀ ਚੀਜ਼ਾਂ ਤੇ ਸਾਰੀਆਂ ਇਨਸਾਨ ਕਮਾ ਲੈਂਦਾ ਜੇ ਕਮਾਉਣਾ ਊਖਾ ਤੇ ਕਹਿੰਦੇ ਇਹੀ ਕਮਾਉਣਾ ਊਖਾ ਇਹ ਕਮਾਇਆ ਕਿਤਰਾ ਜਾਂਦਾ ਹੈ ਬਾਣੀ ਦੇ ਵਿੱਚ ਗੁਰੂ ਸਾਹਿਬ ਲਿਖਦੇ ਹਨ ਕਹਿੰਦੇ ਮਨ ਵੇਚੇ ਸਤਿਗੁਰੂ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਕਹਿੰਦੇ ਜਦੋਂ ਇਨਸਾਨ ਆਪਣਾ ਮਨ ਵੇਚ ਦਿੰਦਾ ਆਪਣੇ ਸਤਿਗੁਰ ਦੇ ਅੱਗੇ ਤੇ ਕਹਿੰਦੇ ਕਾਰਜ ਜਿਹੜੇ ਹਨ ਉਹਦੇ ਆਪਣੇ ਆਪ ਜਿਹੜੇ ਹਨ ਉਹ ਰਾਸ ਆ ਜਾਂਦੇ ਹਨ ਆਪਣੇ ਆਪ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਹਨ ਸੇਮ ਹੀ ਘਟਣਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਘਟੇ ਜਦੋਂ ਉਹਨਾਂ ਚਿੱਠੀਆਂ ਪਾਈਆਂ ਤੇ ਈਰਖਾ ਵੈਰ ਜਿਹੜਾ ਹੈ ਤੁਹਾਨੂੰ ਪਤਾ ਸ਼ੁਰੂ ਤੋਂ ਚੱਲਦਾ ਆ ਹੁਣ ਤੱਕ ਚੱਲਦਾ ਜਾਂਦਾ ਪਹਿਲੀ ਚਿੱਠੀ ਪਾਈ ਤੇ ਗੁਰੂ ਸਾਹਿਬ ਨੇ ਇਹ ਵੀ ਪ੍ਰੀਖਿਆ ਲੈਣੀ ਸੀ ਉਹ ਪਹਿਲੀ ਚਿੱਠੀ ਪਾਈ ਤੇ ਬਾਬਾ ਪਿਰਛੀ ਚੰਦੇ ਹੱਥ ਆ ਗਈ ਚਿੱਠੀ ਪੜ੍ਹੀ ਮਨ ਦੀ ਸੋਚ ਆਈ ਵੀ ਗੁਰੂ ਸਾਹਿਬ ਨੇ ਇੰਨਾ ਵਿਰਾਗ ਵੇਖਿਆ ਤੇ ਇਹਨਾਂ ਨੇ ਤੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਹੀ ਦੇਣੀ ਹੈ ਇੰਨਾ ਪਿਆਰ ਉਸ ਚਿੱਠੀ ਤੋਂ ਝਲਕੇ ਉਸ ਤੋਂ ਬਾਅਦ ਉਹਦੇ ਮਨ ਦੀ ਸੋਚ ਸੀ ਉਹਨੇ ਕੀ ਕੀਤਾ ਚਿੱਠੀ ਲੁਕੋ ਲਈ ਇਹ ਇਤਿਹਾਸ ਹੈ ਕੋਈ ਵਰਬਲੀ ਗੱਲ ਨਹੀਂ ਜਾਂ ਸੁਣੀ ਸੁਣਾਈ ਗੱਲ ਨਹੀਂ ਮੈਂ ਕਰਨ ਦਿਆ ਵਰਬਲੀ ਕੋਈ ਗੱਲ ਨਹੀਂ ਇਤਿਹਾਸ ਹੈ ਡਾਕੂਮੈਂਟਰੀ ਪ੍ਰੂਫ ਹੈ ਤਾਂ ਉਹਦੇ ਵਿੱਚ ਜਦੋਂ ਉਹਨੇ ਚਿੱਠੀ ਆਪਣੇ ਲਿਆ ਕੇ ਲਮਾਰੀ ਦੇ ਕੋਟ ਦੀ ਜੇਬ ਦੇ ਵਿੱਚ ਪਾ ਦਿੱਤੀ ਦੂਜੀ ਚਿੱਠੀ ਲਿਖੀ ਉਹਦੇ ਵਿੱਚ ਵੀ ਗੁਰੂ ਸਾਹਿਬ ਨੇ ਆਪਣੇ ਸਤਿਗੁਰ ਦਾ ਪਿਆਰ ਅੰਦਰ ਚਿੱਠੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਉਹ ਵੀ ਚਿੱਠੀ ਜਿਹੜੀ ਹੈ ਬਾਬਾ ਪਿਰਥੀ ਚੰਦ ਦੇ ਹੱਥ ਆ ਗਈ ਕਿਉਂਕਿ ਉਸ ਵੇਲੇ ਦੇ ਮੋਹਤਬਰ ਬੰਦੇ ਸਨ ਉਹ ਕੋਈ ਵੀ ਚਿੱਠੀ ਆਉਂਦੀ ਸੀ ਜਾਂ ਦੇਂਦੇ ਦਿੱਤੀ ਜਾਂਦੀ ਸੀ ਉਹਨਾਂ ਦੇ ਰਾਂਹੀਂ ਆਲਮੋਸਟ ਉਹਨਾਂ ਦੇ ਰਾਂਹੀਂ ਜਿਹੜਾ ਹੈ ਉਹ ਕੰਮ ਹੁੰਦਾ ਸੀ ਦੂਜੀ ਚਿੱਠੀ ਵੀ ਉਹਨਾਂ ਦੇ ਹੱਥ ਚੜ ਗਈ ਤੀਜੀ ਚਿੱਠੀ ਜਦੋਂ ਗੁਰੂ ਸਾਹਿਬ ਨੇ ਲਿਖੀ ਮਨ ਦੇ ਵਿੱਚ ਸੋਚ ਆਈ ਕਿ ਸਤਗੁਰ ਨੇ ਦੋ ਚਿੱਠੀਆਂ ਪੜ੍ਹੀਆਂ ਤੇ ਜਵਾਬ ਨਹੀਂ ਦਿੱਤਾ ਲੇਕਿਨ ਅੰਦਰੋਂ ਗੁਰੂ ਸਾਹਿਬ ਦਾ ਮਨ ਨਾ ਮੰਨੇ ਵੀ ਇਤਰਾ ਹੋ ਨਹੀਂ ਸਕਦਾ ਵੀ ਅੱਜ ਤੱਕ ਉਹਦੀ ਗੁਰੂ ਸਾਹਿਬ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਹੋਵੇ ਜਦੋਂ ਇਨੀ ਗੱਲ ਹੋਈ ਹੋਣ ਤੋਂ ਬਾਅਦ ਉਹ ਤੀਜੀ ਚਿੱਠੀ ਪਾਈ ਇਤਫਾਕ ਦੇ ਨਾਲ ਉਹ ਡਾਕੀਆ ਚਿੱਠੀ ਦੇਣ ਵਾਲਾ ਉਸ ਵਕਤ ਗੁਰੂ ਘਰ ਦੇ ਵਿੱਚ ਐਂਟਰ ਕੀਤਾ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਤੇ ਹੋਰ ਪਤਵੰਤੇ ਤੇ ਬਾਬਾ ਪਿਰਥੀ ਚੰਦ ਵੀ ਉੱਥੇ ਹੀ ਖੜਾ ਸੀ ਜਦੋਂ ਡਾਕੀ ਨੇ ਚਿੱਠੀ ਬਾਬਾ ਪਿਰਥੀ ਚੰਦ ਨੂੰ ਫੜਾਉਣ ਲੱਗੇ ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਕਹਿੰਦੇ ਭਾਈ ਮੈਨੂੰ ਦੇ ਦੇ ਚਿੱਠੀ ਹੁਣ ਚਿੱਠੀ ਜਦੋਂ ਗੁਰੂ ਸਾਹਿਬ ਨੇ ਤੀਸਰੀ ਤੀਸਰੀ ਚਿੱਠੀ ਸੀ ਉਹਨਾਂ ਨੇ ਫੜੀ ਫੜੀ ਤੇ ਗੁਰੂ ਸਾਹਿਬ ਇੱਕਦਮ ਖੜੇ ਹੋ ਗਏ ਕਹਿੰਦੇ ਭਾਈ ਇਹ ਤੇ ਇਹ ਚਿੱਠੀ ਇਹ ਦਰਸਾਉਂਦੀ ਅਰਦੇ ਤੋਂ ਪਹਿਲਾਂ ਵੀ ਚਿੱਠੀਆਂ ਆਈਆਂ ਇਹ ਸ਼ਬਦ ਦਾ ਅਨਵਾਦ ਜਿਹੜਾ ਕਿਉਂਕਿ ਗੁਰੂ ਘਰ ਦੀ ਬਾਣੀ ਸੀ ਤੁਰਕੀ ਬਾਣੀ ਸੀ ਗੁਰੂ ਸਾਹਿਬ ਨੂੰ ਤੰਦਰੋਂ ਜ਼ਿਆਦ ਸੀ ਵਾਹਿਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੀ ਸ਼ਖਸੀਅਤ ਸਨ ਐਸੇ ਗੁਰੂ ਸਨ ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਿੱਚ ਸਭ ਤੋਂ ਵੱਧ ਗੁਰਬਾਣੀ ਲਿਖਣ ਦਾ ਮਾਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪ੍ਰਾਪਤ ਹੋਇਆ ਉਹਨਾਂ ਨੇ ਚਿੱਠੀ ਦਾ ਜਦੋਂ ਵੇਖਿਆ ਵੀ ਇਹ ਤੇ ਚਿੱਠੀ ਪਹਿਲਾਂ ਵੀ ਆਈਆਂ ਬਾਬਾ ਪਿਰਥੀ ਚੰਦ ਨੂੰ ਕਹਿੰਦੇ ਵੀ ਭਾਈ ਕੋਈ ਏਰ ਤੋਂ ਪਹਿਲਾਂ ਵੀ ਚਿੱਠੀ ਆਈਆਂ ਹੁਣ ਜਦੋਂ ਬੰਦੇ ਨੇ ਝੂਠ ਮਾਰਨਾ ਬੰਦੇ ਦੀ ਫੇਸਮ ਪੇਰੈਂਸ ਜਿਹੜਾ ਹੈ ਉਸੇ ਵੇਲੇ ਚੇਂਜ ਹੋ ਜਾਂਦਾ ਉਹਦੀ ਸ਼ਕਲ ਜਿਹੜੀ ਹੈ ਰੰਗ ਦਾ ਫਰਕ ਪੈ ਗਿਆ ਤੇ ਜ਼ਬਾਨ ਥੜਕੜਾਉਣ ਲੱਗੀ ਪਰ ਗੁਰੂ ਸਾਹਿਬ ਨੇ ਉਸੇ ਵੇਲੇ ਉਹਨੂੰ ਕਹਿੰਦੇ ਵੀ ਭਾਈ ਪਹਿਲੀਆਂ ਜੜੀਆਂ ਚਿੱਠੀਆਂ ਉਹ ਤੂੰ ਲੈ ਆ ਹੁਣ ਸਤਗੁਰ ਦਾ ਤਪ ਹੁੰਦਾ ਸੀ ਮਸਤਕ ਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੇ ਝੂਠ ਨਾ ਬੋਲ ਪਾਇਆ ਤੇ ਚਿੱਠੀਆਂ ਲਿਆ ਕੇ ਦੇਣੀਆਂ ਪਈਆਂ ਜਦੋਂ ਗੁਰੂ ਸਾਹਿਬ ਦੇ ਅੱਗੇ ਚਿੱਠੀਆਂ ਰੱਖੀਆਂ ਤੇ ਗੁਰੂ ਸਾਹਿਬ ਦੇ ਨੇਤਰ ਭਾਰੇ ਵੀ ਇੱਕ ਸੇਵਕ ਆਪਣੇ ਮਨ ਦੇ ਵਿੱਚ ਇੰਨੀ ਤੜਫ ਲਈ ਬੈਠਾ ਹੈ ਤੇ ਇਹ ਬੰਦਾ ਚੋਰੀ ਕਰਨ ਲੱਗਿਆ ਠੱਗੀ ਮਾਰ ਲੱਗਿਆ ਕਿਸ ਤਰ੍ਹਾਂ ਦੀ ਤੂੰ ਠੱਗੀ ਮਾਰੰਦਿਆ ਕਿਉਂਕਿ ਕਿਸੇ ਦੇ ਜਜ਼ਬਾਤ ਜਿਹੜਾ ਕੋਈ ਪ੍ਰੇਮ ਕਰਦਾ ਹੈ ਤੇ ਜਿਹਦੇ ਨਾਲ ਕਰਦਾ ਹੈ ਇਹ ਉਸੇ ਨੂੰ ਪਤਾ ਹੋ ਸਕਦਾ ਹੈ ਦੂਜੇ ਬੰਦੇ ਨੂੰ ਇਸ ਚੀਜ਼ ਦਾ ਅਨੁਮਾਨ ਲਾਉਣਾ ਜਿਹੜਾ ਹੈ ਉਹ ਬੜਾ ਕਠਨ ਹੈ ਉਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਸੇ ਵੇਲੇ ਗੁਰੂ ਸਾਹਿਬ ਨੇ ਸੱਦਿਆ ਸੱਦ ਕੇ ਲਿਆ ਕੇ ਗੁਰੂ ਸਾਹਿਬ ਨੇ ਆਪ ਦਾ ਪਿਆਰ ਵੇਖ ਕੇ ਸ਼ਰਧਾ ਵੇਖ ਕੇ ਆਪ ਨੂੰ ਗੁਰਗੱਦੀ ਬਖਸ਼ੀ ਤੇ ਬਖਸ਼ਣ ਤੋਂ ਬਾਅਦ ਉਹਨਾਂ ਦਾ ਭਰੋਸਾ ਉਹਨਾਂ ਦਾ ਭਰੋਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਹਰ ਕੰਮ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਸਤਿਗੁਰ ਨੂੰ ਅੱਗੇ ਰੱਖਿਆ ਤੇ ਇਤਿਹਾਸ ਇਸ ਚੀਜ਼ ਦੀ ਗਵਾਹੀ ਪਰਦਾ ਹੈ ਕਿ ਕਦੀ ਵੀ ਸਤਿਗੁਰ ਨੇ ਆਪ ਦੀ ਪਿੱਠ ਜਿਹੜੀ ਹੈ ਉਹ ਨਹੀਂ ਲੱਗਣ ਦਿੱਤੀ ਇੰਨਾ ਆਪਣੇ ਜੀਵਨ ਕਾਲ ਗੁਰਗੱਦੀ ਦੌਰਾਨ ਦੇ ਵਿੱਚ ਆਪ ਨੂੰ ਬਹੁਤ ਸਾਰਾ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਪਿਆ ਪਰ ਆਪ ਦਾ ਕੋਈ ਕਾਰਜ ਐਸਾ ਨਹੀਂ ਕਿ ਜਿਹੜਾ ਆਪ ਦਾ ਨਾਮ ਲੈ ਵੀ ਲਿਆ ਜਾਵੇ ਤਾਂ ਕਹਿੰਦੇ ਉਹ ਕਾਰਜ ਉਸ ਪ੍ਰੇਮੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਆਪ ਸਿੱਧ ਕਰ ਦਿੰਦੇ ਨੇ ਸਾਨੂੰ। ਇਨਸਾਨ ਦੀ ਅਰਦਾਸ ਕਦੋਂ ਨਹੀਂ ਪਹੁੰਚਦੀ? ਅਰਦਾਸ ਉਦੋਂ ਨਹੀਂ ਪਹੁੰਚਦੀ ਜਦੋਂ ਮਨ ਦੇ ਵਿੱਚ ਲੋਭ ਹੁੰਦਾ ਹੈ। ਪੰਨਵੇਂ ਪਾਸ਼ਾ ਆਪਣੀ ਬਾਣੀ ਦੇ ਵਿੱਚ ਅੱਗੇ ਪਰਮਾਉਂਦੇ ਹਨ ਕਹਿੰਦੇ ਬੋਲ ਨਾ ਜਾਣੇ ਮਾਇਆ ਮਦ ਮਾਤਾ। ਮਰਨਾ ਚਿਤ ਨਾ ਆਵੇ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਤੁਖ ਕੈਸਾ ਪਾਵੇ? ਕਹਿੰਦੇ ਇਨਸਾਨ ਦੀ ਅਰਦਾਸ ਕਦੋਂ ਨਹੀਂ ਪੂਰੀ ਹੁੰਦੀ? ਕਹਿੰਦੇ ਜਦੋਂ ਮੋ ਮਾਇਆ ਦੀ ਮਿੱਠੀ ਸ਼ਰਾਬ ਮਦ ਮੀਨ ਸ਼ਰਾਬ ਮਾਇਆ ਦੀ ਮਿੱਠੀ ਸ਼ਰਾਬ ਜਦ ਇਨਸਾਨ ਜਦੋਂ ਪੀਂਦਾ ਹੈ ਉਹ ਇਸੇ ਨੂੰ ਜਿਹੜਾ ਹੈ ਉਹ ਰੱਬ ਸਮਝ ਕੇ ਬੈਠ ਜਾਂਦਾ ਹੈ ਕਿ ਸ਼ਾਇਦ ਮਾਇਆ ਹੀ ਜੜੀ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰੱਬ ਹੈ 노 ਡਾਊਟ ਇਹਦੇ 'ਚ ਕੋਈ ਸ਼ੱਕ ਨਹੀਂ ਇਨਸਾਨ ਦੀ ਜਾਦੀ ਪਰਸਨੈਲਿਟੀ ਦੁਨਿਆਵੀ ਝੂਠੀ ਝੂਠੀ ਦੁਨਿਆਵੀ ਜਿਹੜੀ ਹੈ ਸ਼ਾਨੋ ਸ਼ਕਤ ਸਿਰਫ ਡਵੈਲਪ ਹੁੰਦੀ ਹੈ ਪੈਸੇ ਦੇ ਨਾਲ ਲੋਭ ਦੇ ਨਾਲ ਲਾਲਚ ਦੇ ਨਾਲ ਇਸ ਲੋਭ ਤੇ ਲਾਲਚ ਦੀ ਕੋਈ ਹੱਦ ਸੀਮਾ ਨਹੀਂ ਤੇ ਇਸ ਲੋਭ ਲਾਲਚ ਦੇ ਵਿੱਚ ਅੱਜ ਤੱਕ ਕਦੀ ਵੀ ਕਿਸੇ ਦਾ ਕਮਾਇਆ ਪੈਸਾ ਜਿਹੜਾ ਹੈ ਉਹ ਕਿਸੇ ਦਾ ਨਾਲ ਨਹੀਂ ਗਿਆ ਇਸ ਚੀਜ਼ ਦੀ ਗਵਾਹ ਰਾਵਣ ਦੀ ਮਿਸਾਲ ਦੇ ਇੱਕ ਸਾਹਿਬ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਪਰਮਾਉਂਦੇ ਹਨ ਕਹਿੰਦੇ 1 ਲੱਖ ਪੁੱਤ ਸਵਾ ਲੱਖ ਨਾਤੀ ਜਾ ਰਾਵਨ ਕਰਦੀ ਅਨਬਾਤੀ ਕਹਿੰਦੇ ਸਵਾ ਲੱਖ ਨਾਤੀ ਬੰਦੂ ਸਨ ਕਬੀਰ ਸਾਹਿਬ ਨੇ ਆਪ ਦਾ ਆਪਦੀ ਹਿਸਟਰੀ ਟਰੇਸ ਕੀਤੀ ਉਹਦੇ ਵਿੱਚ ਆਪ ਦੇ ਸਾਖ ਸੰਬੰਧੀ ਰਿਸ਼ਤੇਦਾਰ ਭੈਣ ਭਾਈ ਜਿਹੜਾ ਹੈ ਉਹਨੂੰ ਉਹਨਾਂ ਗਿਣਤੀ ਕੱਢ ਕੇ ਵੇਖਿਆ ਕਿ ਭਾਈ ਕਿਸੇ ਨੇ ਜਿਹੜਾ ਹੈ ਉਹ ਸਾਥ ਨਹੀਂ ਦਿੱਤਾ ਇੱਕ ਮਾੜਾ ਕਰਮ ਜਿਹੜਾ ਹੈ ਕਰਮ ਜਿਹੜਾ ਹੈ ਉਹ ਇਨਸਾਨ ਨੂੰ ਲੈ ਕੇ ਬੈਠ ਜਾਂਦਾ ਹੈ ਤੇ ਕਰਮ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਸੋਚ ਕੇ ਕਰੋ ਵਿਚਾਰ ਕੇ ਕਰੋ ਕਿਸੇ ਦਾ ਵਿਰੋਧ ਵੀ ਜੇ ਕਰਦੇ ਜੇ ਤੇ ਕਹਿੰਦੇ ਸੋਚ ਕੇ ਕਰੋ ਆਪਾਂ ਅੱਜ ਲਾਈਫ ਦੇ ਵਿੱਚ ਅੱਜ ਆਪਾਂ ਆਪਾਂ ਇਹ ਅਕਸਰ ਹੀ ਗੱਲ ਕਹਿ ਦਿੰਨੇ ਨਾਮ ਲੇਵਾ ਸੇਵਾ ਕਰਨ ਦੀ ਵਜ੍ਹਾ ਤੇ ਜਾਂ ਅਭਿਆਸ ਕਰਨ ਦੇ ਵਿੱਚ ਆਪਾਂ ਅਕਸਰ ਇਹ ਗੱਲ ਕਹਿ ਦਿੰਨੇ ਕਿ ਭਾਈ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਧੱਕਿਆ ਮੈਂ ਕਦੀ ਕਿਸੇ ਦਾ ਬੁਰਾ ਕੀਤਾ ਨਹੀਂ ਮੈਂ ਕਦੀ ਕਿਸੇ ਦਾ ਬੁਰਾ ਸੋਚਿਆ ਨਹੀਂ ਬੇਵਜ੍ਹਾ ਜਿਹੜਾ ਹੈ ਮੇਰਾ ਹਰ ਬੰਦਾ ਮੇਰੀ ਹਰ ਬੰਦਾ ਜਿਹੜਾ ਹੈ ਨਿੰਦਿਆ ਕਰੀ ਜਾਂਦਾ ਹੈ ਹਰ ਬੰਦਾ ਮੇਰੀਆਂ ਚੁਗਲੀਆਂ ਕਰੀ ਜਾਂਦਾ ਹੈ ਐਸ ਜਾਮੇ ਦਾ ਉਹ ਆਪਣਾ ਜੀਵ ਕਹਿੰਦਾ ਮੈਨੂੰ ਐਸ ਜਾਮੇ ਦਾ ਪਤਾ ਵਾ ਮੈਂ ਕਦੀ ਕਿਸੇ ਦਿਨ ਪਰਤੀ ਉਂਗਲ ਨਹੀਂ ਚੁੱਕੀ ਕਦੀ ਕਿਸੇ ਵਰਤੀ ਬੁਰਾ ਕੀਤਾ ਨਹੀਂ ਲੇਕਿਨ ਕਹਿੰਦੇ ਫੇਰ ਵੀ ਮੈਨੂੰ ਜਗਾ ਜਗਾ ਇਹੀ ਸੁਣਨ ਦੇ ਵਿੱਚ ਆਉਂਦਾ ਹੈ ਫਲਾਨਾ ਤੇਰੀ ਇਨਿੰਦਿਆ ਕਰਦਾ ਹੈ ਫਲਾਨਾ ਤੇਰੀ ਨਿੰਦਿਆ ਕਰਦਾ ਹੈ ਲੇਕਿਨ ਮਨ ਦੀ ਇੱਕ ਸੋਚ ਹੈ ਮਨ ਕੀ ਕਹਿੰਦਾ ਹੈ ਮਨ ਕਦੀ ਕਿਸੇ ਦੀ ਪ੍ਰਾਈਵੇਸੀ ਮਨ ਕਿਸੇ ਦੀ ਪਰਦੇ ਦੀ ਗੱਲ ਕਿਸੇ ਭੈਣ ਭਾਈ ਦੀ ਗੱਲ ਜਦੋਂ ਮਨ ਦੇ ਵਿੱਚ ਈਰਖਾ ਹੁੰਦੀ ਹੈ ਵਿਰੋਧ ਹੁੰਦਾ ਹੈ ਅਗਣੀ ਹੁੰਦੀ ਹੈ ਕਿਸੇ ਨੂੰ ਦੱਸਣ ਦੀ ਭਾਈ ਲੋੜ ਨਹੀਂ ਪੈਂਦੀ ਸਾਰੀ ਦੁਨੀਆ ਨੂੰ ਮਾਲਕ ਨੇ ਜਿਹੜਾ ਹੈ ਪ੍ਰਮਾਤਮਾ ਨੇ ਮਨ ਦਿੱਤਾ ਹੈ ਦਿਮਾਗ ਦਿੱਤਾ ਹੈ ਹਰ ਬੰਦਾ ਜਿਹੜਾ ਹੈ ਹਰ ਬੰਦੇ ਦੇ ਵਿੱਚ ਪ੍ਰਮਾਤਮਾ ਨੇ ਇਹ ਕੁਆਲਿਟੀ ਰੱਖੀ ਹੁੰਦੀ ਹੈ ਆਪਾਂ ਕਿਸੇ ਦੇ ਉੱਤੇ ਨਜ਼ਰ ਪਾਉਂਨੇ ਆ 1 ਸੈਕਿੰਡ ਦੇ ਵਿੱਚ ਹੀ ਉਸ ਬੰਦੇ ਦੇ ਅੰਦਰ ਦੀ ਈਰਖਾ ਉਸ ਦੀ ਨਿੰਦਿਆ ਉਸ ਦੀ ਅਗਣੀ ਇੱਕ ਸਕਿੰਟ ਦੇ ਵਿੱਚ ਬੋਲ ਦੇ ਸਾਰ ਹੀ ਦੂਜਾ ਜਣਾ ਅਬਜ਼ਰਵ ਕਰ ਜਾਂਦਾ ਦੂਜਾ ਜਣਾ ਅੰਡਰਸਟੈਂਡ ਕਰ ਜਾਂਦਾ ਬੰਦਾ ਸਮਝਦਾ ਯਾਰ ਮੈਂ ਤਾਂ ਕੁਝ ਵੀ ਕੀਤਾ ਨਹੀਂ ਉਹ ਆਪਣਾ ਇਹ ਦੱਸਦਾ ਹੈ ਮੈਂ ਪਰ ਮੈਂ ਹੀ ਚੀਜ਼ ਜਿਹੜੀ ਹੈ ਅੱਜ ਅੱਜ ਕੀ ਸੋ ਪਿੱਛੇ ਤੱਕ ਹੁਣ ਤੱਕ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਬਾਬਾ ਜੀ ਮਹਾਰਾਜ ਜਿੰਨੂੰ ਡੇਰੇ ਲਿਆਉਂਦੇ ਆ ਜਿੰਨੂੰ ਲਿਆਉਂਦੇ ਆ ਉਹਨੂੰ ਆਪਣੀ ਮਰਜ਼ੀ ਦੇ ਨਾਲ ਲਿਆਉਂਦੇ ਆ ਜਿੰਨਾਂ ਨੂੰ ਉਹ ਪਾਉਂਦੇ ਨਹੀਂ ਜਿੰਨਾਂ ਨੂੰ ਉਹ ਚੰਗਾ ਨਹੀਂ ਲੱਗਦਾ ਕਦੀ ਵੀ ਉਹ ਸਤਿਗੁਰ ਜਿਹੜਾ ਹੈ ਆਪਣੇ ਉਸ ਸਰੌਂਡਿੰਗ ਦੇ ਵਿੱਚ ਆਪਣੇ ਉਸ ਘੇਰੇ ਦੇ ਵਿੱਚ ਉਹ ਸਤਿਗੁਰ ਕਦੀ ਪੈਰ ਵੀ ਨਹੀਂ ਜੇ ਪਾਉਣ ਦਿੰਦਾ ਇਹ ਸਪਸ਼ਟ ਹੈ ਕਿਉਂ ਕਿਉਂਕਿ ਉਹ ਸਤਿਗੁਰ ਨੂੰ ਪਾਉਂਦਾ ਨਹੀਂ ਉਹ ਸਤਿਗੁਰ ਨੂੰ ਚੰਗਾ ਨਹੀਂ ਲੱਗਦਾ ਉਹ ਸਤਿਗੁਰ ਇਹ ਸਮਝਦਾ ਹੈ ਕਿ ਇਹ ਅਗਲਾ ਕਰਮ ਕੋਈ ਹੋਰ ਮਾੜਾ ਕਰਮ ਜਿਹੜਾ ਹੈ ਇਸ ਦੇ ਹੱਥੋਂ ਨਾ ਹੋ ਜਾਵੇ ਕਿਉਂਕਿ ਈਰਖਾ ਦੇ ਨਾਲ ਇਹ ਪਹਿਲਾਂ ਹੀ ਭਰਿਆ ਪਿਆ ਹੈ ਇਹ ਫੇਸ ਰੀਡਿੰਗ ਆਪਣੇ ਆਪ 1 ਸੈਕਿੰਡ ਦੇ ਵਿੱਚ ਆਪਾਂ ਇੱਕ ਦੂਸਰੇ ਨੂੰ ਜੱਜ ਕਰ ਜਾਂਦੇ ਆ ਕਿ ਭਾਈ ਕਿਸੇ ਦੇ ਮਨ ਦੇ ਵਿੱਚ ਕਿੰਨੀ ਇੱਕ ਨਫ਼ਰਤ ਹੈ ਪਰ ਕੋਈ ਬੋਲ ਕੇ ਦਰਸਾ ਦਿੰਦਾ ਹੈ ਕੋਈ ਨਹੀਂ ਦਰਸਾਉਂਦਾ ਆਪਣੀ ਜ਼ੁਬਾਨ ਦੇ ਉੱਤੇ ਉਹਦਾ ਕੰਟਰੋਲ ਹੈ ਉਸ ਚੀਜ਼ ਨੂੰ ਹਜਮ ਕਰ ਜਾਂਦਾ ਹੈ ਲੇਕਿਨ ਹਰ ਬੰਦੇ ਦੇ ਵਿੱਚ ਪਰਮਾਤਮਾ ਨੇ ਇੱਕ ਕੁਆਲਿਟੀ ਰੱਖੀ ਹੈ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਜਦੋਂ ਪਾਂਡਵਾ ਔਰ ਕੌਰਵਾ ਦਾ ਜਯੁੱਧ ਖਤਮ ਹੋਇਆ ਪਾਂਡਵਾ ਨੇ ਜਿੱਤ ਹਾਸਲ ਕੀਤੀ ਕ੍ਰਿਸ਼ਨ ਭਗਵਾਨ ਨੇ ਇਹ ਗੱਲ ਕਹੀ ਕਿ ਭਾਈ ਹੁਣ ਆਪਣੇ ਬਜ਼ੁਰਗਾਂ ਨੂੰ ਮੱਥਾ ਟੇਕੋ ਤ੍ਰੇਤਰਾਸ਼ਟਰ ਉਸ ਸਮੇਂ ਦਾ ਬਜ਼ੁਰਗ ਸੀ ਉਹਨਾਂ ਦਾ ਰਾਜ ਗੱਦੀ ਦੇ ਉੱਤੇ ਉਹ ਬੈਠਾ ਸੀ ਰਾਜਾ ਸੀ ਲੇਕਿਨ ਰਿਸ਼ਤੇਦਾਰੀ ਵਾਈਜ਼ ਜਿਹੜਾ ਹੈ ਉਹ ਬਾਪ ਵੀ ਲੱਗਦਾ ਸੀ ਪੰਜੇ ਪਾਂਡਵਾਂ ਨੂੰ ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਭਾਈ ਚੱਲੋ ਜਾ ਕੇ ਹੁਣ ਤੇਰੇ ਤਰਾਸ਼ਟਰ ਦੇ ਅੱਗੇ ਮੱਥਾ ਟੇਕੋ ਤੇ ਆਪਣਾ ਰਾਜ ਸੰਭਾਲੋ ਜਦੋਂ ਉੱਥੋਂ ਚੱਲੇ ਕ੍ਰਿਸ਼ਨ ਭਗਵਾਨ ਨਾਲ ਸੀ ਜਦੋਂ ਮਹਿਲ ਦੇ ਨੇੜੇ ਆਏ ਤੇ ਕ੍ਰਿਸ਼ਨ ਭਗਵਾਨ ਨੇ ਸਾਰਿਆਂ ਨੇ ਉੱਥੇ ਵਿਸ਼ਰਾਮ ਕੀਤਾ विश्राम ਕੀਤਾ ਤਸਵੀਰੇ কৃষ্ণ ਭਗਵਾਨ ਮੈਡੀਟੇਸ਼ਨ ਤੇ ਬੈਠੇ ਮੈਡੀਟੇਸ਼ਨ ਤੇ ਉਹਨਾਂ ਨੂੰ ਜੋ ਅਨੁਭਵ ਹੋਇਆ ਤੇ ਤੁਰਨ ਲੱਗਿਆ ਜਿਹੜਾ ਹੈ ਉਹ ਪਾਂਡਵਾਂ ਨੂੰ ਸੱਦ ਕੇ ਕਹਿੰਦੇ ਵੀ ਭਾਈ ਮੇਰੀ ਗੱਲ ਸੁਣ ਲਓ ਧਿਆਨ ਨਾਲ ਕਹਿੰਦੇ ਤੁਹਾਡੇ ਵਿੱਚੋਂ ਸਿਰਫ ਇੱਕ ਭੀਮ ਜਿਹੜਾ ਹੈ ਇਹਦਾ ਇੱਕ ਬੁੱਤ ਬਣਾਓ ਪੱਥਰ ਦਾ ਹੂ ਬਹੁ ਪੱਥਰ ਦਾ ਬੁੱਤ ਬਣਵਾਓ ਸੇਮ ਟੂ ਸੇਮ ਐਜ਼ ਅ ਸ਼ਰੀਰ ਵਾਈਜ਼ ਉਤਰਾਂ ਦਾ ਜਿਹੜਾ ਹੈ ਉਹ ਬੁੱਤ ਬਣਾਇਆ ਕਈਆਂ ਨੇ ਉਹ ਪਾਂਡਵਾਂ ਚ ਉਹਨਾਂ ਨੇ ਪੁੱਛਿਆ ਭਰਾਵਾਂ ਨੇ ਕਿ ਮਹਾਰਾਜ ਇਹਦੀ ਕੀ ਲੋੜ ਆ ਉਹ ਕਹਿੰਦੇ ਭਾਈ ਸਮਾਂ ਆਊਗਾ ਦੱਸ ਦੇਾਂਗੇ ਬੁੱਤ ਬਣਾ ਕੇ ਜਦੋਂ ਉਹ ਲਿਆਂਦਾ ਗਿਆ ਜਦੋਂ ਤ੍ਰਿਤਰਾਸ਼ਟਰ ਨੂੰ ਮਿਲਣ ਲੱਗੇ ਮਿਲਣ ਲੱਗੇ ਸਾਰਿਆਂ ਨੇ ਗੋਡੀ ਹੱਥ ਲਾਏ ਉਹਨੇ ਜੱਫੀ ਪਾਈ ਪਿਆਰ ਦਿੱਤਾ ਲੇਕਿਨ ਜਦੋਂ ਆਈ ਧੀਮ ਦੀ ਵਾਰੀ ਧੀਮ ਦੀ ਵਾਰੀ ਆਈ ਤੇ ਭੀਮ ਅੱਗੇ ਹੁਣ ਲੱਗਾ। ਕ੍ਰਿਸ਼ਨ ਭਗਵਾਨ ਨੇ ਉਹਦੀ ਬਾਹ ਫੜ ਲਈ ਕਹਿੰਦਾ ਇੱਕ ਸਕਿੰਟ ਰੁਕ ਜਾ। ਉਹਨੇ ਆਪਣਾ ਭੀਮ ਦਾ ਜਿਹੜਾ ਬੁੱਤ ਬਣਾਇਆ ਸੀ। ਉਸ ਭੀਮ ਦੇ ਬੁੱਤ ਨੂੰ ਥੱਲੇ ਪਈਏ ਲੱਗੇ ਸੀ। ਉਹਨੇ ਧੱਕ ਕੇ ਉਹ ਤ੍ਰੇਤ ਯੁਗ ਦਾ ਜਿਹੜਾ ਹੈ ਉਸ ਦੇ ਜਾ ਕੇ ਲਾਗੇ ਖੜਾ ਕੀਤਾ। ਤੇ ਨਾਲ ਭੀਮ ਨੂੰ ਕ੍ਰਿਸ਼ਨ ਨੇ ਕਿਹਾ ਕਿ ਆਪਣੀ ਆਵਾਜ਼ ਦੇ ਵਿੱਚ ਬੋਲ। ਮਾਰਾ ਹੀ ਤੁਹਾਡੇ ਪੈਰੀ ਲੱਗਦਾ ਇੰਨੀ ਗੱਲ ਜਦੋਂ ਉਹਨੇ ਕਹੀ ਕਰੋਧ ਦੇ ਵਿੱਚ ਤ੍ਰਿਤ ਰਾਸ਼ਟਰ ਅੰਨਾ ਹੋ ਗਿਆ ਅੰਨਾ ਤਾਂ ਸੋ ਪਹਿਲਾਂ ਹੀ ਸੀ ਬੁੱਧੀਹੀਨ ਹੋ ਗਿਆ ਇੰਨਾ ਉਹਦੇ ਮਨ ਦੇ ਵਿੱਚ ਬੁਖਲਾਹਟ ਇੰਨੀ ਉਸਦੇ ਮਨ ਦੇ ਵਿੱਚ ਈਰਖਾ ਵਿਰੋਧ ਅੱਗ ਭਰੀ ਜਦੋਂ ਉਸਨੇ ਧੀਮ ਦਾ ਨਾਂ ਲਿਆ ਧੀਮ ਨੇ ਆਪਣਾ ਨਾਂ ਲਿਆ ਕੀ ਪਤਾ ਮੱਥਾ ਟੇਕਦਾ ਇਤਿਹਾਸ ਦੱਸਦਾ ਹੈ ਕਿ ਉਹਨੇ ਗਲਵਕੜੀ ਪਾਈ ਗਲਵਕੜੀ ਇੰਨੀ ਜ਼ੋਰ ਦੇ ਵਿੱਚ ਪਾਈ ਇਹ ਮੰਨ ਦੀ ਅਵਸਥਾ ਭੁੱਲੀ ਗਈ ਕਿ ਮੈਂ ਪੱਥਰ ਨੂੰ ਜੱਫੀ ਪਾਈ ਹੈ ਉਸ ਦੇ ਵਿਰੋਧ ਨੇ ਉਸ ਦੀ ਈਰਖਾ ਨੇ ਇੰਨੀ ਜ਼ੋਰ ਦੇ ਵਿੱਚ ਗਲਵਕੜੀ ਪਾਈ ਕਿ ਉਸ ਪੱਥਰ ਦੇ ਬੁੱਤ ਦੋਂ ਆੜ ਕੇ ਜਿਹੜਾ ਹੈ ਉਹ ਰੱਖ ਦਿੱਤਾ ਲੇਕਿਨ ਕਹਿੰਦੇ ਜਦੋਂ ਬੁੱਤ ਜਿਹੜਾ ਹੈ ਉਹ ਫਾਟ ਕੇ ਡਿੱਗਾ ਤੇ ਕ੍ਰਿਸ਼ਨ ਭਗਵਾਨ ਕਹਿੰਦੇ ਮਹਾਰਾਜ ਇਹ ਭੀਮ ਨਹੀਂ ਆ ਇਹ ਉਸ ਦਾ ਬੋਧ ਓਥੇ ਪੰਨਾਂ ਪਾਂਡਵਾਂ ਦੇ ਵਿੱਚ ਤੇ ਵਿਦ ਉਹ ਕ੍ਰਿਸ਼ਨ ਭਗਵਾਨ ਦੇ ਵਿੱਚ ਸ਼ਰਮਸਾਰ ਹੋਇਆ ਸੋ ਕਹਿਣ ਦਾ ਭਾਵ ਹੈ ਆਪਾਂ ਲੋਗੇ ਕਹਿੰਨੇ ਆ ਕਿ ਸਾਡੀ ਈਰਖਾ ਸਾਡੇ ਅੰਦਰ ਆ ਪਰ ਇਹ ਸਾਡੇ ਮਨ ਦੀ ਇੱਕ ਝੂਠ ਸੋਚ ਆ ਦਾ ਫੇਸ ਇਨ ਦਾ ਡੈਕਸ ਆਫ ਮਾਈਂਡ ਜੋ ਸਾਡੇ ਪੇਟ ਚਾ ਜੋ ਸਾਡੇ ਮੇਦੇ ਚਾ ਉਹ ਚੀਜ਼ ਇਸ ਖਾਂ ਦੇ ਉੱਤੇ ਆਣ ਕੇ ਸਕਰੀਨ ਦੇ ਉੱਤੇ ਉਸ ਰਡਾਰ ਦੇ ਉੱਤੇ ਆਪਣੇ ਆਪ ਜਿਹੜੀ ਹੈ ਉਹ ਆ ਜਾਂਦੀ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਆਪਣੇ ਮਨ ਦੀ ਅਗਣੀ ਆਪਣੇ ਮਨ ਦੀ ਸੋਚ ਜਿਹੜੀ ਹੈ ਆਪਣੇ ਸਤਿਗੁਰ ਦੇ ਚਰਨਾਂ ਦਾ ਧਿਆਨ ਤਰ ਕੇ ਉਸ ਨੂੰ ਸਿਮਰਨ ਦੇ ਰਾਹੀਂ ਜਿਹੜਾ ਹੈ ਆਪਣੇ ਆਪ ਨੂੰ ਉਹਨੂੰ ਖਤਮ ਕਰ ਦਿਓ ਮਨ ਦੇ ਵਿੱਚ ਇਹ ਸੋਚਣਾ ਰੱਖੋ ਵੀ ਮੈਂ ਕਦੀ ਕਿਸੇ ਦੇ ਘਰ ਦਾ ਪੜਦਾ ਮੈਂ ਸਾਰਿਆਂ ਦੇ ਅੱਗੇ ਜਿਹੜਾ ਹੈ ਉਸ ਨੂੰ ਨੰਗਣ ਕਰ ਦਵਾਂ ਸਾਰਿਆਂ ਦੇ ਅੱਗੇ ਉਸ ਨੂੰ ਬੇਇੱਜ਼ਤ ਕਰ ਦਵਾਂ ਕਿਸੇ ਦੀ ਪਤ ਮੈਂ ਰੋਲ ਕੇ ਰੱਖ ਦਵਾਂ ਕਹਿੰਦੇ ਸੁਸੰਗੀ ਭੈਣ ਪਾਈਆਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਇਹ ਹੈ ਸਾਡੇ ਮਨ ਦਾ ਪ੍ਰੇਜ ਜਿਹੜੇ ਲੋਕ ਪ੍ਰੇਜ ਕਰਦੇ ਹਨ ਸਤਿਗੁਰੂ ਦੀ ਦਇਆ ਦਾ ਪਾਤਰ ਉਹੀ ਲੋਕ ਬਣਦੇ ਹਨ ਇਸ ਕਰਕੇ ਕਹਿੰਦੇ ਹਨ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜਦ ਮਨ ਖੋਜਿਆ ਆਪਣਾ ਤਾਂ ਮੁਜ ਸੇ ਬੁਰਾ ਨਾ ਕੋਈ ਕਹਿੰਦੇ ਜਦੋਂ ਮੈਂ ਆਪਣੇ ਆਪ ਦਾ ਮਨ ਖੋਜਿਆ ਆਪਣੇ ਮਨ ਦੀ ਸੋਚ ਵੇਖੀ ਮਨ ਦੇ ਵਿੱਚ ਇਹ ਸੋਚ ਬਣ ਗਈ ਕਿ ਭਾਈ ਮੈਂ ਕਿੱਧਰ ਨੂੰ ਤੁਰਿਆ ਫਿਰਦਾ ਹਾਂ ਕਿੱਧਰ ਨੂੰ ਮੇਰੀ ਸੋਚ ਜਿਹੜੀ ਹੈ ਉਹ ਤੁਰ ਹੀ ਫਿਰਦੀ ਹੈ ਕਹਿੰਦੇ ਇਸ ਕਰਕੇ ਕਹਿੰਦੇ ਆਪਣੇ ਮਨ ਨੂੰ ਲਗਾਮ ਦੋ ਤੇ ਆਪਣੇ ਸਤਪੁਰ ਦੇ ਨਾਮ ਨੂੰ ਸੰਭਾਲੋ ਸੰਭਾਲਣਾ ਕੋਈ ਇਹ ਨਹੀਂ ਹੈ ਕਿ ਕਿਸੇ ਨੇ ਪੇਟੀ ਚ ਬੰਦ ਕਰ ਦੇਣਾ ਹੈ ਕਿਸੇ ਦੇ ਅਲਮਾਰੀ ਚ ਬੰਦ ਕਰ ਦੇਣਾ ਹੈ ਅਲਮਾਰੀ ਜਾਂ ਕਿਸੇ ਨੂੰ ਪੇਟੀ ਦੇ ਵਿੱਚ ਬੰਦ ਕਰਨ ਦਾ ਭਾਵ ਅਰਥ ਇਹ ਹੈ ਕਿ ਆਪਣੀ ਮਨ ਦੀ ਪਵਿੱਤਰਤਾ ਰੱਖੋ ਕਿਸੇ ਦੇ ਪ੍ਰਤੀ ਕੋਈ ਐਸਾ ਐਸਾ ਮਨ ਦੇ ਵਿੱਚ ਸੋਚ ਬਣਾ ਕੇ ਨਾ ਰੱਖੋ ਕਿ ਮੈਂ ਕਿਸੇ ਦਾ ਬੁਰਾ ਹੀ ਬੁਰਾ ਕਰਨਾ ਹੈ ਇਸ ਕਰਕੇ ਕਹਿੰਦੇ ਬੁਰਾ ਉਹੀ ਕਿਸੇ ਦਾ ਨਹੀਂ ਕਰ ਸਕਦਾ ਤੇ ਨਾ ਕਿਸੇ ਦੇ ਵਿੱਚ ਉਹ ਤਾਕਤ ਹੈ ਇਹ ਤੇ ਮੌਲਾ ਦੀ ਖੇਡ ਆ ਮੌਲਾ ਜਿੱਤਰਾ ਜਿੱਤਰਾ ਕਿਸੇ ਨੂੰ ਨਚਾਉਂਦਾ ਜੀਵ ਉਸ ਢੰਗ ਤਰੀਕੇ ਦਾ ਨੱਚਦਾ ਫਿਰਦਾ ਬੰਦੇ ਦੇ ਹੱਥ ਵਿੱਚ ਕਿਸੇ ਵੀ ਬੰਦੇ ਦੇ ਹੱਥ ਵਿੱਚ ਕੁਝ ਵੀ ਹੈ ਜਿਹੜਾ ਹੈ ਉਹ ਨਹੀਂ ਹੈਗਾ ਇਹ ਜੋ ਕੁਝ ਹੈ ਉਸ ਮਾਲਕ ਨੇ ਆਪਣੇ ਹੱਥ ਦੇ ਵਿੱਚ ਸਾਰਾ ਕੁਝ ਰੱਖਿਆ ਹੈ ਜਰੇ ਜਰੇ ਦੇ ਵਿੱਚ ਉਸ ਉਸ ਸਤਿਗੁਰ ਦੀ ਤਾਕਤ ਵਸਦੀ ਹੈ ਸਾਨੂੰ ਆਪਣੇ ਸਤਿਗੁਰ ਦੇ ਉੱਤੇ ਭਰੋਸਾ ਨਹੀਂ ਹੁੰਦਾ ਆਪਣੇ ਸਤਿਗੁਰ ਨੂੰ ਛੱਡ ਕੇ ਆਪਾਂ ਕਈਆਂ ਹੋਰਾਂ ਦੇ ਕੋਲੋਂ ਨਾਮ ਲੈ ਕੇ ਜਿਹੜਾ ਹੈ ਆਪਣੇ ਆਪ ਨੂੰ ਸਮਝਦੇ ਹਾਂ ਅਸੀਂ ਬਹੁਤ ਅਕਲਮੰਦ ਹਾਂ ਤੇ ਕਹਿੰਦੇ ਇਹ ਅਕਲਮੰਦੀ ਪਤਾ ਲੱਗੇਗੀ ਉਸ ਦਿਨ ਉਸ ਦਿਨ ਪਤਾ ਲੱਗੇਗੀ ਕਿ ਜਿੱਦਣ ਇਹ ਆਪਾਂ ਉਹ ਗਲਤੀ ਸਾਡੇ ਦਿਮਾਗ 'ਚ ਇਹ ਚੀਜ਼ ਆਏ ਤਾਂ ਆਪਾਂ ਆਪਣੇ ਸਤਿਗੁਰੂ ਨੂੰ ਨੀਵਾ ਵਿਖਾ ਗਿਆ ਜਦੋਂ ਆਪਾਂ ਕਿਸੇ ਆਪਣੇ ਸਤਿਗੁਰੂ ਨੂੰ ਨੀਵਾ ਵਿਖਾਉਨੇ ਹਾਂ ਕਹਿੰਦੇ ਆਪਣੇ ਆਪ ਸਾਡੀ ਖੱਡ ਸਾਡੀ ਆਪਣੇ ਆਪ ਉਸ ਦਿਨ ਜਿਹੜੀ ਹੈ ਉਹ ਖੱਡ ਜਿਹੜੀ ਹੈ ਉਹ ਸਾਡੀ ਪੁੱਟਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਕਹਿੰਦੇ ਹਨ ਇਹੋ ਜੀ ਗਲਤੀ ਇਹੋ ਜੀ ਗਲਤੀ ਜਿਹੜੀ ਹੈ ਉਹ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਕਰ ਵੀ ਬੈਠੇ ਹਾਂ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਰਾਹ ਦੱਸਦੇ ਆ ਉਹਦਾ ਸੋਲੂਸ਼ਨ ਦੱਸਦੇ ਕਿ ਭਾਈ ਵੜੀ ਕੁੰਧਾਰੀ ਨੂੰ ਸਮਝਾਉਂਦੇ ਕਿ ਭਾਈ ਜੇ ਤੂੰ ਗਲਤੀ ਕਰਦਾ ਰਿਆਂ ਔਗਣ ਕਰਦਾ ਰਿਆਂ ਤੇ ਕਹਿੰਦੇ ਅੱਜ ਤੈਨੂੰ ਸੋਝੀ ਆ ਗਈ ਤੈਨੂੰ ਨਾਮ ਮਿਲ ਗਿਆ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨੂੰ ਸ਼ਰਨ ਦੇ ਵਿੱਚ ਲਿਆ ਤਾੰਤਰਿਕ ਵਿਦਾ ਦਾ ਉਹ ਬੜਾ ਖਡਾਰੀ ਸੀ ਤਾੰਤਰਿਕ ਵਿਦਾ ਦੇ ਕਰਕੇ ਲੋਕਾਂ ਨੂੰ ਪਿੱਛੇ ਲਾਈ ਫਿਰਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਰਨ ਚ ਆ ਗਿਆ ਗੁਰੂ ਸਾਹਿਬ ਨੇ ਉਹਨੂੰ ਸੋਝੀ ਦਿੱਤੀ ਗਿਆਨ ਹੋ ਗਿਆ ਗਿਆਨ ਹੋਇਆ ਤੇ ਜਦੋਂ ਗਿਆਨ ਹੋਇਆ ਮਨ 'ਚ ਸ਼ਰਮਸਾਰੀ ਆਉਂਦੀ ਹੈ ਬੰਦਾ ਸੋਚਦਾ ਹੈ ਸੱਚੇ ਪਾਤਸ਼ਾਹ ਮੈਂ ਆ ਵੀ ਗਨਾ ਕੀਤਾ ਮੈਂ ਇੱਥੇ ਵੀ ਮਾੜਾ ਬੋਲਿਆ ਇੱਥੇ ਵੀ ਮਾੜਾ ਬੋਲਿਆ ਤੇ ਗੁਰੂ ਸਾਹਿਬ ਉਹਨੂੰ ਸਮਝਾਉਂਦੇ ਪਈ ਔਗਣ ਛੋੜ ਗੁਣੋਂ ਕੋ ਤਾਓ ਕਰ ਔਗਣ ਪਛੋਤਾਈ ਜੀ ਇਹ ਕਹਿੰਦੇ ਐ ਭਾਈ ਜਿਹੜਾ ਕੰਮ ਤੂੰ ਕਰ ਦਿੱਤਾ ਕਿਸੇ ਦਾ ਮਨ ਤੋੜਿਆ ਕਿਸੇ ਦੀ ਚੋਰੀ ਕੀਤੀ ਕਿਸੇ ਦੀ ਠੱਗੀ ਕੀਤੀ ਕਿਸੇ ਨਾਲ ਬਦਮਾਸ਼ੀ ਕੀਤੀ ਇਹਦੇ ਉੱਤੇ ਤੂੰ ਕਰ ਗਿਆ ਉਹ ਤੂੰ ਕਰ ਗਿਆ ਲੇਕਿਨ ਕਹਿੰਦੇ ਤੂੰ ਹੁਣ ਇਹੀ ਇੱਕ ਤੇਰੇ ਕੋਲ ਰਸਤਾ ਹੈ ਕਿ ਤੂੰ ਰੋਜ ਦੀ ਰੋਜ ਆਪਣੇ ਉਸ ਸੱਚੇ ਸਤਗੁਰ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰ ਕਿ ਐ ਸੱਚੇ ਪਾਤਸ਼ਾਹ ਜਿਹੜੀ ਗਲਤੀ ਮੇਰੇ ਕੋ ਹੋਈ ਮੈਨੂੰ ਮਾਫ ਕਰ ਬਾਰ-ਬਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮੁਖਾਰਬਿੰਨ ਤੋਂ ਬੋਲਿਆ ਵਾ ਕੀਆ ਇਹਨਦੇ ਵੀ بار بار ਜਦੋਂ ਅਸੀਂ ਉਸ ਚੀਜ਼ ਨੂੰ ਕਰਦੇ ਆ ਐਕਸਟ੍ਰੀਮਲੀ ਅਸੀਂ ਆਪਣੇ ਮਨੋ ਤਨੋਂ ਮਨੋਂ ਜਿਸ ਤਰ੍ਹਾਂ ਦੇ ਨੇ ਤਨੋਂ ਮਨੋਂ ਬੰਦੇ ਨੂੰ ਕਿਸੇ ਨੂੰ ਕਹਿ ਦਿੰਦੇ ਵੀ ਭਾਈ ਤੈਨੂੰ ਤੇ ਤਨੋਂ ਮਨੋਂ ਮੇਰੀ ਗੱਲ ਸੁਣ ਕੇ ਤੈਨੂੰ ਅੱਗ ਲੱਗ ਗਈ ਇਹਨਦੇ ਇਹ ਚੀਜ਼ ਹੁੰਦੀ ਹੈ ਜਦੋਂ ਅਸੀਂ ਤਨੋਂ ਮਨੋਂ ਕਿਸੇ ਦੇ ਕੋਲ ਮਾਫੀ ਮੰਗਦੇ ਆ ਤੇ ਮੈਂ ਨਹੀਂ ਸਮਝਦਾ ਕੋਈ ਕੋਈ ਇੰਨਾ ਕੋ ਨੀਚੇ ਆ ਜਾਵੇ ਕਿ ਉਹਨੂੰ ਮਾਫੀ ਦੇਣੀ ਜਿਹੜੀ ਹੈ ਉਹ ਔਖੀ ਹੋ ਜਾਵੇ ਇਸ ਕਰਕੇ ਕਹਿੰਦੇ ਹਨ ਗੁਰੂ ਸਾਹਿਬ ਪਰਮਾਉਂਦੇ ਕਹਿੰਦੇ ਆਪਣੇ ਅੰਦਰ ਆਪਣੇ ਅੰਦਰ ਉਸ ਸਤਿਗੁਰ ਦੇ ਨਾਮ ਨੂੰ ਸੰਭਾਲੋ ਸੰਭਾਲਣਾ ਸਿਰਫ ਇਹੀ ਹੈ ਆਪਾਂ ਕਿਸੇ ਦਾ ਵਿਰੋਧ ਨਾ ਕਰੀਏ ਤੇ ਜੋ ਸਾਡੇ ਗੁਰੂ ਨੇ ਸਾਡੇ 사ਤਸੰਗ ਦੇ ਵਿੱਚ ਆਪਣੇ ਬਚਨ ਬੋਲੇ ਹਨ ਉਹਨਾਂ ਬਚਨਾਂ ਦੇ ਉੱਤੇ ਆਪਾਂ ਇੱਕ ਇੱਕ ਕਰਕੇ ਕਦੀ ਵੀ ਨਰਸਰੀ ਦਾ ਬੱਚਾ ਇੱਕ ਦਿਨ ਐਵੇਂ ਨਹੀਂ ਕਰ ਜਾਂਦਾ ਹਮੇਸ਼ਾ ਉਸ ਸਟੈਪ ਬਾਈ ਸਟੈਪ ਹੀ ਉੱਪਰ ਨੂੰ ਆਉਂਦਾ ਹੈ ਇਸ ਕਰਕੇ ਕਹਿੰਦੇ ਜਿੰਨੇ ਵੀ ਸਾਡੇ ਔਗਣ ਹੈ ਹੌਲੀ-ਹੌਲੀ ਕੱਢਦੇ ਜਾਈਏ ਹੌਲੀ-ਹੌਲੀ ਕੱਢਦੇ ਜਾਵਾਂਗੇ ਤੇ ਕਹਿੰਦੇ ਆਪਣੇ ਆਪ ਉਹ ਸਤਿਗੁਰ ਬਖਸ਼ਣ ਹਾਰਿਆ ਉਹ ਸਤਿਗੁਰ ਜਿਹੜਾ ਹੈ ਉਹ ਸਾਨੂੰ ਬਖਸ਼ ਦਊਗਾ ਇਸ ਕਰਕੇ ਕਹਿੰਦੇ ਜਿਨ੍ਹਾਂ ਦੇ ਉੱਤੇ ਉਸ ਸਤਿਗੁਰ ਦਾ ਹੱਥ ਹੁੰਦਾ ਹੈ ਉਹ ਕਦੀ ਵੀ ਜਿਹੜਾ ਹੈ ਉਹਨਾਂ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਉਹਨਾਂ ਦਾ ਗੁਰੂ ਉਹਨਾਂ ਵਾਸਤੇ ਹਰ ਹਰ ਔਖਾ ਢੰਗ ਜਿਹੜਾ ਹੈ ਉਹਨਾਂ ਵਾਸਤੇ ਉਹ ਖੁੱਲਾ ਕਰਨ ਵਾਸਤੇ ਤਿਆਰ ਹੈ ਕਹਿੰਦੇ ਹੈ ਜਿਸ ਕਾ ਸਾਹਿਬ ਡਾਡਾ ਕਹਿੰਦੇ ਜਿਹੜਾ ਸਤਗੁਰ ਡਾਡਾ ਹੈ ਜਿਹਦੇ ਸਤਗੁਰ ਦੇ ਵਿੱਚ ਜਿਹੜੀ ਹੈ ਸਮਰੱਥਾ ਹੁੰਦੀ ਹੈ ਉਹ ਕਦੀ ਵੀ ਕਿਸੇ ਦਾ ਕੋਈ ਵਿਰੋਧ ਕਰੇ ਜਾਂ ਕੋਸ਼ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਸੋਚ ਗੰਦੀ ਤੋਂ ਗੰਦੀ ਸੋਚ ਕੇ ਬੈਠ ਜਾਵੇ ਤਾਂ ਕਹਿੰਦੇ ਉਹ ਕਦੀ ਵੀ ਉਹ ਕਿਸੇ ਦੀ ਪੂਰਨ ਨਹੀਂ ਹੋਣ ਦੇਗਾ ਬਸ਼ਰਤੇ ਕਿ ਆਪਣੇ ਸਤਿਗੁਰ ਦਾ ਅੰਦਰ ਭਰੋਸਾ ਆਵੇ ਮਨ ਦੀ ਪਵਿੱਤਰਤਾ ਹੋਵੇ ਮਨ ਦੀ ਪਵਿੱਤਰਤਾ ਹੈ ਆਪਣੇ ਆਪ ਰਾਹ ਜਿਹੜੇ ਹਨ ਉਹ ਸਾਡੇ ਖੁੱਲਦੇ ਜਾਂਦੇ ਹਨ ਜਿੰਨਾ ਮਰਜੀ ਕੋ ਦੁਨੀਆਦਾਰੀ ਦੇ ਵਿੱਚ ਈਰਖਾ ਵੈਰ ਵਿਰੋਧ ਕਰ ਲਵੇ ਤਾਂ ਕਹਿੰਦੇ ਕਦੀ ਵੀ ਕਿਸੇ ਦਾ ਉਹ ਵੈਰ ਵਿਰੋਧ ਉਦੋਂ ਹੀ ਉਹ ਨਿਕਲਣ ਦਿੰਦਾ ਹੈ ਉਦੋਂ ਹੀ ਉਹ ਇਜਾਜ਼ਤ ਦਿੰਦਾ ਹੈ ਜਦੋਂ ਉਸ ਚੀਜ਼ ਦਾ ਹੱਕਦਾਰ ਬਣਦਾ ਹੈ ਲੇਕਿਨ ਉਸ ਮਾਲਕ ਤੋਂ ਬਿਨਾ ਉਸ ਸਤਿਗੁਰ ਤੋਂ ਬਿਨਾ ਕਹਿੰਦੇ ਇੱਕ ਪੱਤਾ ਵੀ ਜਿਹੜਾ ਹੈ ਉਹ ਹਿੱਲਣ ਦੀ ਹਿੰਮਤ ਨਹੀਂ ਕਰਦਾ ਜਦੋਂ ਉਸ ਸਤਿਗੁਰ ਚਾਹੁੰਦਾ ਹੈ ਉਦੋਂ ਹੀ ਉਹ ਪੱਤਾ ਜਿਹੜਾ ਹੈ ਹਿੱਲਦਾ ਹੈ ਇਸ ਕਰਕੇ ਬਾਣੀ ਜਿਹੜੀ ਹੈ ਇਸ ਚੀਜ਼ ਨੂੰ ਸਪਸ਼ਟ ਕਰਦੀ ਹੈ ਇਹ ਕੋਈ ਵਰਬਲੀ ਗੱਲਾਂ ਨਹੀਂ ਇਹ ਯੂਨੀਵਰਸਲ ਟਰੂਥ ਆ ਇਹ ਸੱਚ ਆ ਸਚਾਈ ਆ ਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਫਰਮਾਉਂਦੇ ਹਨ ਐਂਦੇ ਹਨ ਮੌਲਾ ਖੇਲ ਕਰੇ ਸਭ ਕਰਤਾ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉਂ ਜਿਉਂ ਨਚਾਵੇ ਤਿਉ ਤਿਉ ਨਚਣ ਸਿਰ ਸਿਰ ਕਰਤ ਵੀ ਹੋਣੀਆਂ ਕਹਿੰਦੇ ਤੇ ਮੌਲਾ ਦੀ ਖੇਡ ਆ ਜਿੰਨੂੰ ਜਿਹੜੇ ਰਾਹ ਪਾਉਣਾ ਹੈ ਉਸ ਰਾਹ ਪਾ ਦਿੰਨੇ ਆ ਆਪਾਂ ਕਹਿੰਦੇ ਉਹ ਭਾਈ ਬਿਮਾਰ ਹੋ ਗਿਆ ਉਹਨੂੰ ਆਛ ਹੈ ਚੰਬੜ ਗਈ ਉਹਦਾ ਆ ਸਿਸਟਮ ਜਿਹੜਾ ਹੈ ਉਹ ਖਰਾਬ ਹੋ ਗਿਆ ਖਰਾਬ ਕਿਸੇ ਦਾ ਕੁਝ ਨਹੀਂ ਹੁੰਦਾ ਸਵਾਲ ਹੈ ਪਿੱਛੇ ਉਸ ਮੌਲਾ ਦੀ ਉਸ ਸਤਗੁਰ ਦੀ ਜਿਤਨਾ ਜਿਤਨਾ ਕਿਸੇ ਦੀ ਉਹ ਡੋਰ ਹਲਾਉਂਦਾ ਹੈ ਜੀਵ ਉਤਨਾ ਉਤਨਾ ਆਪਣੇ ਆਪ ਦਾ ਕਰਤਾਰ ਜਿਹੜਾ ਹੈ ਉਹ ਕਰਕੇ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਚਲੇ ਜਾਂਦਾ ਹੈ ਇਹ ਉਸ ਮਾਲਕ ਦੀ ਆਪਣੀ ਮौज ਹੈ ਇਸ ਕਰਕੇ ਕਹਿੰਦੇ ਆਪਾਂ ਆਪਣੇ ਸਤਗੁਰ ਦਾ ਨਾਮ ਸੰਭਾਲੀਏ ਸੁਆਮੀ ਜੀ ਮਹਾਰਾਜ ਸਾਨੂੰ ਹਿਦਾਇਤ ਕਰਦੇ ਹਨ ਸਾਨੂੰ ਚੇਤਾਵਨੀ ਦਿੰਦੇ ਹਨ ਭਾਈ ਨਾਮ ਗੁਰ ਕਾ ਸੰਭਾਲੇ ਚੱਲ ਇਹੀ ਹੈ ਧਾਮ ਗਠ ਬੰਨਣਾ ਕਹਿੰਦੇ ਭਾਈ ਤੂੰ ਆਪਣੀਆਂ ਜਾਇਦਾਦਾਂ ਦੇ ਪਾਸੇ ਧਿਆਨ ਘਟ ਦੇ ਉਹ ਕਿਸੇ ਨੇ ਨਹੀਂ ਖੜਨੀਆਂ ਨਾ ਕਿਸ ਆਪਣੀ ਸਾਂਭੀ ਜਾਵੇ ਆਪਣੀ ਵੇਚ ਕੇ ਤੁਸੀਂ ਆਪਣੇ ਸਰੀਰ ਉੱਤੇ ਲਾ ਦੋ ਇਹ ਛੋਟੀ ਜੀ ਗੱਲ ਸੱਡ ਕੋਦੇ ਆਪਣੀ ਨਹੀਂ ਵੇਕਦੀ ਤੇ ਆਪਾਂ ਆਪਣੀ ਸਰੀਰ ਤੇ ਲਾਉਣੀ ਕਿੱਥੋਂ ਆਇਆ ਕਹਿੰਦੇ ਇਹ ਕਿਸੇ ਦੀਆਂ ਜਾਇਦਾਦਾਂ ਕਿਥੇ ਆਪਣੀ ਵੀ ਬੰਦਾ ਵਰਤ ਕੇ ਦੁਨੀਆ ਤੋਂ ਚਲੇ ਜਾਵੇ ਇਹ ਵੀ ਬੜੀ ਵੱਡੀ ਗੱਲ ਹੈ ਲੇਕਿਨ ਇਹ ਜਾਇਦਾਦ ਜੋ Swami ji Maharaj ਸਾਨੂੰ ਉਸ ਚੀਜ਼ ਵਾਲੇ ਪਾਸੇ ਫੋਕਸ ਕਰਦੇ ਹਨ ਭਾਈ ਨਾਮ ਗੁਰका ਸੰਭਾਲਦੇ ਚੱਲ ਕਹਿੰਦੇ ਨਾਮ ਸੰਭਾਲਣ ਦਾ ਮਤਲਬ ਹੈ ਤੂੰ ਸਤਗੁਰ ਦੀ ਪਰਥਾ ਤੇ ਵਿੱਚ ਮਰਿਆਦਾ ਦੇ ਵਿੱਚ ਰਹਿ ਆਪਣੇ ਸਤਗੁਰ ਦੀ ਮਰਿਆਦਾ ਨੂੰ ਨਾ ਤੋੜ ਅੱਜ ਤੂੰ ਤੋੜਨਦਿਆਂ ਕੱਲ ਤੂੰ ਪਛਤਾਵੇਂਗਾ ਕਿ ਮੈਂ ਆਪਣੇ ਸਤਗੁਰ ਦੀ ਉਸ ਮਰਿਆਦਾ ਤੋਂ ਥੱਲੇ ਡੇਪਿਆ ਕਹਿੰਦੇ ਜਦੋਂ ਬੰਦੇ ਦਾ ਸਾਥ ਹੀ ਨਾ ਰਿਹਾ ਸਾਤ ਕੀ ਹੁੰਦਾ ਹੈ ਸਰੀਰ ਦੇ ਅੰਦਰ ਇੱਕ ਸਟਰੈਂਥ ਹੁੰਦੀ ਹੈ ਤਾਕਤ ਹੁੰਦੀ ਹੈ ਜਿਹੜੀ ਰਿਸ਼ਤਿਆਂ ਨੂੰ ਪਛਾਣਦੀ ਹੈ ਜਿਹੜੇ ਸਤਗੁਰ ਦੀ ਆराधना ਕਰਾਉਂਦੀ ਹੈ ਉਹਨੂੰ ਬੋਲਦੇ ਸਤ ਕਹਿੰਦੇ ਜਦੋਂ ਸਾਥ ਹੀ ਨਾ ਰਿਹਾ ਤੇਰੇ ਅੰਦਰ ਸਮਰੱਥਾ ਹੀ ਨਾ ਰਹੀ ਤਾਂ ਕਹਿੰਦੇ ਨਾਮ ਕੇਦਾ ਚੱਪੇਗਾ ਇਸ ਕਰਕੇ ਕਹਿੰਦੇ ਤੂੰ ਆਪਣੇ ਸਤਗੁਰ ਦੇ ਨਾਮ ਦੀ ਸੰਭਾਲ ਕਰ ਨਾਮ ਗੁਰ ਕਾ ਸੰਭਾਲੇ ਚੱਲ ਈਹੀ ਹੈ ਧਾਮ ਗੱਠ ਬੰਦਾ ਕਹਿੰਦੇ ਭਾਈ ਤੇਰੀ ਇਹੋ ਹੀ ਇਹੋ ਤੇਰੀ ਪੂੰਜੀ ਆ ਜੇ ਇਹਨੂੰ ਤੂੰ ਸੰਭਾਲ ਲਵੇਂਗਾ ਤਾਂ ਕਹਿੰਦੇ ਆਪਣੇ ਆਪ ਸਤਿਗੁਰ ਤੇਰੇ ਤੇ ਮਿਹਰਬਾਨ ਹੋਵੇਗਾ ਸਤਿਗੁਰ ਆਪੇ ਤੇਰੇ ਹਰ ਕਾਰਜ ਦੇ ਵਿੱਚ ਜਿਹੜਾ ਹੈ ਆਪਣੇ ਆਪ ਸਾਰੇ ਤੇਰੇ ਕਾਰਜ ਰਾਸ ਕਰੇਗਾ ਇਸ ਕਰਕੇ ਇਸ ਸ਼ਬਦ ਦੇ ਵਿੱਚ ਸਾਰੇ ਸ਼ਬਦ ਦੇ ਵਿੱਚ ਸਤਿਗੁਰ ਨੇ ਸਿਰਫ ਅਨਵੇਂ ਪਾਸ਼ਾ ਨੇ ਆਪਣੇ ਸਤਿਗੁਰ ਦਾ ਭਰੋਸਾ ਉਹ ਭਰੋਸਾ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਭਰੋਸੇ ਤੋਂ ਬਿਨਾ ਕੁਛ ਨਹੀਂ ਜੇ ਬਣਨਾ ਆਪਾਂ ਚੌਂਕੜੀ ਬਿਮਾਰੀ ਵੀ ਜੇ ਰੱਖਦੇ ਹਾਂ ਰੋਜ਼ ਉੱਠਦੇ ਹਾਂ ਦੇ ਦਸਾਂ ਬੰਦਿਆਂ ਦੀ ਆਪਾਂ ਨੀਂਦਿਆ ਕਰਦੇ ਹਾਂ ਦਸਾਂ ਬੰਦਿਆਂ ਦੀ ਚੁਗਲੀਆਂ ਕਰੀ ਜਾਂਦੇ ਹਾਂ ਸੰਤਾਂ ਮਹਾਤਮਾਂ ਤੱਕ ਕਿਸੇ ਨੂੰ ਆਪਾਂ ਬਖਸ਼ਦੇ ਨਹੀਂ ਆ ਤਾਂ ਕਹਿੰਦੇ ਇਹ ਦੇਣ ਦੇਣਾ ਕਿੱਥੇ ਹੈ ਇਹ ਕੋਈ ਦੇਣ ਐਸਾ ਥੋੜੀ ਹੈ ਕਿ ਇਹ ਵੀ ਇਹ ਬੀਜ ਕਿ ਆਪਾਂ ਜੋ ਬੀਜ ਬੀਜਿਆ ਹੈ ਉਹਨੇ ਤਾਂ ਉਗਣਾ ਹੀ ਹੈ ਸਵਾਲ ਇਸ ਚੀਜ਼ ਦਾ ਹੈ ਕਿ ਆਪਾਂ ਬੀਜਿਆ ਕੀ ਹੈ ਲੇਕਿਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12ਵਾਂ ਮਾਹ ਦੇ ਵਿੱਚ ਪੜ੍ਹ ਕੇ ਦੇਖੋ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ ਹੈ। ਔਰ ਬਾਣੀ ਦੇ ਵਿੱਚ ਲਿਖਦੇ ਹਨ ਜੇਹਾ ਬੀਜੇ ਸੋਲਣਾ ਕਰਮਾਂ ਸੰਧਰਾ ਖੇਤ। ਕਹਿੰਦੇ ਭਾਈ ਜੋ ਖੇਤ ਬੀਜਣ ਲੈ ਜੇ। ਜੇ ਈਰਖਾ ਬੀਜਣ ਜੇ ਵਿਰੋਧ ਬੀਜਿਆ ਤੇ ਕਹਿੰਦੇ ਬੇਮਤਲਵਾ ਆਗਲੇ ਜਦੋਂ ਉਹ ਸੱਟਾ ਆਉਣਾ ਹੈ ਉਹਨੇ ਭਰ ਕੇ ਫਲ ਭਰ ਕੇ ਫਲ ਆਉਣਾ ਹੈ ਕਹਿੰਦੇ ਉਹਨੇ ਇਸੇ ਬੰਦੇ ਨੂੰ ਨਹੀਂ ਛੱਡਣਾ ਉਹਨੇ ਵਿਰੋਧ ਹੀ ਵਿਰੋਧ ਨਿੰਦਿਆ ਹੀ ਨਿੰਦਿਆ ਚੁਗਲੀਆਂ ਹੀ ਚੁਗਲੀਆਂ ਕਾਰਨ ਕਾਰਨ ਕਿ ਆਪਾਂ ਬੀਜ ਐਸਾ ਬੀਜਾ ਹੈ ਇਸ ਕਰਕੇ ਕਰਮ ਕਰਦੇ ਆ ਸੋਚ ਕੇ ਕਰੀਏ ਵਿਚਾਰ ਕੇ ਕਰੀਏ ਸਾਡੇ ਉੱਤੇ ਹੀ ਇਹ ਜਿਹੜਾ ਹੈ ਉਹ ਵਾਰਦਾਤ ਕਰੇਗਾ ਇਸ ਕਰਕੇ ਕਹਿੰਦੇ ਕੁਛ ਵੀ ਬੋਲਦੇ ਹਾਂ 나ਪ ਕੇ ਬੋਲੀਏ ਤੋਲ ਕੇ ਬੋਲੀਏ ਇਹ ਹੀ ਸਾਨੂੰ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਇਸ ਚੀਜ਼ ਦੀ ਹਦਾਇਤ ਕਰਦੇ ਹਨ ਹਾਂਜੀ ਮੇਰੇ RAMRAE ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਕੋ ਕਿਛ ਨਾਹੀ जम नहीं आवै ने रे जिसके सिर ऊपर तू स्वामी ਸੋ ਦੁੱਖ ਕੈਸਾ ਪਾਵੇ ਇੱਥੇ ਗੁਰੂ ਸਾਹਿਬ ਪਰ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਕਹਿੰਦੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਐ ਸੱਚੇ ਪਾਤਸ਼ਾਹ ਐ ਪਾਤਸ਼ਾਹ ਤੂੰ ਸਾਰੇ ਸਾਧੂਆਂ ਦਾ ਕੁੱਲ ਸ੍ਰਿਸ਼ਟੀ ਦਾ ਹੀ ਜਿਹੜਾ ਹੈ ਉਹ ਤੂੰ ਕਰਤਾ ਤਰਤਾ ਹੈ ਤੇ ਸਾਰੇ ਹੀ ਤੇਰੇ ਅੰਦਰੋਂ ਕਿ ਤੇਰੇ ਰੋਮ ਰੋਮ ਦੇ ਵਿੱਚ ਸਾਰੀ ਸ੍ਰਿਸ਼ਟੀ ਜਿਹੜੀ ਹੈ ਤੇਰਾ ਪਾਣੀ ਭਰੰਦਾ ਹੀ ਹੈ ਤੇਰੀ ਮੌਜ ਤੋਂ ਬਿਨਾ ਕੋਈ ਵੀ ਪੰਛੀ ਪਰ ਨਹੀਂ ਮਾਰਦਾ ਇਹਦੇ ਸਭ ਤੇਰੇ ਹੁਕਮ ਦੇ ਵਿੱਚ ਵੱਜੇ ਪਏ ਹਨ ਇਹ ਨਹੀਂ ਹੈ ਕਿ ਜਿਹੜਾ ਮਨੁੱਖਾ ਦੇਹੀ ਦੇ ਵਿੱਚ ਉਸ ਸਤਿਗੁਰ ਦਾ ਝੂਰ ਹੈ ਕਹਿੰਦੇ ਸਤਿਗੁਰ ਨੇ ਮਨਮੁਖ ਵੀ ਬਣਾਏ ਤੇ ਸਤਿਗੁਰ ਨੇ ਗੁਰਮੁਖ ਵੀ ਬਣਾਏ ਜਿਨ੍ਹਾਂ ਦੀ ਉਹਨੇ ਉਹਦੇ ਮਨ 'ਚ ਮੌਜ ਉੱਠੀ ਉਹਨੇ ਮਨਮੁਖ ਬਣਾ ਕੇ ਰੱਖ ਦਿੱਤੇ ਜਿੰਨਾਂ ਦਾ ਉਹਦੇ ਮਨ ਚ ਉੱਠਿਆ ਉਹਨਾਂ ਗੁਰਮਖ ਬਣਾ ਕੇ ਰੱਖ ਦਿੱਤੇ ਕਹਿੰਦੇ ਸੱਚੇ ਪਾਤਸ਼ਾਹ ਤੂੰ ਸਾਧੂਆਂ ਦਾ ਸਾਧੂ ਆ ਤੂੰ ਹਰ ਇੱਕ ਦਾ ਹੀ ਜਿਹੜਾ ਹੈ ਜਿਹੜਾ ਵੀ ਕਿਸੇ ਨੂੰ ਪੁੱਛੋ ਕਿ ਭਾਈ ਹਰ ਬੰਦਾ ਇਹੀ ਕਹਿੰਦਾ ਹੈ ਕਿ ਜੋ ਮੇਰਾ ਆਪਣੇ ਗੁਰੂ ਨਾਲ ਮੇਰਾ ਪਿਆਰ ਹੈ ਮੇਰਾ ਗੁਰੂ ਹੋਰ ਕਿਸੇ ਨਾਲ ਇਹੋ ਜਿਹਾ ਕਰਦਾ ਹੀ ਨਹੀਂ ਹਰ ਬੰਦੇ ਦੀ ਇਹੀ ਜਿਹੜੀ ਹੈ ਮਨ ਦੀ ਸੋਚ ਇਹੀ ਹੁੰਦੀ ਹੈ ਜਿੰਨਾ ਮੇਰੇ ਨਾਲ ਕਰਦੇ ਇੰਨਾ ਕਿਸੇ ਹੋਰ ਨਾਲ ਕਰਦੇ ਨਹੀਂ ਕਾਰਨ ਕਹਿੰਦੇ ਇਹ ਸਭ ਸਭ ਆਪਣਾ ਉਹਦਾ ਇੱਕ ਮੈਸੇਜ ਹੈ ਆਪਣਾ ਉਹਦਾ ਇੱਕ ਕਰੰਟ ਆ ਕਿ ਹਰ ਬੰਦਾ ਜਿਹੜਾ ਹੈ ਉਸਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਜਦੋਂ ਉਸ ਦੀ ਸਰਾਊਂਡਿੰਗ ਦੇ ਵਿੱਚ ਆ ਜਾਂਦਾ ਹੈ ਘੇਰੇ ਦੇ ਵਿੱਚ ਆ ਜਾਂਦਾ ਹੈ ਉਹ ਹਰ ਬੰਦਾ ਇਹ ਚੀਜ਼ ਨੂੰ ਮਹਿਸੂਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੂੰ ਮੇਰਾ ਹੈ ਤੇ ਮੈਂ ਤੇਰਾ ਹਾਂ ਤੇਰੇ ਤੋਂ ਬਿਗੈਰ ਜਿਹੜਾ ਹੈ ਉਹ ਮੈਨੂੰ ਹੋਰ ਕੋਈ ਰਾਹ ਨਹੀਂ ਹੈ ਅੱਗੇ ਕੀ ਪਰਮਉਂਦੇ ਕਹਿੰਦੇ ਜਦੋਂ ਤੇਰਾ ਵਾਸ ਹੋ ਜਾਂਦਾ ਹਿਰਦੇ ਦੇ ਵਿੱਚ ਤੇ ਕਹਿੰਦੇ ਹਨ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਤੁਕ ਕੈਸਾ ਪਾਵੇ ਕਹਿੰਦੇ ਐ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਵਿੱਚ ਐਸੀ ਤਾਕਤ ਹੈ ਐਸੀ ਤੇਰੇ ਅੰਦਰ ਸਮਰੱਥਾ ਹੈ ਜਿਹੜਾ ਤੇਰੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤਾਂ ਕਹਿੰਦੇ ਉਹਨਾਂ ਨੂੰ ਤੂੰ ਰਾਹੇ ਪਾ ਦਿਨਾ ਹੈ ਤੂੰ ਉਹਨਾਂ ਨੂੰ ਕਦੀ ਵੀ ਕਿਸੇ ਵੀ ਜਿਹੜਾ ਹੈ ਉਹ ਮਾੜੇ ਕੰਮ ਤੋਂ ਤੇਰੀ ਨਜ਼ਰ ਚ ਜਿਹੜਾ ਆ ਦਿੰਦਾ ਹੈ ਜਿਹੜਾ ਤੇਰੀ ਮੋਜ ਨੂੰ ਭਾ ਜਾਂਦਾ ਹੈ ਕਹਿੰਦੇ ਤੂੰ ਆਪਣੇ ਆਪ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਰਾਹ ਖੁੱਲਾ ਕਰ ਦੇਣਾ ਹੈ ਵਲੀ ਕੰਧਾਰੀ ਦੀ ਕਹਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪੰਜਾ ਸਾਹਿਬ ਗਏ ਉੱਥੇ ਗੁਰੂ ਸਾਹਿਬ ਨੇ ਉਸ ਵਲੀ ਕੰਧਾਰੀ ਨੂੰ ਤਾੰਤਰਿਕ ਅੰਤਰਿਕ ਦਾ ਵਿਦਿਆਰਥੀ ਉਹਦੇ ਅੰਦਰ ਵਿਦਿਆ ਸੀ ਉਹਦੇ ਅੰਦਰ ਗਲਤ ਕੰਮ ਉਹਨੇ ਕਰਨੇ ਉਸ ਤਾੰਤਰਿਕ ਵਿਧਿਆ ਦੇ ਨਾਲ ਉਸ ਪੰਜਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਸੰਗਤ ਬਹੁ ਸੀ ਵਲੀ ਕੰਧਾਰੀ ਨੇ ਉਤੋਂ ਪਾਣੀ ਬੰਦ ਕਰਤਾ ਸਾਰਾ ਪਿੰਡ ਜਿਹੜਾ ਹੈ ਉਹ ਪਾਣੀ ਵਾਸਤੇ ਤਰਸਦਾ ਸੀ ਗੁਰੂ ਸਾਹਿਬ ਨੇ ਸੰਗਤ ਦੀ ਪੁਕਾਰ ਸੁਣ ਕੇ ਉਸ ਪਿੰਡ ਦੇ ਵਿੱਚ ਆਪਣਾ ਸਾਸੰਗ ਧਰਿਆ ਸਾਸੰਗ ਦੇ ਵਿੱਚ ਉਹਨਾਂ ਨੇ ਜਦੋਂ ਪਹਾੜੀ ਦੇ ਨਾਲ ਸਾਸੰਗ ਰੱਖਿਆ ਉਸ ਵਲੀ ਕੰਧਾਰੀ ਨੇ ਮਨ 'ਚ ਸੋਚਿਆ ਕਿ ਗੁਰੂ ਸਾਹਿਬ ਇਹ ਇਹਨਾਂ ਦੇ ਇਹਨਾਂ ਦੀ ਸੰਗਤ ਬਹੁਤ ਹੈ ਮੈਂ ਗੁਰੂ ਸਾਹਿਬ ਦਾ ਜਿਹੜਾ ਹੈ ਉਹ ਨੁਕਸਾਨ ਕਰ ਦਵਾਂ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ satsang ਕਰਦੇ ਰਹੇ ਉਹਨੇ ਬਹੁਤ ਵੱਡਾ ਪੱਥਰ ਭਾਰਾ ਉਤੋਂ ਰੇੜ ਦਿੱਤਾ ਜਦੋਂ ਲਾਗੇ ਆਇਆ ਤੇ ਗੁਰੂ ਸਾਹਿਬ ਨੇ ਆਪਣਾ ਪੰਜਾ ਉਹਨੂੰ ਲਾ ਕੇ ਉੱਥੇ ਹੀ ਜਿਹੜਾ ਹੈ ਉਹ ਖਲਾਰ ਦਿੱਤਾ ਇਤਿਹਾਸ ਗਵਾਹ ਹੈ ਅੱਜ ਵੀ ਉਹ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਮਸ਼ਹੂਰ ਹੈ ਜਿਹੜੇ ਜਾਂਦੇ ਹਨ ਉਹਨਾਂ ਦੇ ਦਰਸ਼ਨ ਕਰਦੇ ਹਨ ਬਹੁਤ ਸੰਗਤ ਜਾਂਦੀ ਹੈ ਸੋ ਕਹਿਣ ਦਾ ਭਾਵ ਹੈ ਜਿਹੜੇ ਸੇਵਕ ਦੇ ਉੱਤੇ ਉਹ ਸਤਿਗੁਰ ਆਪਣਾ ਹੱਥ ਧਰ ਦਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਉਹਦੇ ਜੰਮ ਉਹਦੇ ਨੇੜੇ ਤੇੜੇ ਵੀ ਫਟਕੜੀ ਸਕਦਾ ਕਿਉਂ ਨਹੀਂ ਫਟਕ ਸਕਦਾ ਕਿਉਂਕਿ ਉਹਦੀ ਰਹਿਮਤ ਉਹਦੀ ਦਇਆ ਉਸ ਜੀਵ ਦੇ ਅੰਦਰ ਜਿਹੜਾ ਹੈ ਉਹ ਭਿੰਨਪਦੀ ਹੈ ਉਹਦੇ ਅੰਦਰ ਉਹ ਪ੍ਰਗਟ ਹੋ ਜਾਂਦੀ ਹੈ ਲੇਕਿਨ ਵਲੀ ਘੰਦਾਰੀ ਜਦੋਂ ਇਹ ਚੀਜ਼ ਵੇਖੀ ਕਟਣਾ ਵੇਖੀ ਗੁਰੂ ਸਾਹਿਬ ਦੀ ਇਹ ਤਾਕਤ ਵੇਖੀ ਮਨ ਦੇ ਵਿੱਚ ਇਹ ਚੀਜ਼ ਭਾਵ ਆਇਆ ਕਿ ਮੈਂ ਤੇ ਐਵੇਂ ਇੱਕ ਮਹਾਤਮਾ ਦਾ ਇੱਕ ਸਤਿਗੁਰ ਦਾ ਇੱਕ ਪਰਮਾਤਮਾ ਦਾ ਵਿਰੋਧ ਕਰੀ ਬੈਠਾ ਹਾਂ ਮਨ ਦੇ ਵਿੱਚ ਪਛਤਾਵਾ ਹੋਇਆ ਉਹ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਗਿਆ ਆਇਆ ਤੇ ਗੁਰੂ ਸਾਹਿਬ ਨੇ ਜਿਹੜਾ ਹੈ ਉਸ ਨੂੰ ਆਪਣੇ ਬਚਨਾਂ ਰਾਈ ਆਪਣੇ ਸਾਧ ਸੰਗ ਰਾਈ ਉਹਨੂੰ ਸਿੱਧੇ ਰਸਤੇ ਪਾਇਆ ਪਾਇਤ ਉਸ ਤੋਂ ਬਾਅਦ ਜਿਹੜਾ ਹੈ ਵਲੀ ਕੰਧਾਰੀ ਨੇ ਗੁਰੂ ਸਾਹਿਬ ਦੇ ਉੱਤੇ ਮਨ ਦੇ ਵਿੱਚ ਜੋ ਸਵਾਲ ਸਨ ਉਹਨੇ ਗੁਰੂ ਸਾਹਿਬ ਦੇ ਅੱਗੇ ਆਪਣੇ ਇੱਕ ਇੱਕ ਕਰਕੇ ਕੱਢੇ ਉਹਨਾਂ ਸ਼ਬਦਾਂ ਦਾ ਗੁਰੂ ਸਾਹਿਬ ਉਹਨਾਂ ਦੇ ਸ਼ੱਕਾਂ ਦਾ ਉਹਨਾਂ ਦੀਆਂ ਗੱਲਾਂ ਦਾ ਉਹ ਵਹਿਮ ਜਿਹੜੇ ਹਨ ਗੁਰੂ ਸਾਹਿਬ ਦੇ ਉਹਨੇ ਨਿਵਰਤ ਕੀਤੇ ਤੇ ਗੁਰੂ ਸਾਹਿਬ ਉਹਨੂੰ ਸਮਝਾਉਂਦੇ ਪੈਂਦੇ ਭਾਈ ਇਹ ਵਿਖਾਵੇ ਦਾ ਮਾਰਗ ਨਹੀਂ ਜਿਹੜਾ ਤੂੰ ਸਾਰੇ ਪਿੰਡ ਨੂੰ ਇੱਕ ਦੁਖੀ ਕਰਨਦਿਆਂ ਹੈ ਇੱਕ ਤਾਤਰਕ ਵਿਦਿਆ ਦੇ ਗਲਤ ਪਾਸੇ ਕਰਕੇ ਪ੍ਰੇਰ ਕੇ ਲੋਕਾਂ ਨੂੰ ਮਾੜੇ ਪਾਸੇ ਲਾਉਂਦਿਆ ਹੈ ਇਹ ਪਾਪ ਕਰਨਦਿਆ ਹੈ ਕਹਿੰਦੇ ਇਹ ਪਾਪ ਜਿਹੜਾ ਹੈ ਸੰਤਾਂ ਦੇ ਇਸ ਲਾਈਨ ਦੇ ਵਿੱਚ ਸ਼ੋਭਾ ਨਹੀਂ ਦਿੰਦਾ ਗੁਰੂ ਸਾਹਿਬ ਪਰਮਉੰਦੇ ਕਹਿੰਦੇ ਸੰਤਕਾਂ ਮਾਰਗ ਧਰਮ ਕੀ ਕੋੜੀ ਕੋਬੜ ਭਾਗੀ ਪਾਏ ਕਹਿੰਦੇ ਸੰਤਾਂ ਦਾ ਧਰਮ ਹੈ ਕਿਸੇ ਨੂੰ ਕੁਰਾਹੇ ਜਾਂਦੇ ਨੂੰ ਸਿੱਧੇ ਰਾਹੇ ਪਾਉਣਾ ਸਿੱਧੇ ਮਾਰਗ ਦੇ ਉੱਤੇ ਜਿਹੜਾ ਹੈ ਉਹ ਦਰਸਾਉਣ ਦੀ ਕੋਸ਼ਿਸ਼ ਕਰਨਾ ਬੇਸ਼ੱਕ ਉਹ ਦੁਨੀਆਦਾਰੀ ਵਿਰੋਧ ਕਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਫਰੋਲ ਕੇ ਦੇਖੋ ਕਿੰਨਾ ਉਸ ਵੇਲੇ ਲੋਕ ਜਿਹੜਾ ਹੈ ਵਿਰੋਧ ਕਰਦੇ ਰਹੇ ਲੇਕਿਨ ਉਹਨਾਂ ਦੇ ਪ੍ਰੇਮੀ ਉਹਨਾਂ ਦੀ ਵੀ ਗਿਣਤੀ ਦਾ ਕੋਈ ਅਥਾਹ ਉਹਨਾਂ ਦੀ ਵੀ ਗਿਣਤੀ ਦਾ ਕੋਈ ਟਿਕਾਣਾ ਨਹੀਂ ਸਵਾਲ ਹੈ ਜਿਹਦੇ ਭਾਗਾਂ ਦੇ ਵਿੱਚ ਉਹ ਸਤਿਗੁਰ ਦੀ ਦਇਆ ਦਇਆ ਲਿਖੀ ਹੈ ਕਮਾਉਣੀ ਕਹਿੰਦੇ ਉਹ ਕਮਾਉਂਦਾ ਹੈ ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਭਾਈ ਝੂਠਾ ਵਿਖਾਵਾ ਇਹ ਝੂਠਾ ਵਿਖਾਵਾ ਲੋਕਾਂ ਦੇ ਵਿੱਚ ਵਿਖਾਉਣ ਦੀ ਬਜਾਏ ਤੂੰ ਆਪਣੇ ਆਪ ਦੀ ਸੱਚੀ ਸਾਖ ਆਪਣੇ ਮਨ ਦੇ ਵਿੱਚ ਜਿਹੜਾ ਹੈ ਉਹ ਪੈਦਾ ਕਰ। ਉੱਥੇ ਗੁਰੂ ਸਾਹਿਬ ਉਹਨੂੰ ਸਮਝਾਉਂਦੇ ਕਹਿੰਦੇ ਛੋੜੋ ਵੇਸ ਭੇਖ ਚਤrai। ਦੁੱਪਦਾ ਹੈ ਫਲ ਨਹੀਂ ਜੋ ਕਹਿੰਦੇ ਆਪਣੇ ਮਨ ਦੇ ਵਿੱਚ ਝੂਠਾ ਪਹਿਰਾਵਾ। ਗੇਰੂ ਕੱਪੜੇ ਹੱਥਾਂ ਦੇ ਵਿੱਚ ਮਾਲਾ ਗਲ ਦੇ ਵਿੱਚ ਮਾਲਾ ਇਹਦੇ ਇਹ ਚੀਜ਼ਾਂ ਆਪਣੇ ਮਨ ਦੇ ਵਿੱਚੋਂ ਕੱਢ ਦੇ ਸੱਚਾ ਰਾਹ। ਉਹ ਸੱਚਾ ਰਾਹ ਜਿਹੜਾ ਹੈ ਸਤਗੁਰ ਦੇ ਨਾਮ ਦੀ ਕਮਾਈ। ਨਾਮ ਤੋਂ ਬਗੈਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਦੀ ਵੀ ਕੋਈ ਖਿਰਦਾ ਖਾਲੀ ਨਹੀਂ ਹੋਣਾ ਚਾਹੀਦਾ ਬਾਣੀ ਦੇ ਵਿੱਚ ਕੀ ਪਰਮਾਉਂਦੇ ਹਨ ਕਹਿੰਦੇ ਮਤ ਕੋਈ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਬਾਰ ਸਤਗੁਰ ਹੱਥ ਕੁੰਜੀ ਔਰ ਤੋਂ ਦਰ ਖੁੱਲੇ ਨਹੀਂ ਗੁਰਪੂਰੇ ਭਾਗ ਮਲਾਉਣੇ ਕਹਿੰਦੇ ਸਤਗੁਰ ਤੇ ਬਗੈਰ ਨਾ ਕਦੀ ਕਿਸੇ ਦਾ ਅੰਦਰੋਂ ਉਹ ਸਵਰਿਆ ਹੈ ਔਰ ਨਾ ਹੀ ਕਿਸੇ ਦਾ ਸਬਰ ਸਕਦਾ ਹੈ ਇਸ ਕਰਕੇ ਕਹਿੰਦੇ ਨਾਮ ਜਿਹੜਾ ਹੈ ਬੇहद ਜ਼ਰੂਰੀ ਹੈ ਬਾਣੀ ਦੇ ਵਿੱਚ ਪਰਮਾਉਂਦੇ ਹਨ ਕਹਿੰਦੇ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਵਾਦ ਨਾ ਜਾਪੇ ਕਹਿੰਦੇ ਜਿੰਨਾ ਚਿਰ ਆਪਾਂ ਉਸ ਸਤਗੁਰ ਦੇ ਦਿੱਤੇ ਨਾਮ ਦੀ ਕਮਾਈ ਜਿਹੜਾ ਹੈ ਉਹ ਨਹੀਂ ਕਰਦੇ ਤਾਂ ਕਹਿੰਦੇ ਅੰਦਰ ਦੇ ਉਸ ਰਸ ਦਾ ਅੰਦਰ ਦੇ ਉਸ ਸ਼ਬਦ ਦਾ ਗਿਆਨ ਜਿਹੜਾ ਹੈ ਉਹ ਕਿਸੇ ਨੂੰ ਸਮਝ ਨਹੀਂ ਆਉਂਦਾ ਸਮਝ ਉਦੋਂ ਹੀ ਆਉਂਦਾ ਹੈ ਜਦੋਂ ਆਪਾਂ ਉਸ ਦੇ ਨਾਲ ਪ੍ਰੇਮ ਪਿਆਰ ਭਰੋਸਾ ਪ੍ਰੇਮ ਪੈਦਾ ਕਰ ਦਿੰਦਾ ਹੈ ਭਰੋਸੇ ਨੂੰ ਤੇ ਭਰੋਸਾ ਜਿਹੜਾ ਹੈ ਸਾਡੇ ਅੰਦਰ ਧਿਆਨ ਦੀ ਲਾਲਸਾ ਲਾਉਣੀ ਸ਼ੁਰੂ ਕਰ ਦਿੰਦਾ ਹੈ ਧਿਆਨ ਆਪਾਂ ਉਦੋਂ ਲਾਉਨੇ ਹਨ ਜਦੋਂ ਅੰਦਰ ਸਾਨੂੰ ਸਤਿਗੁਰ ਦੀ ਉਸ ਸ਼ਕਤੀ ਦਾ ਅਨੁਭਵ ਹੁੰਦਾ ਹੈ ਉਹਦੀ ਅੰਦਰੋਂ ਸਾਨੂੰ ਫੀਲਿੰਗ ਆਉਂਦੀ ਹੈ ਉਹੀ ਸਾਨੂੰ ਧਿਆਨ ਤੇ ਬਿਠਾਉਂਦੀ ਹੈ ਇਸ ਕਰਕੇ ਜਿਹੜਾ ਹੈ ਗੁਰੂ ਕੇ ਗੁਰੂ ਦੇ ਧਿਆਨ ਧਰੇ ਤੋਂ ਬਗੈਰ ਸਵਾਮੀ ਜੀ ਮਹਾਰਾਜ ਕਹਿੰਦੇ ਕਿ ਕਦੀ ਵੀ ਤੇਰਾ ਛੁਟਕਾਰਾ ਨਾ ਹੋਇਆ ਹੈ ਔਰ ਨਾ ਹੀ ਤੇਰਾ ਹੋ ਸਕਦਾ ਹੈ ਹਾਂਜੀ ਜੋ ਤੇਰੇ ਰੰਗ ਰਾਤੇ ਸਵਾਮੀ ਤੈਨ ਕਾ ਜਨਮ ਮਰਨ ਦੁੱਖ ਨਾ ਸਾ ਤੇਰੀ ਬਖਸ਼ਨਾ ਮੇ ਤੇ ਕੋਈ ਸਤ ਗੁਰ ਕਾ ਦਿਲਾਸਾ ਜਿਸਕੇ ਸਿਰ ਉਪਰ ਤੂੰ ਸਾਮੀ ਸੋ ਦੁੱਖ ਕੈਸਾ ਪਾਵੇ ਇੱਥੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਆਪਣੇ ਸਤਿਗੁਰ ਦੇ ਨਾਲ ਸਨੇਹ ਹੁੰਦਾ ਹੈ ਜਿਨ੍ਹਾਂ ਦੀ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਵੱਜ ਜਾਂਦੀ ਹੈ ਤਾਂ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਕੀ ਭਾ ਬਣ ਜਾਂਦਾ ਹੈ ਇੰਦੇ ਐ ਸੱਚੇ ਪਾਤਸ਼ਾਹ ਜਿਹਦੇ ਨਾਲ ਤੇਰਾ ਪਿਆਰ ਵੱਜ ਜਾਂਦਾ ਹੈ ਤੇਰੇ ਨਾਲ ਪ੍ਰੀਤ ਵੱਜ ਜਾਂਦੀ ਹੈ ਤੇ ਕਹਿੰਦੇ ਉਹ ਤੇਰੇ ਰੰਗ ਦੇ ਵਿੱਚ ਰੰਗੇ ਜਾਂਦੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕੌਣ ਆਇਆ ਕੌਣ ਗਿਆ ਤਾਂ ਕਹਿੰਦੇ ਇਹ ਚੀਜ਼ ਜਿਹੜੀ ਹੈ ਉਹ ਕਦੋਂ ਪੈਦਾ ਹੁੰਦੀ ਹੈ ਕਹਿੰਦੇ ਇਹ ਉਦੋਂ ਪੈਦਾ ਹੁੰਦੀ ਹੈ ਇਹ ਸ਼ੂਸ਼ਮ ਅਵਸਥਾ ਇਹ ਸ਼ੂਸ਼ਮ ਅਵਸਥਾ ਮਨਮੁਖ ਬੰਦਾ ਜਿਹੜਾ ਹੈ ਉਸ ਬੰਦੇ ਦੀ ਖਿੱਲੀ ਹੀ ਉਡਾਵੇਗਾ ਉਸ ਨੂੰ ਮਾੜਾ ਚੰਗਾ ਹੀ ਬਿਆਨ ਕਰੇਗਾ ਇਹ ਬਾਵਰਾ ਹੋ ਗਿਆ ਇਹਦੇ ਚ ਕੋਈ ਸ਼ੱਕ ਨਹੀਂ ਉਹ ਹੋ ਹੀ ਬਾਵਰਾ ਜਾਂਦਾ ਕਿਉਂਕਿ ਜਦੋਂ ਤਾਰ ਉਹਦੇ ਨਾਲ ਜੁੜਦੀ ਹੈ ਗੱਲ ਫਿਰ ਉਹਦੇ ਨਾਲ ਹੁੰਦੀ ਆ ਫਿਰ ਥੱਲੇ ਜਿਹੜਾ ਹੈ ਦੁਨੀਆਦਾਰੀ ਦਾ ਇਹ ਝੂਠ ਦਾ ਪਲੰਦਾ ਜਿਹੜਾ ਹੈ ਉਹ ਥੱਲੇ ਦਾ ਥੱਲੇ ਰਹਿ ਜਾਂਦਾ ਹੈ ਜਦੋਂ ਉਹਦੇ ਨਾਲ ਗੱਲ ਜੁੜਦੀ ਆ ਤੇ ਫਿਰ ਉਹਦੇ ਨਾਲ ਗੱਲ ਹੁੰਦੀ ਹੈ ਤੇ ਕਹਿੰਦੇ ਫਿਰ ਉਹਦੀ ਰਿਸ਼ਨਾਈ ਉਹਦੇ ਚਿਹਰੇ ਦਾ ਉਹਦੇ ਹਿਰਦੇ ਦਾ ਰੰਗ ਜਿਹੜਾ ਹੈ ਕਿਹੋ ਜਿਹਾ ਜਾਂਦਾ ਹੈ ਇਹ ਤੇ ਦਾਤਾ ਹੀ ਜਾਣਦਾ ਹੈ ਇਸੇ ਤਰ੍ਹਾਂ ਹੀ ਕਿਤਰਾਂ ਦੁਨੀਆਦਾਰੀ ਦੇ ਵਿੱਚੋਂ ਮਸਾਲਾ ਮਿਲਦੀਆਂ। ਬਾਬਾ ਜੀ ਮਹਾਰਾਜ ਦੇ ਨਾਲ ਇੱਕ ਦਫ਼ਾ ਜੋਧਪੁਰ ਜਾਣ ਦਾ ਮੌਕਾ ਮਿਲਿਆ। ਉੱਥੇ ਬਾਬਾ ਜੀ ਨੇ ਕਿਸੇ ਇੱਕ ਰਾਤ ਸਟੇ ਕੀਤਾ ਕਿਸੇ ਨੂੰ ਮਿਲਣ ਜਾਣਾ ਸੀ। ਉਸ ਬੰਦੇ ਨੂੰ ਸਵੇਰੇ ਆਸੀ ਉਹਨਾਂ ਦੇ ਘਰ ਤੋਂ ਲੈ ਕੇ ਆਏ। ਐਸਾ ਉਸ ਬੰਦੇ ਦੇ ਮਨ ਦੇ ਵਿੱਚ ਆਪਣੇ ਬਾਬਾ ਜੀ ਦੇ ਪ੍ਰਤੀ ਮਨ ਦੇ ਵਿੱਚ ਐਸਾ ਪਿਆਰ ਜਾਗ ਗਿਆ। ਪਿਆਰ ਜਾਗਿਆ ਜਦੋਂ ਉਹ ਆਣ ਕੇ ਉਹਨੇ ਅੰਦਰ ਮੱਥਾ ਟੇਕਿਆ ਜਦ ਕਿ ਉਹ ਸਸੰਗੀ ਨਹੀਂ ਸੀ ਸਸੰਗੀ ਨਹੀਂ ਉਹ ਲੇਕਿਨ ਆਇਆ ਉਹਨੇ ਮੱਥਾ ਟੇਕਿਆ ਉਸ 15 ਕੇ 20 ਮਿੰਟਾਂ ਦੀ ਹਾਜ਼ਰੀ ਦੇ ਵਿੱਚ ਬਾਬਾ ਜੀ ਨੇ ਕੋਈ ਐਸੀ ਪਰਮਾਰਥ ਦੀ ਉਹਨੂੰ ਗੱਲ ਨਹੀਂ ਕਹੀ ਨਾ ਕੋਈ ਸਾਧ ਸੰਗ ਦੀ ਮਿਸਾਲ ਦਿੱਤੀ ਲੇਕਿਨ ਉਹ ਜਦੋਂ ਵਾਪਸ ਬਾਬਾ ਜੀ ਨੇ ਉਹਨੂੰ ਹੱਥ ਜੋੜੇ ਕੇ ਚੰਗਾ ਭਾਈ ਸਾਹਿਬ ਤੁਸੀਂ ਚੱਲੋ ਅਸਾਂ ਚਲੇ ਜਾਣਾ ਲੱਡੂਆਂ ਦੇ ਡੱਬੇ ਦਾ ਪ੍ਰਸ਼ਾਦ ਦਿੱਤਾ ਬਾਹਰ ਨਿਕਲਿਆ ਹੀ ਫੇਰ ਉਹਨੂੰ ਘਰ ਛੱਡਣ ਗਏ ਕਹਿੰਦੇ ਜੀ ਬਾਬਾ ਜੀ ਨੇ ਬਹੁਤ ਉੱਚਾ 사ਸਨ ਕੀਤਾ ਜਦ ਕਿ ਸਾਡੇ ਸਾਹਮਣੇ ਦੀ ਗੱਲ ਹੈ ਇਹ ਸਿਰਫ ਤੇ ਸਿਰਫ ਕਾਰਨ ਕੀ ਹੈ ਸਤਿਗੁਰ ਦੀ ਆਪਣੀ ਮੌਜ ਸਾਰੀ ਉਮਰ ਇਨਸਾਨ ਬੈਠਾ ਰਹਿੰਦਾ ਇਹ ਕਹਿੰਦੇ ਕਿਸੇ ਨੂੰ ਜਾਗ ਨਹੀਂ ਲੱਗਦੀ ਤੇ ਕਹਿੰਦੇ ਜਿੰਨੂੰ ਜਾਗ ਲਾਉਣੀ ਆ ਉਹਨੂੰ ਇੱਕ ਸਕਿੰਟ ਚ ਲਾ ਦਿੰਦਾ ਇਸ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਦਾ ਸਿਲਸਿਲਾ ਸੀ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਕੋਈ ਪ੍ਰੇਮੀ ਆਇਆ ਦਸਵੇਂ ਪਾਤਸ਼ਾਹ ਨੇ ਉਹਦੇ ਤੇ ਰੰਗ ਚੜਾ ਦਿੱਤਾ ਰੋਹਾਨੀਅਤ ਦਾ ਹੁਣ ਜਿਹੜੇ بڑے ਪ੍ਰਾਣੀ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਸਨ ਉਹਨਾਂ ਨੂੰ ਕਦੀ ਰੋਹਾਨੀਅਤ ਦਾ ਅਹਿਸਾਸ ਨਾ ਆਇਆ ਜਦੋਂ ਉਹਦੇ ਤੇ ਰੰਗ ਚੜਿਆ ਵੇਖਿਆ ਤੇ ਗੁਰੂ ਸਾਹਿਬ ਦੇ ਅੱਗੇ ਆਰਗੂ ਕੀਤੀ ਮਨ ਦੇ ਵੀਰ ਚ ਰੋਸ ਕੀਤਾ ਕਿ ਸੱਚੇ ਪਾਤਸ਼ਾਹ ਅਹੀਂ ਐਨੇ ਚਿਰ ਦੀ ਤੁਹਾਡੀ ਸੇਵਾ ਕਰਦੇ ਆਂ ਤੇ ਸਾਨੂੰ ਤੇ ਤੁਹਾਂ ਸਾਡੇ ਤੇ ਤੇ ਦਇਆ ਕੀਤੀ ਨਹੀਂ ਤੇ ਤੁਸੀਂ ਉਹ ਅਜੇ 15 ਦਿਨ ਨਹੀਂ ਹੋਏ ਤੇ ਉਹਦੇ ਤੇ ਤੁਹਾਂ ਕਿਰਪਾ ਕਰਤੀ ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਸੁੱਖਾ ਘੋਟੋ ਆ ਜਿਹੜੇ ਸ਼ਰਦਾਈ ਜੀ ਇਹ ਕੋਟਣ ਲਾ ਦਿੱਤਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਦੀ ਕੁਰਲੀਆਂ ਕਰ ਕਰਕੇ ਬਾਹਰ ਛੁੱਟੀ ਜਾਓ ਬਾਬਾ ਜੀ ਮਹਾਰਾਜ ਅਕਸਰ ਇਹ ਮਿਸਾਲ ਦਿੰਦੇ ਹੁੰਦੇ ਸਨ ਉਹ ਕੁਰਲੀਆਂ ਕਰ ਕਰ ਬਾਹਰ ਛੁੱਟੀ ਗਣ ਹੁਣ ਜੋ ਗੁਰੂ ਨੇ ਕਿਹਾ ਕਰਨਾ ਤੋਂ ਹੀ ਹੈ ਉਸ ਪ੍ਰੇਮੀ ਨੇ ਜਿਹੜਾ ਹੈ ਉਹ ਕੋਟ ਅੰਦਰ ਨੰਗਾ ਲਿਆ ਗੁਰੂ ਸਾਹਿਬ ਉਹਦੇ ਲਾਗੇ ਖੜੋਤੇ ਕਹਿੰਦੇ ਵੀ ਭਾਈ ਤੂੰ ਹਾਂ ساری ਉਮਰ ਮੇਰੇ ਸਾਥ ਸੰਗਾਂ ਦੀਆਂ ਆਪਣੀ ਸੇਵਾ ਦੀਆਂ ਕੁਰਲੀਆਂ ਕਰ ਕਰ ਬਾਹਰ ਕੱਢ ਦਿੱਤੀਂ ਇਨੇ ਮੇਰ ਨਾਲ ਪ੍ਰੇਮ ਕੀਤਾ ਮੇਰਾ ਵਿਸ਼ਵਾਸ ਧਰਿਆ ਇਨੇ ਧਿਆਨ ਲਾ ਲਿਆ ਤੇ ਗੱਲ ਸਾਰੀ ਪ੍ਰੇਮ ਦੀ ਹੈ ਤੇ ਪ੍ਰੇਮ ਦੇ ਨਾਲ ਉਹ ਸ਼ਬਦ ਜਿਹੜਾ ਹੈ ਅੰਦਰੋਂ ਇਹਦੇ ਪ੍ਰਗਟ ਹੋ ਗਿਆ ਇਹ ਕਿਸੇ ਦਾ ਜਾਤ-ਪਰਾਦਰੀ ਨਹੀਂ ਵੇਖਦਾ ਇਹ ਕਿਸੇ ਦੀ ਸੁੰਦਰਤਾ ਨਹੀਂ ਵੇਖਦਾ ਇਹ ਕਿਸੇ ਦੀ ਧਨ-ਦੌਲਤ ਨਹੀਂ ਵੇਖਦਾ ਇਹ ਤੇ ਮਾਲਕ ਦੀ ਦਇਆ ਹੈ ਜਿਹਦੇ ਤੇ ਹੋ ਜਾਵੇ ਜਿਹਦੇ ਤੇ ਹੋ ਜਾਵੇ ਉਹ ਉਹਦਾ ਪਾਤਰ ਬਣ ਜਾਂਦਾ ਹੈ ਇਹ ਗੱਲਾਂ ਬਾਤਾਂ ਦਾ ਮਜਬੂਰ ਨਹੀਂ ਕਰਨੀ ਦਾ ਮਾਰਗ ਹੈ ਜਿਹੜੇ ਕਰਦੇ ਹਨ ਉਹਨਾਂ ਦੇ ਅੰਦਰ ਉਹ ਦਇਆ ਜਿਹੜੀ ਹੈ ਉਹ ਵਰਸਣੀ ਸ਼ੁਰੂ ਹੋ ਜਾਂਦੀ ਹੈ ਵੱਡੇ ਬਾਬਾ ਜੀ ਮਹਾਰਾਜ ਆਪਣੀ 사ਸੰਗ ਦੇ ਵਿੱਚ ਅਕਸਰ ਇਹ ਮਿਸਾਲ ਸਮਝਾਉਂਦੇ ਹੁੰਦੇ ਸਨ ਕਹਿੰਦੇ ਹੁੰਦੇ ਸਨ ਕਿ ਜਦੋਂ ਮੈਂ ਵੱਡੇ ਮਹਾਰਾਜ ਦੇ ਕੋਲ ਨਾਮਦਾਨ ਲਿਆ ਕਹਿੰਦੇ ਐਸਾ ਬਾਬਾ ਜੀ ਮਹਾਰਾਜ ਨੇ ਰੰਗ ਚੜਾਇਆ ਐਸਾ ਰੰਗ ਚੜਾਇਆ ਕਿ ਕਹਿੰਦੇ ਇੱਕ ਦਿਨ ਘਰੇ ਮੇਰੇ ਕੋਈ ਆਪਣਾ ਯਾਰ ਦੋਸਤ ਮਿੱਤਰ ਮਿਲਣ ਆ ਗਿਆ ਤੇ ਕਹਿੰਦੇ ਅਸੀਂ ਜਿਉਂ ਰਾਤ ਸਾਰੀ ਰਾਤ ਵੱਡੇ ਮਹਾਰਾਜ ਦੀਆਂ ਗੱਲਾਂ ਉਹਨਾਂ ਦੀਆਂ ਸਾਖੀਆਂ ਐਸੀਆਂ ਸ਼ੁਰੂ ਹੋਈਆਂ ਕਿ ਸਵੇਰ ਚੜ ਗਈ ਤੇ 5-7 ਕਿਲੋਮੀਟਰ ਦੇ ਉੱਤੇ ਪਿੰਡ ਸੀ ਸਵੇਰ ਚੜੀ ਤਾਂ ਕਹਿੰਦੇ ਯਾਰ ਪਤਾ ਹੀ ਨਹੀਂ ਲੱਗਾ ਆਪਣਾ ਜਿਹੜਾ ਹੈ ਉਹ ਮੈਂ ਤਾਂ ਵਾਪਸ ਜਾਣਾ ਸੀ ਤੇ ਬਾਬਾ ਜੀ ਮਹਾਰਾਜ ਉਹਨੂੰ ਕਹਿੰਦੇ ਵੀ ਚੱਲ ਮੈਂ ਤੈਨੂੰ ਬਾਹਰ ਕਾ ਰਾਵਾਂ ਅਕਸਰ ਪਿੰਡਾਂ ਦੇ ਵਿੱਚ ਫਿਰਨੀਆਂ ਹੁੰਦੀਆਂ ਕਿੰਦੇ ਚੱਲ ਮੈਂ ਤੈਨੂੰ ਫਿਰਨੀ ਤੱਕ ਦੂਰ ਗਾਂ ਕਾਰਮ ਫੇਰ ਗੱਲਾਂ ਛिडੀਆਂ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਉਹਦੇ ਘਰ ਹੀ ਜਾ ਪਹੁੰਚੇ 5-7 ਕਿਲੋਮੀਟਰ ਤੇ ਘਰ ਸੀ ਸੋ ਕਾਰਨ ਇਹ ਚੀਜ਼ਾਂ ਉਦੋਂ ਬਣਦੀਆਂ ਹਨ ਜੇ ਕੋਈ ਸਤਿਗੁਰ ਆਪਣੇ ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਮਿਸਾਲ ਦਿੰਦੇ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਘਟਣਾ ਉਹ ਹੈਪਨਿੰਗ ਹੋਈ ਹੁੰਦੀ ਆ ਜੇ ਦੇ ਕਰਕੇ ਉਹ ਮਿਸਾਲ ਜਿਹੜੀ ਹੈ ਉਹ ਬਾਣੀ ਦੇ ਵਿੱਚ ਜਿਹੜੀ ਹੈ ਉਹਦਾ ਵਰਣਨ ਜਿਹੜਾ ਹੈ ਉਹ ਕਰਕੇ ਰੱਖ ਦਿੰਦੇ ਹਨ ਤਾਂ ਹੀ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਇਹਦੇ ਜਿਨ੍ਹਾਂ ਨੂੰ ਤੂੰ ਪਿਆਰ ਦੇ ਵਿੱਚ ਬੰਨ ਲਿਆ ਜਿਨ੍ਹਾਂ ਨੂੰ ਤੂੰ ਆਪਣਾ ਪਿਆਰ ਬਖਸ਼ ਦਿੱਤਾ ਕਹਿੰਦੇ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਸੁਖ ਨਾਸਾ ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣਾ ਪਿਆਰ ਬਖਸ਼ ਦਿੱਤਾ ਕਹਿੰਦੇ ਉਹ ਜਨਮਾਂ ਜਨਮਾਂ ਦਾ ਉਹਨਾਂ ਦਾ ਤੂੰ ਉਹਦੀ ਫਾਹੀ ਕੱਟ ਕੇ ਰੱਖ ਦਿੱਤੀ ਕਹਿੰਦੇ ਉਹੀ ਭੈਣ ਭਾਈ ਹੁੰਦੇ ਹਨ ਜਿਹੜੇ ਕੋ ਮਖੌਲ ਕਰੀ ਜਾਂਦੇ ਆ ਉਹੀ ਭੈਣ ਭਰਾ ਹੈ ਜਿਹੜੇ ਕਹਿੰਦੇ ਹਨ ਜਿਨ੍ਹਾਂ ਨੂੰ ਉਹ ਸਤਗੁਰ ਆਪਣੀ ਗੋਦ ਚ ਲੈ ਲਿੰਦਾ ਕਹਿੰਦੇ ਕਿਸੇ ਦੇ ਵਸ ਦੀ ਗੱਲ ਨਹੀਂ ਜੋ ਹੈ ਸਿਰਫ ਤੇ ਸਿਰਫ ਉਸ ਸਤਗੁਰ ਦੀ ਦਇਆ ਦਇਆ ਤੋਂ ਬਗੈਰ ਜਿਹੜਾ ਹੈ ਹੋਰ ਕੁਝ ਵੀ ਜਿਹੜਾ ਹੈ ਉਹ ਨਹੀਂ ਹੈ ਤੇ ਗੁਰੂ ਸਾਹਿਬ ਅੱਗੇ ਫਰਮਾਉਂਦੇ ਕਹਿੰਦੇ ਤੇਰੀ ਬਖਸ਼ਣਾ ਮੇਟੇ ਕੋਈ ਸਤਗੁਰ ਕਾ ਦਲਾਸਾ ਹੈ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਤੇਰੀ ਬਖਸ਼ ਜੜੀ ਹੈ ਤੇਰਾ ਦਿੱਤਾ ਅਸ਼ੀਰਵਾਦ ਜਿਹੜਾ ਹੈ ਉਹ ਜਨਮਾਂ ਜਨਮ ਜਿਹੜਾ ਹੈ ਜਿਹੜੇ ਜੀਵ ਨੂੰ ਦਿੰਦਾ ਹੈ ਉਹ ਜੀਵ ਨੂੰ ਤੂੰ ਦੇਨਾ ਹੈ ਲੇਕਿਨ ਕਹਿੰਦੇ ਉਹਦੇ ਅਗਾ ਖਾਨਦਾਨ ਨੂੰ ਉਹ ਜਿਹੜਾ ਹੈ ਉਹ ਬਖਸ਼ ਉਹ ਕਿਰਪਾ ਉਹ ਦਇਆ ਜਿਹੜੀ ਹੈ ਉਸ ਸਾਰੇ ਖਾਨਦਾਨ ਨੂੰ ਹੀ ਜਿਹੜੀ ਹੈ ਉਹ ਮਿਲ ਜਾਂਦੀ ਹੈ ਬਾਬਾ ਦੇਵਾ ਸੰਗ ਜੀ ਮਹਾਰਾਜ ਦਾ ਸਮਾ ਸੀ ਉਹਨਾਂ ਦੀ ਹਾਜ਼ਰੀ ਚ ਉਹਨਾਂ ਦੀ ਸ਼ਰਮ ਦੇ ਵਿੱਚ ਉਹਨਾਂ ਦਾ ਪ੍ਰੇਮੀ ਆਇਆ ਬੜਾ ਗਰੀਬਰਾ ਸੀ ਇਧਰ ਦੀ ਸਾਈਡ ਤੋਂ ਫਿਰੋਜ਼ਪੁਰ ਸਾਈਡ ਤੋਂ ਆਉਂਦਾ ਸੀ ਇੰਨੀ ਹਾਲਤ ਖਰਾਬ ਕੀ ਉਸ ਦੇ ਵਿਚਾਰੇ ਕੋਲ ਬਸ ਦਾ ਕਿਰਾਇਆ ਪਾੜਾ ਵੀ ਦੇਣਾ ਔਖਾ ਹੋ ਗਿਆ ਲੇਕਿਨ ਅਕਸਰ ਬਾਬਾ ਹੀ ਮਹਾਰਾਜ ਦੇ ਦਹੀ ਪੰਦਰੀ ਜਲੀ ਉਹਨੇ ਦਰਸ਼ਨ ਕਰਨ ਆਉਣੇ ਉਸ ਵੇਲੇ ਜਿਹੜਾ ਹੈ ਬਾਬਾ ਦੇਵਾ ਸਿੰਘ ਜੀ ਮਹਾਰਾਜ ਇੱਕ ਦਫਾ ਉਹ ਆਇਆ ਆਣ ਕੇ ਤੇ ਬਾਬਾ ਜੀ ਮਹਾਰਾਜ ਉਹਨੂੰ ਟਾਂਗੇ ਦੇ ਉਸ ਵੇਲੇ ਟਾਂਗਾ ਰੱਖਿਆ ਹੁੰਦਾ ਸੀ ਬਾਬਾ ਜੀ ਦੀ ਗੱਡੀ ਵੱਡੀ ਬਾਬਾ ਜੀ ਮਹਾਰਾਜ ਦੀ ਗੱਡੀ ਵੀ ਸੀ ਪਰ ਜ਼ਿਆਦਾਤਰ ਉਹ ਫਾਰਮ ਦੇ ਉੱਤੇ ਟਾਂਗੇ ਦੇ ਉੱਤੇ ਜਾਂਦੇ ਹੁੰਦੇ ਸਨ ਉਹ ਟਾਂਗੇ ਦੇ ਉੱਤੇ ਬਾਬਾ ਜੀ ਮਹਾਰਾਜ ਆਪ ਬੈਠੇ ਤੇ ਨਾਲ ਉਹਨੂੰ ਸੇਵਕ ਨੂੰ ਬਿਠਾ ਲਿਆ ਫਾਰਮ ਹਾਊਸ ਦੇ ਉੱਤੇ ਫੇਰਾ ਮਾਰਿਆ ਮਾਰਨ ਤੋਂ ਬਾਅਦ ਜਦੋਂ ਵਾਪਸ ਸੜਕ ਤੇ ਚੜ੍ਹੇ ਲਿੰਕ ਰੋਡ ਤੇ ਤੇ ਕਹਿੰਦੇ ਚੰਗਾ ਭਾਈ ਉਹ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਬੜੀ ਹਾਲਤ ਖਰਾਬ ਹੈ ਇੰਨਾ ਆਉਣਾ ਜਾਣਾ ਔਖਾ ਹੈ ਕਰਾਇਆ ਪਾੜਾ ਰਿੰਦਾ ਤੇ ਬਾਬਾ ਹੀ ਮਹਾਰਾਜ ਨੇ ਜਿਹੜਾ ਹੈ ਹਵਾ ਚ ਹੀ ਚਾਰ ਬੁੱਕ ਪਰੇ ਤੇ ਉਸ ਦੀ ਝੋਲੀ ਚ ਪਾਏ ਜਦੋਂ ਪਾਏ ਤੇ ਕਹਿੰਦੇ ਹਨ ਉਹ ਬੰਦਾ ਜਿਹੜਾ ਹੈ ਦਿਨਾਂ ਦੇ ਵਿੱਚ ਹੀ ਜਿਹੜਾ ਹੈ ਉਹ ਅੱਜ ਦਿਨ ਹੋਰ ਕੱਲ ਦਿਨ ਹੋਰ ਸਮਾਂ ਪਾ ਕੇ ਜਿਹੜਾ ਹੈ ਉਸ ਫਿਰੋਜਪੁਰ ਦਾ ਸੇਠ ਬਣਿਆ ਸੋ ਗੱਲ ਹੈ ਜਿਹਦੇ ਤੇ ਉਹ ਸਤਗੁਰ ਬਖਸ਼ਿਸ਼ ਕਰ ਦਿੰਦਾ ਹੈ ਜਿਹਦੇ ਤੇ ਉਹ ਦਇਆ ਕਰ ਦਿੰਦਾ ਹੈ ਕਹਿੰਦੇ ਉਹਦੇ ਵਾਰੇ ਰਾਰੇ ਸਾਰੀ ਜਿਹੜਾ ਹੈ ਉਹ ਰਿਸ਼ਤੇਦਾਰ ਭੈਣ ਭਾਈ ਵੀ ਜਿਹੜੇ ਹਨ ਉਸਤੇ ਜਿਹੜੇ ਹਨ ਉਹ ਰੰਗੇ ਜਾਂਦੇ ਹਨ ਇਸ ਤਰ੍ਹਾਂ ਇੱਕ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਤੋਮਾ ਸੀ ਉਹ ਵੀ ਬੜਾ ਗਰੀਬ ਰਾਜਾ ਸੀ ਉਹ ਵੀ ਸਤਗੁਰ ਦੀ ਸ਼ਰਨ ਚ ਆਇਆ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਦੇ ਉਸ ਸਮੇਂ ਦੇ ਉੱਤੇ ਉਸਾਰੀ ਹੁੰਦੀ ਸੀ ਉਸਾਰੀ ਹੁੰਦੀ ਤੇ ਉਹ ਬਾਹਰ ਬਿਠਾ ਰੀੜੀ ਲਾਉਂਦਾ ਆਂਦਾ ਸੀ ਇੰਨੀ ਹਾਲਤ ਖਰਾਬ ਹੋ ਗਈ ਜੋ ਵਟਣਾ ਗੁਰੂ ਸਾਹਿਬ ਨੂੰ ਦੇ ਦੇਣ ਇੱਕ ਦਿਨ ਗੁਰੂ ਸਾਹਿਬ ਸ਼ਾਮ ਨੂੰ ਆਏ ਤੇ ਕਹਿੰਦਾ ਸੱਚੇ ਪਾਤਸ਼ਾਹ ਇਹਦੇ ਉਹਨੂੰ ਉਸ ਗੁਰੂ ਸਾਹਿਬ ਪੁੱਛਦੇ ਕਿ ਭਾਈ ਕੀ ਹਾਲ ਤੇਰਾ ਮਾਨੀ ਮਨ ਦੇ ਵਿੱਚ ਇੱਕ ਸੋਚਦਾ ਨਹੀਂ ਜਬਾਨ ਤੋਂ ਤਾਂ ਕਿਹਾ ਨਾ ਇਹਦੇ ਸੱਚੇ ਪਾਤਸ਼ਾਹ ਧਿਆਨ ਨੂੰ ਕੀ ਪਤਾ ਰੋਟੀ ਕਿਤਰਾ ਪੱਕਦੀ ਹੈ ਰੋਟੀ ਦੇ ਲਾਲੇ ਪਏ ਜਦੋਂ ਇੰਨੀ ਗੱਲ ਅੰਦਰੋਂ ਕਹੀ ਤੇ ਗੁਰੂ ਸਾਹਿਬ ਨੇ ਉਸੇ ਵੇਲੇ ਜਵਾਬ ਦਿੱਤਾ ਕਹਿੰਦੇ ਭਾਈ ਜੇ ਤੇਰਾ ਮੈਨੂੰ ਨਹੀਂ ਪਤਾ ਤੇ ਪਤਾ ਕਿੰਨੂ ਹੋਣਾ ਪੁੱਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਸ ਛਾਦੀ ਵਾਲੇ ਨੂੰ ਸੋਮੇ ਨੂੰ ਉਹਦਾ ਨਾਂ ਸੋਮਾ ਸੀ ਉਹਨੂੰ ਛਾਤੀ ਦੇ ਨਾਲ ਲਾਇਆ ਨਾਲ ਵਰ ਦਿੱਤਾ ਕਿ ਜਾ ਇਸ ਸ਼ਹਿਰ ਦਾ ਹੀ ਤੂੰ ਸੇਠ ਬਣੇਗਾ ਆਪ ਕਹਿ ਕੇ ਕੱਪੜੇ ਦਾ ਕੰਮ ਸ਼ੁਰੂ ਕਰਾਇਆ ਕੱਪੜੇ ਦਾ ਕੰਮ ਸ਼ੁਰੂ ਕਰਾਇਆ ਤੇ ਇਸ ਸ਼ਹਿਰ ਦਾ ਅਮਰਸਰ ਸ਼ਹਿਰ ਦਾ ਇਤਿਹਾਸ ਫਰੋਲ ਕੇ ਦੇਖਿਓ ਇਥੋਂ ਤੋਂ ਸੋਮੇ ਨਾਂ ਦਾ ਇੱਕ ਸੇਠ ਹੋਇਆ ਹੈ ਇਤਿਹਾਸ ਦੱਸਦਾ ਉਹਦੀ ਖਾਨਦਾਨੀ ਦੇ ਜਿੱਥੇ-ਜਿੱਥੇ ਵੀ ਉਹਨਾਂ ਦੀਆਂ ਲੜਕੀਆਂ ਬੱਚੇ ਵਿਆਹਿਆ ਉਹ ਵੀ ਜਿਹੜਾ ਹੈ ਉਹ ਸੇਠ ਬਣੇ ਬੈਠੇ ਹੈ ਕਹਿੰਦੇ ਕਿ ਇਹ ਦੀ ਵਡਿਆਈ ਕਹਿੰਦੇ ਇਹ ਉਸ ਸਤਪੁਰ ਦੀ ਵਡਿਆਈ ਇਸ ਕਰਕੇ ਕਹਿੰਦੇ ਉਹਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਪਰ ਕਹਿੰਦੇ ਚਤਰਾਈ ਦੇ ਨਾਲ ਕੋਈ ਜੀਵ ਨਹੀਂ ਲੈ ਸਕਦਾ ਜਿੰਨੇ ਲਿਆ ਹੈ ਉਹਨੇ ਆਪਣੀ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਪ੍ਰੇਮ ਰੂਪ ਆਪਣੇ ਆਪ ਦਾ ਪਿਆਰ ਆਪਣੇ ਸਤਿਗੁਰ ਦੇ ਅੰਦਰ ਪੈਦਾ ਕੀਤਾ ਤਾਂ ਹੀ ਜਿਹੜਾ ਹੈ ਉਹ ਅੰਦਰ ਉਹ ਸਤਿਗੁਰ ਦੀ ਦਇਆ ਨੂੰ ਪਾ ਪਾਇਆ ਇਸ ਕਰਕੇ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਜਿਹੜਾ ਤੇਰੀ ਬਖਸ਼ ਜਿਹਦੇ ਤੋਂ ਤੂੰ ਬਖਸ਼ਿਸ਼ ਕਰ ਦੇਣਾ ਕਹਿੰਦੇ ਉਸ ਬਖਸ਼ਿਸ਼ ਨੂੰ ਜਿਹੜਾ ਹੈ ਉਹ ਕੋਈ ਵੀ ਮੇਟ ਨਹੀਂ ਸਕਦਾ ਇਸ ਕਰਕੇ ਕਹਿੰਦੇ ਇਹ ਦਇਆ ਉਹ ਹੀ ਪਾ ਸਕਦਾ ਹੈ ਜਿਹਦੇ ਦੇ ਅੰਦਰ ਉਸ ਸਤਿਗੁਰ ਦਾ ਪ੍ਰੇਮ ਸ਼ਰਦਾ ਕਾਪ ਉਸ ਦੇ ਅੰਦਰ ਪਿਆ ਹੈ ਉਹਦੇ ਉੱਤੇ ਉਹ ਗੁਰੂ ਜਿਹੜਾ ਹੈ ਉਹ ਤਰੁੱਠ ਜਾਂਦਾ ਹੈ ਹਾਂਜੀ ਨਾਮ ਤੇ ਆਨ ਸੁਖ ਫਲ ਪਾਇਨ ਆਟ ਪਹਿਰ ਅਰਾਧੇ ਤੇਰੀ ਸ਼ ਸ਼ਟ ਲੈ ਸਾਧੇ ਜਿਸ ਕੇ ਸਿਰ ਉਪਰ ਤੂੰ ਸਾਮੀ ਸੋ ਦੁੱਖ ਕੈਸਾ ਪਾਵੇ ਇੱਥੇ ਹੁਣ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਕਹਿੰਦੇ ਨਾਮ ਧਿਆਨ ਸੁਖ ਫਲ ਪਾਏ ਅੱਠ ਪੈਰ ਅਰਾਧੇ ਅੱਠੇ ਪੈਰ ਆਰਾਧਨਾ ਇਹ ਹਰ ਸੇਵਕ ਦੇ ਵਾਸਤੇ ਦੀ ਕਹਾਣੀ ਨਹੀਂ ਹੈ ਅੱਠੇ ਪੈਰ ਦੇ ਵਿੱਚ ਸਾਰਾ 24 ਘੰਟਿਆਂ ਦਾ ਸਿਲਸਿਲਾ ਜਿਹੜਾ ਹੈ ਉਹ ਜਿਹੜਾ ਹੈ ਉਹ ਪੂਰਨ ਹੋ ਜਾਂਦਾ ਹਰ ਪੜਾ ਹਰ ਪੈਰ ਜਦੋਂ ਸ਼ੁਰੂ ਹੁੰਦਾ ਗੁਰੂ ਸਾਹਿਬ ਨੇ ਉਦੋਂ ਹੀ ਆਰਾਧਨਾ ਜੜੀ ਹੈ ਉਹਦੇ ਬਾਰੇ ਇਸ਼ਾਰਾ ਕੀਤਾ ਕਿ ਭਾਈ ਆਰਾਧਨਾ ਹੀ ਕਰੋ ਆਰਾਧਨਾ ਤੋਂ ਥੱਲੇ ਦਾ ਕੰਮ ਨਹੀਂ ਹੈ ਗੱਲਾਂ-ਬਾਤਾਂ ਦੇ ਵਿੱਚ ਜਿਹੜਾ ਹੈ ਨਾ ਕੁਝ ਮਿਲਿਆ ਹੈ ਨਾ ਹੋ ਹੀ ਸਕਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਪਰਮਾਉਂਦੇ ਕਹਿੰਦੇ ਸਿਮਰ 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 ਗੁਰ ਆਪਣਾ ਸਗਲਾ ਦੁੱਖ ਮਟਾਇਆ। ਕਹਿੰਦੇ ਐ ਭਾਈ ਤੂੰ ਸਿਮਰ ਕੇ ਤੇ ਵੇਖ। ਰੋਜ਼ ਦੀ ਰੋਜ਼ ਸਿਮਰ ਕੇ ਵੇਖ ਜੇ ਤੇਰਾ ਸਾਰਾ ਦੁੱਖ ਕਹਿੰਦੇ ਇੱਕੋ ਦਫਾ ਹੀ ਸਾਰਾ ਦੁੱਖ ਜਿਹੜਾ ਹੈ ਉਹ ਤੇਰਾ ਨਿਪੇੜ ਕੇ ਰੱਖ ਦਵਾਂਗਾ। ਕਹਿੰਦੇ ਤਾਪ ਰੋਗ ਗਏ ਗੁਰਬਚਨੀ ਮਨ ਇਸੇ ਫਲ ਪਾਇਆ ਕਹਿੰਦੇ ਤੇਰੇ ਮਨ ਦਾ ਤਾਪ ਵੀ ਜਿਹੜਾ ਹੈ ਤੇਰੇ ਮਨ ਦੀ ਤਪਸ਼ ਵੀ ਜਿਹੜੀ ਹੈ ਮੈਂ ਉਹ ਵੀ ਹਾਰ ਲਊਗਾ ਕਹਿੰਦੇ ਤੇਰੇ ਅੰਦਰ ਬਿਲਕੁਲੋ ਸ਼ੀਤਲਤਾ ਹੀ ਸ਼ੀਤਲਤਾ ਤੇਰੇ ਅੰਦਰ ਪ੍ਰਗਟ ਕਰਦਾ ਹਾਂਗਾ ਸਵਾਲ ਸਿਰ ਤੇ ਤਿੰਦੇ ਹਨ ਆਪਣਾ ਸਤਿਗੁਰੂ ਦੀ ਸ਼ਰਨ ਦੀ ਹਾਜ਼ਰੀ ਪਰ ਕੇ ਵੇਖੋ ਤਾਹੀ ਸਾਬ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਰਨ ਦੇ ਉੱਤੇ ਦੇ ਜ਼ੋਰ ਦਿੱਤਾ ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਰਨ ਦੀ ਹਾਜ਼ਰੀ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਰਨ ਤੋਂ ਬਿਨਾਂ ਕਦੀ ਵੀ ਕਿਸੇ ਜੀਵ ਨੇ ਜਿਹੜਾ ਹੈ ਉਹ ਪ੍ਰਸਿੱਧੀ ਹਾਸਲ ਨਹੀਂ ਕੀਤੀ ਤਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿੰਦੇ ਸ਼ਰਨ ਭਰੇ ਗੁਰ ਦੇ ਤਮਾਰੀ ਤੂੰ ਸਮਰੱਤ ਦਿਆਲ ਮਰਾਰੀ ਤੇਰੇ ਚੋਜ ਨਾ ਜਾਣੇ ਕੋ ਤੂੰ ਪੂਰਾ ਪੁਰਖ ਬਦਾਤਾ ਹੈ ਕਹਿੰਦੇ ਤੇਰੀ ਸ਼ਰਨ ਦੇ ਵਿੱਚ ਚੋਰ ਠੱਗ ਬਦਮਾਸ਼ ਡਾਕੂ ਕੋਈ ਵੀ ਜਿਹੜਾ ਆ ਜਾਂਦਾ ਹੈ ਕਹਿੰਦੇ ਤੂੰ ਉਹਨਾਂ ਨੂੰ ਰਾਹੇ ਪਾ ਦੇਣਾ ਹੈ ਗੱਲ ਸਿਰਫ ਸਿਰਫ ਤੇ ਸਿਰਫ ਭਰੋਸੇ ਨਾਲ ਹੈ ਜਦੋਂ ਤੂੰ ਸ਼ਰਨ ਦੇ ਵਿੱਚ ਲਿਆਉਣਾ ਹੈ ਤੇਰੀ ਹਾਜ਼ਰੀ ਭਰਦਾ ਹੈ ਤੇਰੀ ਦਇਆ ਦ੍ਰਿਸ਼ਟੀ ਉਹਦੇ ਉੱਤੇ ਜਦੋਂ ਪੈਂਦੀ ਹੈ ਤੇ ਘਟ ਸੇ ਘਟ ਸੇ ਨਿਕਟੇ ਕਪਟ ہماری ਕਹਿੰਦੇ ਸਾਡੇ ਅੰਦਰੋਂ ਸਾਡੇ ਮਨ ਦੀ ਅੰਦਰਲੀ ਤਹਿ ਦੇ ਵਿੱਚ ਜਿਹੜਾ ਆਪਣਾ ਕਪਟ ਪਿਆ ਹੈ ਕਹਿੰਦੇ ਉਹ ਵੀ ਸਾਡੇ ਘਟ ਚੋਂ ਜਿਹੜਾ ਹੈ ਉਹ ਕਪਟ ਜਿਹੜਾ ਹੈ ਉਹ ਸਾਡੇ ਅੰਦਰੋਂ ਨਿਕਲ ਜਾਂਦਾ ਹੈ ਜੇ ਆਪਾਂ ਸਤਗੁਰ ਦੀ ਹਾਜ਼ਰੀ ਆਪਣੀ ਪਵਿੱਤਰਤਾ ਦੇ ਨਾਲ ਪਰਦੇ ਹਾਂ ਸ਼ਰਨ ਦੇ ਨਾਲ ਪਰਦੇ ਹਾਂ ਇਹ ਨਹੀਂ ਹੈ ਕਿ ਆਪਾਂ ਗੁਰੂ ਘਰ ਆਉਨੇ ਹਾਂ ਗੁਰੂ ਘਰ ਦੇ ਵਿੱਚ ਆਪਾਂ ਕਿਸੇ ਚੀਜ਼ ਕੋਈ ਕਿੱਥੇ ਪਈ ਹੈ ਕਿਤਰਾ ਪਈ ਹੈ ਕੀ ਆਇਆ ਹੈ ਕੀ ਗਿਆ ਹੈ ਲੈਣਾ ਕੀ ਹੈ ਭਾਈ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਇਸ ਮਨ ਦੀ ਚਾਲ ਤੋਂ ਸਮਝੋ ਇਹ ਗੁਰੂ ਸਾਹਿਬ ਕਹਿੰਦੇ ਇਹ ਤਿਲਕਣ ਵੇੜਾ ਕਹਿੰਦੇ ਮਨ ਜਿਹੜਾ ਹੈ ਇਹ ਤਿਲਕਣ ਵੇੜਾ ਕਹਿੰਦੇ ਇਹਦੇ ਵਸ ਚ ਆਉਣ ਦੀ ਵਸ ਚ ਆਉਣ ਤੋਂ ਬਚੋ ਤਾਹੀਂ ਗੁਰੂ ਸਾਹਿਬ ਪਰਮਉਦੇ ਕਹਿੰਦੇ ਇਹ ਵੇੜਾ ਤਿਲਕਣ ਬਾਜੀ ਹੈ ਭਾਈ ਤੂੰ ਪੈਰ ਸੰਭਲ ਸੰਭਲ ਧਰਿਆ ਕਰ ਕਹਿੰਦੇ ਦੁਨੀਆਦਾਰੀ ਆ ਪਰਮਾਰਥ ਨੂੰ ਕਮਾਉਂ ਗਿਆ ਤੇ ਕਈ ਜਿਹੜੇ ਹਨ ਮਨਮੁਖ ਬੰਦੇ ਜਿਹੜੇ ਹਨ ਕਈ ਜਮਦੂਤ ਜਿਹੜੇ ਹੈ ਤੇਰੇ ਆਪਣੇ ਆਪ ਤੈਨੂੰ ਜਿਹੜਾ ਹੈ ਉਹ ਖੜੇ ਹੋ ਜਾਣੇ ਹੈ ਦੁਸ਼ਮਣਾਂ ਨੂੰ ਸੱਦਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਸਤਗੁਰ ਦੀ ਦਇਆ ਇਹ ਨਾਮ ਨੂੰ ਸੰਭਾਲਣਾ ਜਦੋਂ ਵੀ ਆਪਾਂ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਆ ਕੋਈ ਨਾ ਕੋਈ ਘਰ ਦੇ ਵਿੱਚੋਂ ਹੀ ਖੜਾ ਸਿਆਪਾ ਪਣ ਜਾਂਦਾ ਹੈ ਘਰ ਦੇ ਵਿੱਚੋਂ ਹੀ ਵਿਵਾਦ ਬਣਨਾ ਸ਼ੁਰੂ ਹੋ ਜਾਂਦਾ ਹੈ ਇਤਿਹਾਸ ਫਰੋਲ ਕੇ ਦੇਖੋ ਜਿਨ੍ਹਾਂ ਨੇ ਵੀ ਕਮਾਈ ਕੀਤੀ ਉਹਨਾਂ ਨੂੰ ਬਹੁਤ ਸਮੂਥਲੀ ਉਹ ਆਰਾਮ ਦੇ ਨਾਲ ਬੜੇ ਆਰਾਮ ਨਾਲ ਕੰਫਰਟੇਬਲ ਆਰਾਮ ਦੇ ਨਾਲ ਜਿਹੜਾ ਹੈ ਕਦੀ ਕਿਸੇ ਦੀ ਥਾਲੀ ਦੇ ਵਿੱਚ ਉਹ ਦਇਆ ਜੜੀ ਹੈ ਉਹ ਨਹੀਂ ਪਈ ਪਰਮਾਰਥ ਜਿਹੜਾ ਹੈ ਉਹਦੇ ਵਿੱਚ ਉਲਝਣਾ ਹੀ ਉਲਝਣਾ ਹਨ ਲੇਕਿਨ ਜਿਹੜਾ ਆਪਣੇ ਸਤਿਗੁਰ ਦੇ ਉੱਤੇ ਅਟੁੱਟ ਵਿਸ਼ਵਾਸ ਧਰਦਾ ਹੈ ਤਾਂ ਕਹਿੰਦੇ ਉਹਦਾ ਬੇੜਾ ਪਾਰ ਹੁੰਦਾ ਹੈ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਨੌਵੇਂ ਪਾਸ਼ਾ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਕਹਿੰਦੇ ਐ ਮਨ ਰੱਬ ਕੀ ਸ਼ਰਨ ਵਿਚਾਰ ਕਹਿੰਦੇ ਜੇ ਕੁਝ ਲੈਣਾ ਤੇ ਕਹਿੰਦੇ ਆਪਣੇ ਸਤਿਗੁਰ ਦੀ ਸ਼ਰਨ ਦਾ ਵਿਚਾਰ ਕਰ ਕਹਿੰਦੇ ਉਹ ਹੀ ਸ਼ਰਨ ਆ ਇਹੋ ਹੀ ਤਾਕਤ ਹੈ ਇਹ ਉਹੋ ਹੀ ਨਜ਼ਰੀਆ ਵਾ ਕਹਿੰਦੇ ਇਸ ਸ਼ਰਨ ਨੇ ਇਹ ਉਸ ਪੁਆਇੰਟ ਦੀ ਗੱਲ ਹੈ ਜੋ ਸ਼ਰਨ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਕੀਤੀ ਕਿ ਭਾਈ ਸ਼ਰਨ ਬੜੀ ਵੱਡੀ ਚੀਜ਼ ਹੈ ਕਹਿੰਦੇ ਇਹੋ ਸ਼ਰਨ ਸੀ ਜਿੰਨੇ ਗਣਕਾ ਗਣਕਾ ਕੰਜਰੀ ਸੀ ਵੇਸਵਾਸੀ ਸਾਰੀ ਉਮਰ ਉਸ ਨੇ ਤਨ ਤੜਵਾਇਆ ਲੇਕਿਨ ਕਹਿੰਦੇ ਇੱਕ ਉਹ ਸਾਧੂ ਜਿਹੜਾ ਹੈ ਇੱਕ ਰਾਤ ਉਸ ਦੇ ਘਰ ਦੇ ਵਿੱਚ ਉਸਨੇ ਸ਼ਰਨ ਦਿੱਤੀ ਉਸ ਗਨਕਾ ਦਾ ਸਾਰਾ ਪਾਪ ਉਸਨੇ ਉਹਨੇ ਜਿਹੜਾ ਹੈ ਉਹ ਬਖਸ਼ ਕੇ ਰੱਖ ਦਿੱਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਕਿ ਜੇ ਗਨਕਾ ਵਰਗੀ ਇਹੋ ਜੀ ਮਾੜੀ ਆਤਮਾ ਜਿਹੜੀ ਹੈ ਉਹ ਸਤਗੁਰ ਦੀ ਸ਼ਰਨ ਦੇ ਵਿੱਚ ਆ ਕੇ ਤਰ ਜਾਂਦੀ ਹੈ ਤੇ ਕਹਿੰਦੇ ਆਪਾਂ ਨਹੀਂ ਤਰ ਸਕਦੇ ਪਰ ਕਹਿੰਦੇ ਤੂੰ ਵਿਚਾਰ ਕਰ ਕਹਿੰਦੇ ਮੰਨ ਲੈ ਪ੍ਰਭ ਕੀ ਸ਼ਰਨ ਵਿਚਾਰ ਕਹਿੰਦੇ ਸਤਗੁਰ ਦੀ ਸ਼ਰਨ ਦੇ ਵਿੱਚ ਆ ਕੇ ਤੂੰ ਆਪਣੇ ਮਨ ਦੇ ਵਿੱਚ ਵਿਚਾਰ ਕਰੀਂ ਵੀ ਭਾਈ ਤੂੰ ਖਟਿਆ ਕਿ ਜੰਗ ਗਵਾਇਆ ਜੇ ਤੂੰ ਗਵਾਇਆ ਤੇ ਗੁਰੂ ਸਾਹਿਬ ਕਹਿੰਦੇ ਦੁਬਾਰਾ ਨਾ ਆਵੀ ਲੇਕਿਨ ਜੇ ਤੂੰ ਖਟਨਦਿਆਂ ਹੈ ਤੇ ਫਿਰ ਤੈਨੂੰ ਹੋਰ ਆਪਣੇ ਆਪ ਦੇ ਮਨ ਦੀ ਅਵਸਥਾ ਨੂੰ ਥੱਲੇ ਲੈ ਕੇ ਆਉਣ ਦੀ ਲੋੜ ਹੈ ਥੱਲੇ ਲਿਆਵਾਂਗੇ ਐਕਚੁਅਲੀ ਕੀ ਹੈ ਕਿ ਆਪਾਂ ਸਾਧ ਸੰਗ ਦੇ ਵਿੱਚ ਵੀ ਬੈੰਨੇ ਹਾਂ ਤੇ ਸਾਡੇ ਤੋਂ ਬਹੁਤ ਉੱਚੀ ਬਹੁਤ ਸਾਰੀ ਉੱਚੀ ਜਿਹੜੀ ਹੈ ਉਹ ਸਾਡੇ ਤੋਂ ਬਾਣੀ ਉੱਤੇ ਉੱਤੇ ਦੀ ਲੰਘਦੀ ਹੈ ਇੱਕ ਵਾਰ ਕਿਸੇ ਆਫੀਸਰ ਨਾਲ ਗੱਲ ਹੋਈ ਬੜੇ ਗਰੀਬ ਘਰ ਦਾ ਅਫਸਰ ਸੀ ਅੱਜ ਵੀ ਕਿਸੇ ਥਾਂ ਦੇ ਉੱਤੇ ਪੋਸਟਡ ਆ ਘਰੋਂ ਗਰੀਬ ਸੀ ਸਰਕਾਰੀ ਸਕੂਲ ਦੇ ਵਿੱਚ ਪੜਿਆ ਉਹਦੇ ਨਾਲ वार्तालाਪ ਹੋਈ ਗੱਲ ਹੋਈ ਤੇ ਮੈਂ ਉਹਨੂੰ ਪੁੱਛਿਆ ਵੀ ਬੌਜੀ ਤੁਸੀਂ ਇੰਨੀ ਮਿਹਨਤ ਕਿਸ ਤਰ੍ਹਾਂ ਕਰਦੇ ਇਹਦੇ ਮਿਹਨਤ ਦੀ ਸੁਣ ਲਾ ਕਹਿੰਦਾ ਸਰਕਾਰੀ ਸਕੂਲਾਂ ਦੇ ਵਿੱਚ ਕਿੰਨੀ ਕ ਪੜਾਈ ਮੈਂ ਜੀ ਚਲੋ ਮੈਂ ਵੀ ਸਰਕਾਰੀ ਸਕੂਲ 'ਚ ਪੜਿਆ ਮੈਨੂੰ ਪਤਾ ਵਾ ਇਹਦੇ ਬਸ ਇਹੀ ਸਮਝ ਲਾ ਵੀ ਬੀਏ ਕੀਤੀ ਕਹਿੰਦੇ ਸਾਡੇ ਫਾਦਰ ਸਾਹਿਬ ਕਹਿੰਦੇ ਬੱਸ ਇਹਨੂੰ ਤੇ ਆ ਬਣਾ ਦੇਣਾ ਮੈਂ ਵਕੀਲ ਤਗੜਾ ਵਕੀਲ ਬਣਾਉਣਾ ਕਹਿੰਦੇ ਜਦੋਂ ਲਾ ਦੀਆਂ ਕਲਾਸਾਂ ਲਾਈਆਂ ਉਹਨਾਂ ਕਹਿੰਦਾ ਇੰਗਲਿਸ਼ ਦੇ ਨਾਲ ਸਾਡਾ ਵਾਅ ਕਦੀ ਨਹੀਂ ਹੀ ਪਿਆ ਇੰਗਲਿਸ਼ ਸਾਡੇ ਤੋਂ ਜਾਵੇ ਸੱਤ ਫੁੱਟ ਉਤੋਂ ਦੀ ਉਹ ਟੀਚਰ ਪੜਾਵੇ ਤਾਂ ਸਾਨੂੰ ਨਾ ਕੁਝ ਸਮਝ ਲੱਗੇ ਉਹ ਬਾਰ-ਬਾਰ ਕੁਛੇ ਵੀ ਮੈਂ ਅੱਗੇ ਚੱਲਾਂ ਉਹ ਕਹਿੰਦਾ ਭਾਈ ਅੱਗੇ ਚੱਲੀ ਜਾ ਸਾਡੇ ਤੇ ਪੱਲੇ ਕੁਛ ਨਹੀਂ ਪੈਂਦਾ ਕਹਿੰਦਾ ਐਸੀ ਮਹਾਰਾਜ ਦੀ ਮੌਜ ਵਰਤੀ ਇਹਨਾਂ ਮ ਕਾਲਜ ਦੇ ਵਿੱਚ ਉਸ ਦਿਨ ਲੇਟ ਹੋ ਗਿਆ। ਲੇਟ ਹੋ ਗਿਆ ਕਾਲਜ ਆਪਣਾ ਅੰਦਰ ਜਿਹੜਾ ਹੈ ਉਹ ਕਲਾਸ ਸ਼ੁਰੂ ਹੋ ਗਈ। ਇਹਨਾਂ ਬਾਅਦ ਮੈਂ ਬੈਂਚ ਦੇ ਉੱਤੇ ਬੈਠਾ ਅੱਥਰ ਦੇ ਬੈਂਚ ਬਣੇ ਉੱਥੇ। ਇਹਨਾਂ ਇੱਕ ਪੁਰਾਣਾ ਟੀਚਰ ਆਇਆ ਉਸੇ ਕਾਲਜ ਦਾ। ਇਹਨਾਂ ਉਹ ਮੇਰੇ ਲਾਗੇ ਬੈਗੋ ਟੀਚਰ ਨੂੰ ਮਿਲਣ ਆਇਆ ਸੀ ਆਪਣੇ ਕਲੀਕ ਨੂੰ। ਤੇ ਇਹਨਾਂ ਵੀ ਉਹਦੇ ਨਾਲ ਮੇਰੀ ਵਾਰਤਾ ਲਾਪਹੁਣ ਲੱਗੀ। ਉਹ ਕਹਿੰਦੇ ਬੇਟਾ ਇਸੇ ਕਲਾਸ ਚ ਪੜਦਾਂ ਕਿੰਦਾ ਜੀ ਹਾਂ ਜੀ ਤੇ ਇਹਦਾ ਕਿਸ ਤਰ੍ਹਾਂ ਦੀ ਲੱਗੀ ਪੜਾਈ ਇਹਦਾ ਵੀ ਮੈਂ ਜੋ ਮੇਰੇ ਮਨ ਚ ਸੀਗਾ ਮੈਂ ਉਹਨੂੰ ਬਿਆਨ ਕਰ ਦਿੱਤਾ ਉਹਨੂੰ ਬਿਆਨ ਕੀਤਾ ਤਾਂ ਕਿੰਦੇ ਯਾਰ ਬੜੀ ਮਾੜੀ ਗੱਲ ਹੈ ਤੇਰੇ ਮਾਂ-ਬਾਪ ਗਰੀਬ ਹੈ ਵਿਚਾਰੇ ਕਿਸ ਤਰ੍ਹਾਂ ਇਹ ਕਰਦੇ ਹੋਣਗੇ ਤੇਰਾ ਪਰ ਕਿੰਦੇ ਉਹਨੂੰ ਟੀਚਰ ਨੂੰ ਕਿੰਦੇ ਸਰ ਮੈਂ ਚਾਹੁੰਦਾ ਤਾਂ ਬੜਾ ਜ਼ਰੂਰੀ ਮੇਰਾ ਮਨ ਇਹ ਅੰਦਰੋਂ ਵੀ ਪੜਾਂ ਪਰ ਕਿੰਦੇ ਪੱਲੇ ਕੁਝ ਨਹੀਂ ਪੈਂਦਾ ਤੇ ਲੇਕਿਨ ਉਹਨੇ ਕਹਿੰਦੇ ਮੈਨੂੰ ਐਸਾ ਤਰੀਕਾ ਇੰਗਲਿਸ਼ ਦਾ ਦੱਸਿਆ ਇਹਨੇ 15 15 20 20 ਵਾਰੀ 25 25 ਜਿੰਨੀ ਵਾਰਾਂ ਚ ਪੱਲੇ ਤੇਰੇ ਨਾਂ ਪਵੇ ਅਗਲੀਆਂ 4 ਹੋਰ ਰਿਵੀਜ਼ਨਾ ਵਧਾ ਦੇ ਕਹਿੰਦੇ ਮੈਂ ਅਸੀਂ ਰਿਵੀਜ਼ਨਾ ਪਾਉਂ ਤਾਂ ਕਹਿੰਦਾ ਹੁਣ ਮੇਰੇ ਨਾਲ ਕੋਈ ਇੰਗਲਿਸ਼ ਚ ਗੱਲ ਕਰਕੇ ਵਖਾਲ ਸੋ ਕਹਿਨ ਦਾ ਭਾਵ ਜਹਾਂ ਵਾਹ ਤਹਾਰਾ ਜਦੋਂ ਤੁਹਾਡੇ ਮਨ ਦੀ ਦ੍ਰਿੜਤਾ ਬਣ ਜਾਵੇ ਇਸ ਦ੍ਰਿੜਤਾ ਨੂੰ ਹੀ ਨੌਵੇਂ ਪਾਤਸ਼ਾਹ ਕਹਿੰਦੇ ਸੀ ਤੁਹਾਡੇ ਮਨ ਚ ਦ੍ਰਿੜਤਾ ਹੋਣੀ ਚਾਹੀਦੀ ਹੈ ਦ੍ਰਿੜਤਾ ਨਹੀਂ ਤੇ ਕਿੰਦੇ ਕੁਸ਼ਵ ਨਹੀਂ ਗੁਰੂ ਸਾਹਿਬ ਧਰੂ ਭਗਤ ਦੀ ਮਿਸਾਲ ਦਿੰਦੇ ਆਂ ਕਹਿੰਦੇ ਉਸ ਧਰੂ ਭਗਤ ਨੇ ਵੀ ਸਤਗੁਰ ਦੀ ਸ਼ਰਨ ਹਾਸਲ ਕੀਤੀ ਕਹਿੰਦੇ ਕਿੱਥੇ ਉਸ ਘਰ ਦੇ ਵਿੱਚ ਬੇਕਦਰੀ ਸੀ ਜਦੋਂ ਉਹਨੇ ਨਾਮ ਦੀ ਆਰਾਧਨਾ ਕੀਤੀ ਕਮਾਈ ਕੀਤੀ ਅੰਦਰ ਉਸ ਦਾ ਧਿਆਨ ਲੱਗ ਗਿਆ ਜਦੋਂ ਉਸ ਦਾ ਧਿਆਨ ਲੱਗਾ ਧਿਆਨ ਲੱਗਾ ਤੇ ਕਹਿੰਦੇ ਉਸ ਦਾ ਪਰਦਾ ਖੁੱਲਣਾ ਸ਼ੁਰੂ ਹੋ ਗਿਆ ਤਾਂ ਕਹਿੰਦੇ ਹਨ ਉਸ ਤਰੂ ਭਗਤ ਨੇ ਅੰਦਰੋਂ ਆਪਣੇ ਉਸ ਸਤਿਗੁਰੂ ਨੂੰ ਜਿਹੜਾ ਹੈ ਉਹ ਪ੍ਰਗਟ ਕਰਕੇ ਰੱਖ ਲਿਆ ਸੋ ਕਹਿਣ ਦਾ ਭਾਵ ਹੈ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਦ੍ਰਿੜਤਾ ਨਹੀਂ ਹੈ ਜਿੰਨਾ ਚਿਰ ਸਾਡੇ ਮਨ ਦੇ ਵਿਸ਼ਵਾਸ ਵਿਸ਼ਵਾਸ ਕਿਤੇ ਬਾਹਰੋਂ ਨਹੀਂ ਸਾਨੂੰ ਹਾਸਲ ਹੋਣਾ ਵਿਸ਼ਵਾਸ ਸਾਡੇ ਅੰਦਰ ਆਪਾਂ ਜਿਹਦੇ ਕੋਲ ਜਾਣੇ ਹਾਂ ਵਿਸ਼ਵਾਸ ਧਰ ਕੇ ਜਾਈਏ ਭਰੋਸਾ ਰੱਖ ਕੇ ਜਾਈਏ ਜੇ ਵਿਸ਼ਵਾਸ ਰੱਖਦੇ ਹਾਂ ਤਾਂ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਕਦੀ ਵੀ ਕਿਸੇ ਦਾ ਵਿਸ਼ਵਾਸ ਉਹ ਸਾਡਾ ਗੁਰੂ ਡੋਲਣ ਨਹੀਂ ਦਿੰਦਾ ਵਿਸ਼ਵਾਸ ਸਾਡਾ ਕਦੋਂ ਨਹੀਂ ਬਣਦਾ ਸਾਡੇ ਮਨ ਦੇ ਵਿੱਚ ਜਿਹੜੀਆਂ ਸੋਚਾਂ ਆਪਾਂ ਆਪਣੇ ਸਤਿਗੁਰ ਦੇ ਉੱਤੇ ਧਿਆਨ ਧਾਰੀਏ ਜਦੋਂ ਆਪਾਂ ਧਿਆਨ ਧਰਦੇ ਹਾਂ ਤਾਂ ਕਹਿੰਦੇ ਉਸ ਧਿਆਨ ਨੇ ਹੀ ਸਾਡਾ ਪੇੜਾ ਪਾਰ ਲਾਉਣਾ ਹੈ ਸਾਡੇ ਅੰਦਰ ਦੀ ਸਟਰੈਂਥ ਸਾਡੇ ਅੰਦਰ ਦੀ ਅਰਦਾਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਦਾ ਸਮਾਂ ਸੀ ਇੱਕ ਆਪਣਾ ਜਿਹੜਾ ਹੈ ਉਹ ਭਾਈ ਉਹ ਮੇਰੇ ਦਿਮਾਗ ਚੋਂ ਨਾ ਨਿਕਲ ਗਿਆ ਉਹਨੇ ਆਪਣਾ ਵਪਾਰੀ ਸੀ ਬੜਾ ਤਗੜਾ ਸਮੁੰਦਰੀ ਜਹਾਜ਼ ਦੇ ਉੱਤੇ ਉਹ ਆਪਣਾ ਸਮਾਨ ਜਿਹੜਾ ਹੈ ਦੂਸਰੀ ਸਾਈਡ ਦੇ ਉੱਤੇ ਮਾਈਗ੍ਰੇਟ ਕਰਦਾ ਸੀ ਧੁੰਦਾ ਸੀ ਇੱਕ ਦਫਾ ਐਸਾ ਤੂਫਾਨ ਆਇਆ ਤੂਫਾਨ ਆਇਆ ਤੇ ਉਹ ਜਾਜ गिर ਗਿਆ ਅੱਠਵੇਂ ਪਾਸ਼ਾ ਦਾ ਉਹ ਸੇਵਕ ਸੀ ਅੱਠਵੇਂ ਪਾਸ਼ਾ ਸਰੀਰ ਛੱਡ ਗਏ ਤੇ ਨੌਵੇਂ ਪਾਸ਼ਾ ਦੇ ਵਿੱਚੋਂ ਪ੍ਰਗਟ ਹੋ ਗਏ ਲੇਕਿਨ ਮੱਖਣਸ਼ਾ ਲਬਾਣਾ ਮੱਖਣਸ਼ਾ ਲਬਾਣੇ ਨੇ ਜਦੋਂ ਇੰਨੀ ਗੱਲ ਕੀਤੀ ਮਨ ਹੀ ਮਨ ਦੇ ਵਿੱਚ ਸੋਚਦਾ ਸੀ ਪਹਿਲਾਂ ਅਠਵੇਂ ਪਾਤਸ਼ਾਹ ਸਨ ਹੁਣ ਗੁਰੂ ਸਾਹਿਬ ਤਿਆਗ ਸ਼ਰੀਰ ਦਾ ਤਿਆਗ ਕਰ ਗਏ ਹੁਣ ਅਰਦਾਸ ਉਹਦੇ ਮਨ ਨੇ ਕਿਹਾ ਕਿ ਤੂੰ ਆਪਣੀ ਉਸ ਜੋਤ ਦੇ ਅੱਗੇ ਅਰਦਾਸ ਕਰ ਜਦੋਂ ਉਹਨੇ ਅਰਦਾਸ ਕੀਤੀ ਕਿੰਨੇ ਸੱਚੇ ਪਾਤਸ਼ਾਹ ਮੇਰਾ ਜਹਾਜ ਜਿਹੜਾ ਹੈ ਉਹ ਡੁੱਬਣਾ ਸ਼ੁਰੂ ਹੋ ਗਿਆ ਤੁਹਾਡੀ ਓਟ ਲਈ ਤੇ ਤੁਹਾਡਾ ਆਸਰਾ ਲਿਆ ਕਿਰਪਾ ਕਰਿਓ ਦਇਆ ਕਰਿਓ ਕਿ ਮੇਰੇ ਇਸ ਜਹਾਜ਼ ਨੂੰ ਬੰਨੇ ਲਾ ਦੋਗੇ ਤੇ 500 ਮੋਹਰ ਜਿਹੜੀ ਹੈ ਮੈਂ ਤੁਹਾਡੇ ਘਰ ਦੇ ਵਿੱਚ ਸੁੱਖਦਾ ਹਾਂ ਉਹਨੇ ਅਰਦਾਸ ਆਪਣੀ ਸੁਖ ਲਈ ਸੁਖੀ ਤੇ ਉਸ ਵੇਲੇ ਅਰਦਾਸ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾ ਚਾਈ ਹੁਣ ਜਿਹੜਾ ਵਕਤ ਦਾ ਸਤਗੁਰ ਹੁੰਦਾ ਹੈ ਉਹ ਰਡਾਰ ਦੇ ਉੱਤੇ ਹਰ ਅਰਦਾਸ ਉਹਦੀ ਆਉਂਦੀ ਹੈ ਪੂਰੀ ਕਰੇ ਨਾ ਕਰੇ ਇਹ ਉਸਦੀ ਆਪਣੀ ਦਾਤੇ ਦੀ ਮੌਜ ਹੁੰਦੀ ਹੈ ਉਹ ਜਦੋਂ ਨੌਵੇਂ ਪਾਸ਼ਾ ਦੇ ਕੋਲ ਅਰਦਾਸ ਆਈ ਗੁਰੂ ਸਾਹਿਬ ਨੇ ਜਿਹੜਾ ਹੈ ਆਪਣਾ ਮੋਢਾ ਲਾ ਕੇ ਉਸ ਜਹਾਜ਼ ਨੂੰ ਕਿਨਾਰੇ ਲਾ ਦਿੱਤਾ ਕਿਨਾਰੇ ਲਾ ਦਿੱਤਾ ਤਾਂ ਇਤਿਹਾਸ ਇਹ ਹੈ ਕਿ 8ਵੇਂ ਪਾਸ਼ਾ ਨੌਵੇਂ ਪਾਸ਼ਾ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਉਸ ਵੇਲੇ ਇਹ ਇਹ ਘਟਨਾ ਜਿਹੜੀ ਹੈ ਬਾਬੇ ਬਕਾਲੇ ਦੀ ਸੀ ਇਸੇ ਇਤਿਹਾਸ ਆਉਂਦਾ ਹੈ ਕਿ 22 ਮੰჯੀਆਂ ਹੋਰ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਦੀ ਸਥਾਪਨਾ ਕੀਤੀ ਸੀ ਪ੍ਰੀਚਰ ਦੇ ਤੌਰ ਤੇ ਸਮਾ ਪਾ ਕੇ ਉਹ ਕੋਈ 22 ਮੰਜੀਆਂ ਅੱਗੇ ਆਣ ਕੇ ਗੁਰੂ ਬਣ ਬੈਠੇ ਜਦੋਂ ਬੈਠੇ ਤੇ ਉਥੇ ਮੱਖਣ ਸ਼ਾ ਲਬਾਣਾ ਗਿਆ ਜਾ ਕੇ ਉਹ ਕੀ ਵੇਖਦਾ ਹੈ ਕਿ ਇੱਥੇ ਇੱਕ ਦੀ ਬਜਾਏ 22 ਗੁਰੂ ਬਣੇ ਬੈਠੇ ਹਨ ਹੁਣ ਮਨ ਦੇ ਵਿੱਚ ਸੋਚ ਆਈ ਕਿ ਮੈਂ ਦਾਨ ਸੁਖਿਆ ਸੀ ਮੇਰਾ ਜਹਾਜ਼ ਬੇੜਾ ਬੰਨੇ ਲਾਇਆ ਸੀ ਹੁਣ ਇੱਥੇ ਮੈਂ ਕਿੰਨੂੰ ਕਿੰਨੂੰ ਇਹ ਚੀਜ਼ ਜਿਹੜੀ ਹੈ ਇਹ ਦਵਾ ਇਹਦਾ ਧਨਵਾਦ ਕਰਾਂ ਉਥੇ ਮਨ ਨੇ ਸੋਚਿਆ ਕਿ ਭਾਈ ਸਭ ਨੂੰ ਦੋ-ਦੋ ਮੋਹਰਾਂ ਦੇ ਦੇ ਜਿਹੜੇ ਦੇ ਜਿਹੜਾ ਸੱਚਾ ਗੁਰੂ ਹੋਊਗਾ ਆਪਣੇ ਆਪ ਜਿਹੜਾ ਹੈ ਉਹ ਤੈਨੂੰ ਰਸਤਾ ਦਿਖਾਵੇਗਾ ਉਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਸੇ ਘੋਰੇ ਦੇ ਵਿੱਚ ਬੈਠੇ ਮੈਡੀਟੇਸ਼ਨ 'ਚ ਬੈਠੇ ਸਨ ਉਹ 22 ਗੁਰੂ ਜਿੰਨੇ ਸਨ ਉਹਨਾਂ ਨੂੰ ਦੋ-ਦੋ ਮੋਹਰਾਂ ਦੇ ਦਿੱਤੀਆਂ ਕਿਸੇ ਨੇ ਕੋਈ ਉਜਰ ਨਹੀਂ ਕੀਤਾ ਕਿਸੇ ਨੇ ਆਰਗੂਮੈਂਟ ਨਹੀਂ ਕੀਤੀ ਘੱਟ ਦਿੱਤੇ ਵਾਅਦ ਕਿਤੇ ਸਾਰੇ ਨੇ ਜਿਹੜਾ ਹੈ ਉਹ ਵਸੂਲ ਲਈ ਕੀਤੀਆਂ ਕਰਨ ਤੋਂ ਬਾਅਦ ਜਦੋਂ ਉੱਥੋਂ ਚੱਲਿਆ ਤੇ ਕਿਸੇ ਨੂੰ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਗੁਰੂ ਹੈ ਉਹ ਕਿਸੇ ਸੇਵਾਦਾਰ ਨੇ ਕਹਿੰਦੇ ਵੀ ਥੱਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਥੱਲੇ ਗੁਫਾ ਦੇ ਵਿੱਚ ਬੈਠੇ ਆ ਹੁਣ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਦੋਂ ਥੱਲੇ ਓਰੇ ਚ ਗਿਆ ਤੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਮੱਥਾ ਟੇਕਿਆ ਇਕਨ ਤੋਂ ਬਾਅਦ ਗੁਰੂ ਸਾਹਿਬ ਦੇ ਅੱਗੇ ਜਦੋਂ ਉਹਨੇ ਦੋ ਮੋਹਰੇ ਰੱਖਿਆ ਤੇ ਗੁਰੂ ਸਾਹਿਬ ਨੇ ਆਪਣੀ ਮੋਢੇ ਦੇ ਉੱਤੋਂ ਚਾਦਰ ਚੁੱਕੀ ਕਹਿੰਦੇ ਭਾਈ ਤੂੰ ਸੁੱਖ ਕੇ 500 ਮੋਹਰ ਤੇ ਸਾਨੂੰ ਦੋ ਮੋਹਰਾਂ ਦੇ ਵਿੱਚ ਗੁਰੂ ਘਰ ਨੂੰ ਰਕਾਉਂਦਿਆਂ ਵਾ ਇਹ ਤੇਰੇ ਵਾਸਤੇ ਸ਼ੋਭਾ ਨਹੀਂ ਦਿੰਦਾ ਉੱਥੇ ਗੁਰੂ ਸਾਹਿਬ ਨੇ ਉਹਨਾਂ ਦੇ ਅੱਗੇ ਉਹ ਸਾਰੀ ਮੋਹਰਾਂ ਦੀ ਭਰੀ ਥੈਲੀ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀ ਉਹਨਾਂ ਦੇ ਕੋਠੇ ਦੀ ਛੱਤ ਦੇ ਉੱਤੇ ਚੜਕੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਹ ਇਤਿਹਾਸ ਦੇ ਵਿੱਚ ਆਉਂਦਾ ਹੈ ਸੋ ਕਹਿਣ ਦਾ ਭਾਵ ਸੱਚੇ ਮਨ ਦੀ ਅਰਦਾਸ ਸੱਚੇ ਮਨ ਦੀ ਭਾਵਨਾ ਸਾਡੇ ਮਨ ਦੇ ਵਿੱਚ ਪਿਆਰ ਸਾਡੇ ਮਨ ਦੇ ਪਿਆਰ ਦੀ ਭਾਵਨਾ ਇਹ ਜਿੰਨਾ ਚਿਰ ਆਪਾਂ ਆਪਣੇ ਆਪ ਦੇ ਅੰਦਰ ਪੈਦਾ ਨਹੀਂ ਕਰਦੇ ਪਰ ਸਾਡਾ ਮਨ ਸਾਡਾ ਮਨ ਕਿਸੇ ਨੂੰ ਗੁਰੂ ਮੰਨਣ ਵਾਸਤੇ ਤਿਆਰ ਵੀ ਹੈ ਲੇਕਿਨ ਸਾਡੇ ਮਨ ਦਾ ਪ੍ਰੇਜ ਸਾਡਾ ਮਨ ਭਰੇਜ ਕਰਨ ਵਾਸਤੇ ਜਿਹੜਾ ਹੈ ਉਹ ਤਿਆਰ ਨਹੀਂ ਹੈ ਦੁਨੀਆਦਾਰੀ ਦਾ ਰੰਗ ਤਮਾਸ਼ਾ ਦੁਨੀਆਦਾਰੀ ਦੀ ਲਾਲਸਾ ਦੁਨੀਆਦਾਰੀ ਦਾ ਖਾਣ ਪਾਣ ਆਪਾਂ ਆਪਣੇ ਹਿਰਦੇ ਦੇ ਵਿੱਚੋਂ ਨਹੀਂ ਕੱਢਣਾ ਚਾਹੁੰਦੇ ਪਰ ਕਹਿੰਦੇ ਜਪ ਤੱਕ ਨਾ ਮੰਨੂ ਗੁਰ ਕੀ ਕਹਨੀ ਓਨਾ ਚਿਰ ਸਾਡਾ ਜਿੰਨਾ ਚਿਰ ਆਪਾਂ ਆਪਣੇ ਸਤਿਗੁਰ ਦਾ ਹੁਕਮ ਜੀ ਨਹੀਂ ਰੈਂਦੇ ਉਹਦੇ ਭਾਣੇ 'ਚ ਨਹੀਂ ਰੈਂਦੇ ਤਾਹੀ ਸਾਡੇ ਅੰਦਰ ਉਹ ਸਤਿਗੁਰ ਦੀ ਦਇਆ ਵਾਸ ਜਿਹੜੀ ਹੈ ਉਹ ਨਹੀਂ ਕਰਦੀ ਇਹੀ ਚੀਜ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਉਂਦੇ ਹਨ ਕਹਿੰਦੇ ਨਾਮ ਧਿਆਨ ਸੁਖ ਹਲ ਪਾਏ ਕਹਿੰਦੇ ਕਿ ਭਾਈ ਤੂੰ ਨਾਮ ਧਿਆ ਕੇ ਤੇ ਵੇਖ ਤੇਰੇ ਰੋਮ ਰੋਮ ਦੇ ਵਿੱਚ ਸੁਖ ਨਿਕਲਣਾ ਸ਼ੁਰੂ ਹੋ ਜਾਏਗਾ ਜਿੱਥੇ ਤੈਨੂੰ ਪੈਸੇ ਦਾ ਇਨਾ ਪੈਸੇ ਦੀ ਤੈਨੂੰ ਖੁਸ਼ਬੋ ਆਉਂਦੀ ਹੈ ਕਹਿੰਦੇ ਤੈਨੂੰ ਐਸੀ ਖੁਸ਼ਬੋ ਅੰਦਰੋਂ ਆਵੇਗੀ ਉਹ ਖੁਸ਼ਬੂ ਨਾਮ ਦੀ ਕਹਿੰਦੇ ਸਾਰੀਆਂ ਖੁਸ਼ਬੂਆਂ ਜਿਹੜੀਆਂ ਹਨ ਤੂੰ ਭੁੱਲ ਜਾਵੇਂਗਾ ਇਸ ਖੁਸ਼ਬੂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਨਾਮ ਕੁਮਾਰੀ ਨਾਨਕਾ ਚੜੇ ਰਹੇ ਦਿਨ ਰਾਤ ਕਹਿੰਦੇ ਉਹ ਨਾਮ ਦੀ ਖਮਾਰੀ ਉਹ ਨਾਮ ਦੀ ਖਮਾਰੀ ਕਹਿੰਦੇ ਉਹਦੇ ਅੰਦਰ ਚੜਦੀ ਹੈ ਜਿਹਦੇ ਅੰਦਰ ਮਨ ਦੇ ਵਿੱਚ ਲੋਭ ਲਾਲਚ ਹੰਕਾਰ ਮੋਹ ਮਾਇਆ ਆਪਣੇ ਮਨ ਦੇ ਵਿੱਚ ਜਿਹੜਾ ਹੈ ਉਹ ਨਹੀਂ ਹੈ ਤਾਂ ਕਹਿੰਦੇ ਇਹ ਚੀਜ਼ ਸਾਡੇ ਐਕਚੁਅਲ 'ਚ ਕੀ ਹੈ ਨਾਮ ਆਪਾਂ ਜ਼ਰੂਰ ਲੈ ਲੈਨੇ ਆ ਨਾਮ ਲੈ ਕੇ ਆਪਾਂ ਆਪਣੇ ਅੰਦਰ ਥੋੜੀ ਜਿਹੀ ਥਾਂ ਵੀ ਆਪਣੇ ਸਤਿਗੁਰੂ ਨੂੰ ਅੰਦਰ ਬਿਠਾਉਣ ਵਾਸਤੇ ਨਹੀਂ ਦਿੰਦੇ ਤਾਂ ਹੀ ਤੁਲਸੀ ਸਾਹਿਬ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਕਹਿੰਦੇ ਏਕ ਦਿਲ ਲੱਖੋਂ ਤਮੰਨਾ ਉਸ 'ਤੇ ਔਰ ਜ਼ਿਆਦਾ ਹਵਸ ਫੇਰ ਟਿਕਾਣਾ ਹੈ ਕਹਾਂ ਉਸ ਨੂੰ ਬਿਠਾਣੇ ਲਈ ਇਹਦੇ ਲੱਖਾਂ ਹੀ ਆਸਾ ਤ੍ਰਿਸ਼ਨਾ ਤੂੰ ਆਪਣੇ ਮਨ ਦੇ ਵਿੱਚ ਲੈ ਕੇ ਬੈਠਾ ਹੈ ਤੇ ਕਹਿੰਦੇ ਫੇਰ ਫੇਰ ਗੁਰੂ ਅੰਦਰ ਵੇਖਦਾ ਹੈ ਕਿ ਭਾਈ ਤੇਰੇ ਅੰਦਰ ਤੇ ਮੇਰੇ ਵਾਸਤੇ ਬਹਿਣ ਨੂੰ ਜਗ੍ਹਾ ਹੀ ਨਹੀਂ ਹੈਗੀ ਆਪਾਂ ਇੰਨੀ-ਇੰਨੀ ਵੱਡੀਆਂ ਕੋਠੀਆਂ ਬਣਾਉਨੇ ਆ ਐਡੇ-ਐਡੇ ਉੱਚੇ ਮਹਿਲ ਬਣਾਉਨੇ ਆ ਕਹਿੰਦੇ ਵੱਧ ਕਿਸਮਤੀ ਉਹਨਾਂ ਭੈਣ ਭਰਾਵਾਂ ਦੀ ਹੁੰਦੀ ਹੈ ਜਿਹੜੇ ਆਪਣੇ ਘਰ ਦੇ ਵਿੱਚ ਮੰਦਿਰ ਨਹੀਂ ਬਣਾਉਂਦੇ ਜਿਹੜੇ ਆਪਣੇ ਘਰ ਵਾਸਤੇ ਗੁਰੂ ਘਰ ਤੇ ਚਲੋ ਫੋਟੋਆਂ ਫੋਟੋਆਂ ਲਾਉਣ ਦਾ ਆਪਾਂ ਟ੍ਰੈਂਡ ਵੀ ਛੱਡ ਦਿੰਨੇ ਆ ਇਹਦੇ ਲੋੜ ਹੀ ਨਹੀਂ ਸਾਡੇ ਅੰਦਰ ਪਿਆਰ ਹੋਣਾ ਚਾਹੀਦਾ ਹੈ ਜਿੰਨਾ ਚਿਰ ਆਪਾਂ ਰੁਟੀਨ ਦੇ ਵਿੱਚ ਸਵੇਰ ਦਾ ਦਿਨ ਚੜਦਾ ਹੈ ਆਪਣੇ ਸਤਿਗੁਰ ਦੇ ਅੱਗੇ ਨਿਤ ਮਸਤਕ ਨਹੀਂ ਹੁੰਦੇ ਆਪਾਂ ਹਾਜ਼ਰੀ ਨਹੀਂ ਲਵਾਉਂਦੇ ਤੇ ਫਿਰ ਕਹਿੰਦੇ ਉਹ ਵੀ ਸਾਨੂੰ ਵਿਸਾਰ ਦਿੰਦਾ ਹੈ ਜਦੋਂ ਉਹ ਵਿਸਾਰਦਾ ਹੈ ਤੇ ਕਹਿੰਦੇ ਨਸ਼ਿਆਂ ਦੁਨੀਆ ਦੇ ਰੰਗ ਤਮਾਸ਼ਿਆਂ ਦਾ ਜੜਾ ਜਿਹੜੀ ਮੈਲ ਹੈ ਉਹ ਸਾਡੇ ਹਿਰਦੇ ਦੇ ਵਿੱਚ ਜਦੋਂ ਇਕੱਠੀ ਹੁੰਦੀ ਹੈ ਉਹ ਜਦੋਂ ਅੰਦਰ ਛੱਡਦੀ ਹੈ ਸਾਨੂੰ ਸੰਤਾਪ ਦਿੰਦੀ ਹੈ ਉਹੀ ਭੈਣ ਭਾਈ ਜਿਹੜੇ ਹਨ ਸਾਡੇ ਨਾਲ ਬਚਪਨ ਦੇ ਵਿੱਚ ਆਪਾਂ ਇੱਕ ਦੂਸਰੇ ਦੇ ਅੱਖਾਂ ਤੋਂ ਓਲੇ ਨਹੀਂ ਹੁੰਦੇ ਉਹੀ ਭੈਣ ਭਾਈ ਹੁੰਦੇ ਹਨ ਜਿਹੜੇ ਸਾਨੂੰ ਇੱਕ ਦੂਸਰੇ ਨੂੰ ਜਿਹੜਾ ਹੈ ਜਲੀਲ ਕਰਨ ਦੇ ਵਿੱਚ ਜਿਹੜਾ ਹੈ ਉਹ ਕੋਈ ਕਸਰ ਨਹੀਂ ਛੱਡਦੇ ਕਹਿੰਦੇ ਇਹ ਹੈ ਦੁਨੀਆ ਗੁਨੀਆਦਾਰੀ ਦਾ ਰੰਗ ਤਮਾਸ਼ਾ ਇਸ ਕਰਕੇ ਮਾਲਕ ਦੇ ਵਨ ਸੁਵੰਨੇ ਰੰਗ ਹੈ ਪਰ ਕਹਿੰਦੇ ਮਾਲਕ ਦੇ ਉਸ ਰੰਗ ਦੇ ਵਿੱਚ ਆਪਣੇ ਆਪ ਨੂੰ ਵਿਸ਼ਵਾਸ ਰੱਖ ਭਰੋਸਾ ਰੱਖ ਜਿਹੜੇ ਰੰਗ ਦੇ ਚ ਤੈਨੂੰ ਰੱਖ ਤੇਰੇ ਜਿਹੜੇ ਰੰਗ ਦੇ ਵਿੱਚ ਤੈਨੂੰ ਰੱਖਿਆ ਉਹਨੇ ਕਹਿੰਦੇ ਉਸ ਰੰਗ ਦੇ ਵਿੱਚ ਆਪਣੇ ਆਪ ਨੂੰ ਰੱਖਣ ਦੀ ਕੋਸ਼ਿਸ਼ ਕਰ ਜਿੱਦ ਨੂੰ ਚਾਹੂਗਾ ਜਿੱਦਣ ਉਸ ਦੀ ਮੌਜ ਹੋਈ ਉਹਨੇ ਆਪਣੇ ਆਪ ਤੇਰੇ ਕਹਿਣ ਤੋਂ ਬਿਨਾਂ ਹੀ ਤੈਨੂੰ ਉਹਨੂੰ ਪਤਾ ਹੈ ਮੈਂ ਕਿੰਨੂ ਕੀ ਦੇਣਾ ਹੈ ਸਵਾਲ ਸਿਰਫ ਸਾਡੇ ਮਨ ਦੀ ਭੁੱਖ ਜਿਹੜੀ ਹੈ ਉਸ ਭੁੱਖ ਨਹੀਂ ਸਾਡੇ ਮਨ ਦੇ ਅੰਦਰੋਂ ਉਹ ਸਤਿਗੁਰ ਦਾ ਪਿਆਰ ਸਤਿਗੁਰ ਦਾ ਸਨੇਹ ਸਤਿਗੁਰ ਦੀ ਪ੍ਰੀਤ ਸਾਡੇ ਅੰਦਰੋਂ ਜਿਹੜੀ ਹੈ ਉਸਨੇ ਖਤਮ ਕਰਕੇ ਰੱਖ ਦਿੱਤੀ ਹੈ ਇਸ ਕਰਕੇ ਕਹਿੰਦੇ ਜਿੰਨਾ ਚਿਰ ਆਪਣੇ ਅੰਦਰੋਂ ਆਸਾ ਤ੍ਰਿਸ਼ਨਾ ਨਹੀਂ ਕੱਢਦਾ ਆਪਣੇ ਸਤਿਗੁਰ ਦਾ ਅੰਦਰ ਪਿਆਰ ਰੱਖ ਕਹਿੰਦੇ ਉਹ ਤੇਰੇ ਇਹ ਸਾਰੀਆਂ ਦੁਨੀਆਵੀ ਚੀਜ਼ਾਂ ਜੜੀਆਂ ਹਨ ਇਹ ਪੈਸਾ țeਲਾ ਤੇਰੇ ਮਗਰ ਮਗਰ ਤੁਰਿਆ ਕਰੇਗਾ ਇਹਦੇ ਤੈਨੂੰ ਫਿਰ ਉਹਦੀ ਚਾਹਨਾ ਜਿਹੜੀ ਹੈ ਉਹ ਨਹੀਂ ਰਹੂਗੀ ਕਿਉਂ ਕਿ ਜਿੰਨੂੰ ਤੂੰ ਅੰਦਰ ਬਿਠਾ ਲਿਆ ਜਿੰਨੂੰ ਤੂੰ ਅੰਦਰ ਆਪਣੇ ਹਿਰਦੇ ਦੇ ਵਿੱਚ ਬਿਠਾ ਲਿਆ ਤੇ ਕਹਿੰਦੇ ਉਹਨੇ ਉਹਨੇ ਕਿਸੇ ਵੀ ਚੀਜ਼ ਦੀ ਜਿਹੜੀ ਹੈ ਉਹ ਕਸਰ ਨਹੀਂ ਛੱਡਣੀ ਗੱਲ ਸਿਰਫ ਤੇ ਸਿਰਫ ਵਿਸ਼ਵਾਸ ਦੀ ਹੈ ਗੱਲ ਸਿਰਫ ਭਰੋਸੇ ਦੀ ਹੈ ਤੇ ਭਰੋਸਾ ਜਿਹੜਾ ਹੈ ਭਰੋਸਾ 사ਤਸੰਗ ਦੇ ਵਿੱਚ ਆਉਣਾ 사ਤਸੰਗ ਦੇ ਵਿੱਚੋਂ ਗਿਆਨ ਲੈਣਾ ਉਸ ਗਿਆਨ ਤੇ ਬਾਤ ਹੀ ਸਾਡਾ ਆਪਣੇ ਸਤਿਗੁਰ ਦੇ ਨਾਲ ਸਰੀਂਹ ਵੱਜਦਾ ਹੈ ਪ੍ਰੀਤ ਵੱਜਦੀ ਹੈ ਕਹਿੰਦੇ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਪਾ ਕੇ ਦੇਖ ਐਂਦੇ ਤੈਨੂੰ ਗੁਰੂ ਘਰ ਆਉਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਆਪਣੇ ਆਪ ਉਹ ਤੈਨੂੰ ਸਾਰੀਆਂ ਦਾਤਾਂ ਜਿਹੜੀਆਂ ਹਨ ਬਿਨਾਂ ਪੁੱਛਿਆ ਹੀ ਜਿਹੜਾ ਹੈ ਉਹ ਦੇਈ ਜਾਂਦਾ ਹੈ ਇਵਨ ਇਥੋਂ ਤੱਕ ਇੱਕ ਸੇਵਕ ਜਿਹੜਾ ਹੈ ਆਪਣੇ ਸਤਿਗੁਰ ਦਾ ਇੱਕ ਸੱਚਾ ਸੁੱਚਾ ਸੇਵਕ ਜਿਹੜਾ ਹੈ ਉਹਦੀ ਹੀ ਤਾਕਤ ਦਾ ਅੰਦਾਜ਼ਾ ਨਹੀਂ ਅਸੀਂ ਲਾ ਸਕਦੇ ਬਾਕੀ ਗੁਰੂ ਦੀ ਤੇ ਸ਼ਕਤੀ ਜੋ ਹੈ ਸੋ ਹੈ ਬਾਣੀ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਹਿੰਦੇ ਗੁਰ ਕੀ ਮਹਿਮਾ ਅਗਮ ਹੈ ਕਿ ਆ ਕਥੇ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛੀਏ ਤੜੇ ਸਤਿਗੁਰ ਪਾਸ ਕਹਿੰਦੇ ਸਤਿਗੁਰ ਦੇ ਪਾਸ ਇਹ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਰੋਂਦੇ ਫਿਰਦੇ ਹਾਂ ਜਿੰਨਾ ਵਾਸਤੇ ਆਪਾਂ ਦੁਨੀਆਦਾਰੀ ਦੇ ਨਾਲ ਭਿੱੜਦੇ ਹਾਂ ਕਹਿੰਦੇ ਉਹ ਤੇ ਉਹਦੇ ਚਰਨਾਂ ਦੇ ਵਿੱਚ ਰੁਲਦਿਆਂ ਫਿਰਦਿਆਂ ਹਾਂ ਸਿਰਫ ਤੇ ਸਿਰਫ ਆਪਣੇ ਸਤਿਗੁਰ ਦਾ ਹੋ ਕੇ ਵੇਖ ਆਪਣੇ ਸਤਿਗੁਰ ਦੇ ਨਾਲ ਪ੍ਰੇਮ ਪਾ ਕੇ ਵੇਖ ਜੇ ਪ੍ਰੇਮ ਪਾਵੇਂਗਾ ਤੇ ਸਤਿਗੁਰ ਦਾ ਨਾਮ ਜਿੱਥੇ ਮਰਜ਼ੀ ਵਰਤੀ ਜਾਵੀਂ ਉਹਦਾ ਨਾਮ ਵਰਤ ਕੇ ਤੇਰੇ ਕਾਰਜ ਜਿਹੜੇ ਹਨ ਲੋਕਾਂ ਦੇ ਵੀ ਤੂੰ ਕਾਰਜ ਸਿੱਧ ਕਰ ਦਵੇਂਗਾ ਇਹ ਪਰਫੈਕਟ ਚੀਜ਼ਾਂ ਇਤਿਹਾਸ ਫਰੋਲ ਕੇ ਦੇਖੋ ਭਾਈ ਸੱਲੋ ਜੀ ਭਾਈ ਸੱਲੋ ਜੀ ਪੰਜਵੇਂ ਪਾਤਸ਼ਾਹ ਦੇ ਬਹੁਤ ਹੀ ਪ੍ਰੇਮੀ ਬੜੇ ਉੱਚ ਕੋਟੀ ਦੇ ਪ੍ਰੇਮੀ ਬਹੁਤ ਹੀ ਨਾਮ ਦੇ ਰਸੀਏ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਦੇ ਨਾਮ ਲਿਵਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਦਫਾ ਦਰਬਾਰ ਸਾਹਿਬ ਦੀ ਉਸਾਰੀ ਚੱਲਣ ਦੀ ਸੀ ਸਰੋਵਰ ਦੀ ਸਰੋਵਰ ਦੇ ਘੇਰੇ-ਘੇਰੇ ਜਿਹੜਾ ਪੱਕੀ ਸਰਾਹ ਬਣੀ ਪੱਕੀ ਉਹ ਪੌੜੀਆਂ ਬਣੀਆਂ ਸਰੋਵਰ ਦਾ ਕਿਨਾਰਾ ਏਰੇ ਏਰੇ ਉਸ ਵੇਲੇ ਉਸ ਦੀ ਜਿਹੜੀ ਹੈ ਉਸਾਰੀ ਚੱਲਾਂ ਦਈ ਸੀ ਉਸ ਦੌਰਾਨ ਦੇ ਵਿੱਚ ਜਿਹੜਾ ਹੈ ਸੰਗਤ ਦਾ ਆਉਣਾ ਜਾਣਾ ਇੰਨਾ ਸੀ ਕਿ ਆਪਣਾ ਜਿਹੜਾ ਹੈ ਲੰਗਰ ਦੇ ਵਿੱਚੋਂ ਬਾਲਣ ਖਤਮ ਹੋ ਗਿਆ ਉਸ ਵੇਲੇ ਦੇ ਪਤਵੰਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਤੇ ਭਾਈ ਸੱਲੋ ਜੀ ਹੁਣ ਭਾਈ ਸਾਲੋ ਜੀ ਜਿਹੜੇ ਹਨ ਨਾਮ ਦੇ ਰਸਈਏ ਸਨ ਬਹੁਤ ਅਭਿਆਸੀ ਸਨ ਉਹਨਾਂ ਨੇ ਕੀ ਦੇਖਿਆ ਵੀ ਬਾਲਣ ਹੈ ਨਹੀਂ ਗੁਰੂ ਘਰ ਦਾ ਲੰਗਰ ਪੱਕਣਾ ਕਿ ਤਰ੍ਹਾਂ ਉਹਨੇ ਕੀ ਕੀਤਾ ਵੀ ਪਿੰਡ ਪਿੰਡ ਜਿੱਥੇ-ਜਿੱਥੇ ਗੁਰੂ ਸਾਹਿਬ ਦੀ ਸੰਗਤ ਸੀ ਉਹਨਾਂ ਪਿੰਡਾਂ ਦੇ ਵਿੱਚ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਬੋਲੀ ਦੇਣੀ ਸ਼ੁਰੂ ਕਰ ਦਿੱਤੀ ਵੀ ਜਿੰਨੇ ਜਿਹੜਾ ਗੁਰੂ ਘਰ ਬਾਲਣ ਚੜਾਵੇਗਾ ਪਾਥੀਆਂ ਦਾ ਬਾਲਣ ਸੁਹੇਲ ਪਾਥੀਆਂ ਗੋਏ ਦੇ ਆ ਇਹ ਹੀ ਇੱਕ ਸੋਰਸ ਹੁੰਦਾ ਸੀ ਜਿਹੜਾ ਬਾਲਣ ਚੜਾਵੇਗਾ ਉਹਨੂੰ ਦੁੱਧ ਵੀ ਦਿੱਤਾ ਤੇ ਪੁੱਤ ਵੀ ਦਿੱਤਾ ਇਹ ਇਤਿਹਾਸ ਭਾਈ ਸਾਲੋ ਦਾ ਪੜ੍ਹ ਕੇ ਦੇਖੋ ਉਹਨੇ ਜਿਹੜੇ ਪਿੰਡ ਜਾਣਾ ਬੜਿਆਂ ਨੂੰ ਉਹਨੇ ਦੁੱਧ ਵੀ ਦੁੱਧ ਦੀ ਦਾਤ ਵੀ ਦਿੱਤੀ ਤੇ ਕੁੱਤਾਂ ਦੀ ਦਾਤ ਵੀ ਦਿੱਤੀ ਇੰਨਾ ਉਹਨੇ ਗੁਰੂ ਸਾਹਿਬ ਦੇ ਉਸ ਨਾਂ ਦੀ ਵਰਤੋਂ ਕੀਤੀ ਤੇ ਵਰਤੋਂ ਜਿਉਂ ਕੀਤੀ ਜਿਹੜੇ ਪਿੰਡ 'ਚ ਉਹਨੇ ਇਹ ਬੋਲੀ ਦਿੱਤੀ ਬਾਲਣ ਇੰਨਾ ਇਕੱਠਾ ਹੋ ਗਿਆ ਕਿ ਅਗਲੇ ਕਈ ਮਹੀਨਿਆਂ ਦਾ ਬਾਲਣ ਜਿਹੜਾ ਹੈ ਉੱਥੇ ਇਕੱਠਾ ਹੋ ਗਿਆ ਜਦੋਂ ਬਾਲਣ ਇਕੱਠਾ ਆ ਗਿਆ ਗੁਰੂ ਸਾਹਿਬ ਨੇ ਵੇਖਿਆ ਵੀ ਇੰਨਾ ਬਾਲਣ ਮੈਂ ਤੇ ਕਿਸੇ ਨੂੰ ਕਿਹਾ ਨਹੀਂ ਤੇ ਇਹ ਕਿੰਨੇ ਇੰਨਾ ਬਾਲਣ ਜਿਹੜਾ ਹੈ ਉਹ ਸੇਵਾ 'ਚ ਪਾਤਾ ਉੱਥੇ ਹੁਣ ਜਿਹੜਾ ਹੈ ਕਿਸੇ ਸੇਵਕ ਨੇ ਜਿਸ ਤਰ੍ਹਾਂ ਕਿਸੇ ਦੀ ਵਡਿਆਈ ਕਰਨੀ ਕੋਸ਼ਿਸ਼ ਹੈ ਕਿਸੇ ਦੀ ਨਿੰਦਿਆ ਕਰਨੀ ਕੋਸ਼ਿਸ਼ ਕਹਿੰਦੇ ਜੀ ਇਹ ਤੇ ਭਾਈ ਸਾਲੋ ਨੂੰ ਪੁੱਛੋ ਇਹ ਤੇ ਉਹਦਾ ਕੰਮ ਆ ਕਹਿੰਦੇ ਅੱਛਾ ਭਾਈ ਸਾਲੂ ਆਇਆ ਉਹ ਸਾਰੀ ਸ਼ਿਕਾਇਤ ਉਹਨੇ ਜਿਹੜੀ ਹੈ ਗੁਰੂ ਸਾਹਿਬ ਦੇ ਅੱਗੇ ਲਾਤੀ ਜਿੰਨੇ ਲਾਉਣੀ ਸੀ ਉਹ ਕਹਿੰਦਾ ਜੀ ਇਸ ਤਰ੍ਹਾਂ ਉਹਨੇ ਮਰ ਲੋ ਜਿਹੜਾ ਕੀਤਾ ਦੁੱਧ ਤੇ ਪੁੱਤ ਲੋਕਾਂ ਨੂੰ ਬੜਾ ਵੰਡਿਆ ਇਸ ਇਵਜ ਦੇ ਵਿੱਚ ਜਿਹੜਾ ਹੈ ਸੰਗਤ ਨੇ ਜਿਹੜਾ ਹੈ ਬਹੁਤ ਜਿਹੜਾ ਹੈ ਉਬਾਲਨ ਸੇਵਾ ਦੇ ਵਿੱਚ ਦਿੱਤਾ ਦਿੱਤਾ ਤੇ ਹੁਣ ਜਦੋਂ ਗੁਰੂ ਸਾਹਿਬ ਨੇ ਆਪ ਨੂੰ ਸੱਦਿਆ ਭਾਈ ਸਾਲੂ ਨੂੰ ਉਹ ਕਹਿੰਦੇ ਭਾਈ ਸਾਲੂ ਤੂੰ ਇਹ ਕੀ ਕੀਤਾ ਉਹ ਕਹਿੰਦਾ ਜੀ ਕਿ ਇਹਦੇ ਤੋਂ ਇਸ ਤਰ੍ਹਾਂ ਬਾਲਨ ਦੇ ਅਵਜ ਦੇ ਵਿੱਚ ਦੁੱਧ ਤੇ ਪੁੱਤ ਵੰਡਿਆ ਉਹ ਕਹਿੰਦਾ ਜੀ ਇਹ ਕਿਹੜੀ ਵੱਡੀ ਗੱਲ ਮੈਨੂੰ ਪਤਾ ਵੀ ਮੇਰਾ ਗੁਰੂ ਸਮਰਾਥ ਆ ਹਿੰਦੇ ਮੈਨੂੰ ਪਤਾ ਵਾ ਮੇਰਾ ਗੁਰੂ ਸਮਰਾਥ ਆ ਉਹਦੇ ਕੋਲ ਬਹੁਤ ਕੁਸ਼ ਉਹਦੇ ਕੋਲ ਤੇ ਇਹੋ ਜਿਹੀਆਂ ਚੀਜ਼ਾਂ ਰੁਲਦੀਆਂ ਫਿਰਦੀਆਂ ਦੁੱਧ ਪੁੱਤ ਉੱਥੇ ਗੁਰੂ ਸਾਹਿਬ ਗੱਲ ਹੁੰਦੀ ਹੈ ਲਬਜਾਂ ਦੇ ਕੁਝ ਹੇਰ ਫੇਰ ਦੇ ਕਿਸੇ ਨੂੰ ਬਿਆਨ ਕਰਨਾ ਇੱਕ ਪਿਆਰ ਦੇ ਲਬਜ ਹੈ ਇੱਕ ਔੜੀ ਸ਼ਬਦਾਂ ਦੀ ਹੈ ਜਦੋਂ ਇੰਨੀ ਗੱਲ ਕੀਤੀ ਤੇ ਗੁਰੂ ਸਾਹਿਬ ਮਸਕਰਾਪੇ ਕਹਿੰਦੇ ਜਾ ਭਾਈ ਸਾਲੋ ਜਿੰਨੂੰ ਜੋ ਸਾਡਾ ਨਾਮ ਲੈ ਕੇ ਕਹਦੇਗਾ ਉਹ ਤੇਰਾ ਪੂਰੇ ਦਾ ਪੂਰਾ ਸੋ ਕਹਿਣ ਦਾ ਭਾਵ ਹੈ ਜਦੋਂ ਗੁਰੂ ਚੱਕ ਬੋ ਕੀ ਕਿਸੇ ਨੂੰ ਫੜਾ ਦਿੰਦਾ ਜਿੰਨੂੰ ਮਰਜ਼ੀ ਚੱਕ ਕੱਟ-ਕੱਟ ਲਈ ਜਾਵੇ ਜਦੋਂ ਉਹਨੇ ਇੰਨੀ ਬਖਸ਼ਿਸ਼ ਹੀ ਕਰਤੀ ਇਹ ਬਖਸ਼ਿਸ਼ ਕਿਉਂ ਹੋਈ ਉਹਨੇ ਆਪਣੇ ਸਤਿਗੁਰੂ ਨੂੰ ਖਰੀਦ ਲਿਆ ਆਪਣੇ ਅੰਦਰੋਂ ਪ੍ਰੇਮ ਦੇ ਨਾਲ ਉਹ ਐਸਾ ਉਹਨੇ ਆਪਣੇ ਅੰਦਰੋਂ ਪ੍ਰੇਮ ਪਾਇਆ ਉਹਨੇ ਕੋਈ ਆਪਣਾ ਸਵਾਰਥ ਥੋੜਾ ਕੋਈ ਸਿੱਧ ਕੀਤਾ ਉਹਨੇ ਤਾਂ ਗੁਰੂ ਘਰ ਦੀ ਸੇਵਾ ਕੀਤੀ ਹੈ ਉਹਨੇ ਗੁਰੂ ਘਰ ਵਾਸਤੇ ਜਿਹੜਾ ਨਾਮ ਵਰਤਿਆ ਉੱਥੇ ਲਾਗੇ ਜਿਹੜੇ ਪਤਵੰਤੇ ਸਨ ਹੋਰ ਵੀ ਜਿਹੜੇ ਵਿਰੋਧ ਕਰਨ ਵਾਲੇ ਸਨ ਉਹ ਸਾਰੇ ਵਿਚਾਰੇ ਵੀ ਗੱਲ ਤੇ ਪਾਈ ਹੀ ਸਿੱਧੇ ਰੋਕ ਬੈ ਕੀ ਪੁੱਠੇ ਰੋਕ ਇਸ ਤਰ੍ਹਾਂ ਹੀ ਕਹਾਣੀ ਦੇ ਉੱਤੇ ਕਹਾਣੀ ਚੱਲਦੀ ਹੈ ਵੱਡੇ ਬਾਬਾ ਜੀ ਮਹਾਰਾਜ ਇੱਥੇ ਮਾਰੇ ਪ੍ਰਤਾਪ ਸਿੰਘ ਉਹਨਾਂ ਦਾ ਉਸ ਵੇਲੇ ਬਾਬਾ ਬੱਗਾ ਸਿੰਘ ਜੀ ਮਹਾਰਾਜ ਗੁਰਗੱਦੀ ਦੇ ਉੱਤੇ ਬ੍ਰਾਂਜਮਾਨ ਸਨ ਕਬੱਡੀ ਦਾ ਉਹ ਸ਼ੌਂਕ ਰੱਖਦੇ ਸਨ ਬੜਾ ਕਿਉਂਕਿ ਜਿਹੜਾ ਇਨਸਾਨ ਜਿਸ ਤਰ੍ਹਾਂ ਦੀ ਉਹਦੀ ਇੱਛਾ ਹੁੰਦੀ ਜਿਸ ਤਰ੍ਹਾਂ ਦੇ ਉਸ ਤੇ ਸ਼ੌਂਕ ਹੁੰਦੇ ਆ ਉਹ ਹਰ ਥਾਂ ਆਪਣੇ ਸ਼ੌਂਕ ਪੂਰਨ ਕਰਨ ਪੈਂਦੇ ਆ ਬਾਬਾ ਜੀ ਮਹਾਰਾਜ ਪੰਡਾਰੇ ਦੇ ਉੱਤੇ ਆਏ ਤੇ ਪਾਰਕ ਦੇ ਵਿੱਚ ਇਹ ਪਾਰਕ ਦੇ ਵਿੱਚ ਇੱਕ ਕਬੱਡੀ ਦਾ ਮੈਚ ਸੀ। ਉੱਥੇ ਕਬੱਡੀ ਯਾਰਾਂ ਦੋਸਤਾਂ ਨੇ ਇਨਸਿਸਟ ਕੀਤਾ ਤੇ ਬਾਬਾ ਜੀ ਮਹਾਰਾਜ ਨੇ ਵੀ ਮੰਨ ਬਣਾ ਲਿਆ ਵੀ ਚਲੋ ਖੇਡ ਲੈਨੇ। ਸਾਥ ਸੰਗ ਤੋਂ ਥੋੜਾ ਜਿਹਾ ਲੇਟ ਹੋ ਗਏ। ਆਏ ਤਾਂ ਸਾਥ ਸੰਗ ਖੁੰਨ ਸੀ। ਪਾਰਕ ਦੇ ਵਿੱਚ ਗਏ ਤੇ ਕਬੱਡੀ ਦਾ ਮੈਚ ਕਬੱਡੀ ਦਾ ਮੈਚ ਵੀ ਕਿ ਰਿਹਾ ਨਾ ਗਿਆ ਉਹਨਾਂ ਨੇ। ਉੱਥੇ ਕਬੱਡੀ ਦਾ ਮੈਚ ਖੇਡਿਆ ਜਦੋਂ ਸਮਾਪਤ ਹੋਇਆ। ਇਸ ਤਰ੍ਹਾਂ ਹੀ ਉਹਨਾਂ ਜਿਹੜਾ ਹੈ ਕਿਸੇ ਕਿ ਸੇਨ ਮਹਾਰਾਜ ਤੱਕ ਸ਼ਿਕਾਇਤ ਕਰਤੀ ਬਾਬਾ ਜੀ ਮਹਾਰਾਜ 사త్సੰਗ ਦੇ ਵਿੱਚ ਪਾਲਕੀ ਸਾਹਿਬ ਦੇ ਅਗਲੇ ਬੰਨੇ ਤਖਤ ਲਗਾਉਂਦਾ ਸੀ ਉਸ ਵੇਲੇ ਉਸ ਤਖਤ ਦੇ ਉੱਤੇ ਮਹਾਰਾਜ ਬੈਠ ਕੇ 사త్సੰਗ ਕਰਨਦਿਆਂ 사త్సੰਗ ਦੀ ਸਮਾਪਤੀ ਹੋਈ ਵੱਡੇ ਬਾਬਾ ਜੀ ਮਹਾਰਾਜ ਪਿੱਛੇ ਸੰਗਤ ਦੇ ਪਿੱਛੇ ਜਾ ਕੇ ਬਹਿ ਗਏ ਕਿਉਂਕਿ ਬਾਹਰੋਂ ਗੇਟ ਦੇ ਲਾਗੋਂ ਐਂਟਰ ਕੀਤੇ ਸਾਰਿਆਂ ਤੋਂ ਪਿੱਛੇ ਬਹਿਣਾ ਸੀ ਜਦੋਂ ਬੈਠੇ ਤੇ ਬਾਬਾ ਜੀ ਮਹਾਰਾਜ ਅੱਗੇ ਧਿਆਨ ਰੱਖੀ ਬਿਠੇ ਸੀ ਵੀ ਉਹ ਆਊਗਾ ਤਾਂ ਮੈਂ ਸੱਦਣਾ ਬਾਬਾ ਜੀ ਨੇ ਜਦੋਂ ਉਹਨਾਂ ਨੂੰ ਬਾਬਾ ਜੀ ਨੂੰ ਵੇਖਿਆ ਤੇ ਦੂਰੋਂ ਹੱਥ ਐ ਕਰਕੇ ਕਹਿੰਦੇ ਵੀ ਅੱਗੇ ਆ ਜਾ ਅੱਗੇ ਸੱਦਿਆ ਤੇ ਕਹਿੰਦੇ ਬਾਬਾ ਜੀ ਨੂੰ ਬਾਬਾ ਜੀ ਦਾ ਨਾਮ ਲੈ ਕੇ ਕਹਿੰਦੇ ਯਾਰ ਤੂੰ ਤੇਰਾ ਸੁਣਿਆ ਤੇਰੀ ਕਬੱਡੀ ਬੜੀ ਵਧੀਆ ਉਹ ਕਹਿੰਦੇ ਜੀ ਬਸ ਤੁਹਾਡੀ ਦਇਆ ਹੀ ਆ ਗੱਲ ਦਾ ਫਰਕ ਪੜਾ ਨਾ ਕਹੇ ਦੋ ਵੀ ਜੋ ਵੀ ਆ ਕਹਿੰਦੇ ਵੀ ਮੈਂ ਸੁਣਿਆ ਤੂੰ ਬੜਾ ਤਕੜਾ ਪਲੇਅਰ ਕਹਿੰਦੇ ਨਹੀਂ ਜੀ ਤੁਹਾਡੀ ਦਇਆ ਆ ਹੁਣ ਜੇ ਅੱਗੋਂ ਕਹਿ ਕੇ ਆਪਣਾ ਜਦੋਂ ਨਾਂ ਕਹਿੰਦੇ ਦਇਆ ਹੁਣੀ ਹੋਵੇ ਨਾ ਝੋਲੀ ਹੱਥ ਪੈਣਾ ਹੋਵੇ ਤੇ ਕੁਛ ਨਾ ਕੁਛ ਲਬਜ ਮਾੜੇ ਖਰਵੇ ਕਹੇ ਜਾਂਦੇ ਆ ਇਹ ਜ਼ਬਾਨ ਹੈ ਅਨਸਾਨ ਦੀ ਉਥੇ ਬਾਬਾ ਜੀ ਮਹਾਰਾਜ ਨੇ ਜਦੋਂ ਇੰਨੀ ਕੀਤੀ ਤੇ ਕਹਿੰਦੇ ਭਾਈ ਸਾਨੂੰ ਵੀ ਕਬੱਡੀ ਖੇਡ ਕੇ ਵਿਖਾ ਫਿਰ ਸੰਗਤ ਦੇ ਵਿੱਚ ਐ ਰਸਤਾ ਛੱਡਿਆ ਹੁੰਦਾ ਸੀ ਉਹ ਰਸਤੇ ਦੇ ਵਿੱਚ ਕਬੱਡੀ ਕਬੱਡੀ ਕਰਦੇ ਕਰਦੇ ਦੋ ਤਿੰਨ ਵਾਰਾ ਕਬੱਡੀ ਪਾਈ ਪਾ ਕੇ ਜਦੋਂ ਬਾਬਾ ਜੀ ਮਹਾਰਾਜ ਦੇ ਤਖਤ ਦੇ ਲਾਗੇ ਆਣ ਕੇ ਮੱਥਾ ਟੇਕਿਆ ਤੇ ਬਾਬਾ ਜੀ ਨੇ ਤਿੰਨ ਥਾਪੀਆਂ ਦਿੱਤੀਆਂ ਤੇ ਕਹਿੰਦੇ ਉਹ ਜਵਾਨ ਕਦੀ ਫੜਿਆ ਵੀ ਗਿਆ ਕਦੀ ਕਹਿੰਦੇ ਜੀ ਹੁਣ ਤੱਕ ਤੇ ਤੁਹਾਡੀ ਕਿਰਪਾ ਵਾ ਅੱਗੇ ਤੁਹਾਡੀ ਮੌਜ ਹੈ ਕਹਿੰਦੇ ਜੇ ਪਿੱਛੇ ਨਹੀਂ ਫੜਿਆਗਾ ਤੇ ਗਾਮ ਨਹੀਂ ਤੂੰ ਫੜਿਆ ਜਾਏਗਾ ਉੱਥੇ ਉਹ ਥਾਪੀਆਂ ਨੇ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਜਗ੍ਹਾ ਬਥਾਤੀ ਸਤਗੁਰ ਥਾਪਤਾ ਕਹਿੰਦੇ ਇਹ ਸਤਗੁਰ ਹੱਥ ਵਢਾਈ ਕਹਿੰਦੇ ਇਹ ਸਤਗੁਰ ਦੀ ਕਿਰਪਾ ਕੁ ਕਰੇ ਕਰੇ ਨਾ ਕਰੇ ਇਹ ਉਹਦੀ ਮੌਜ ਦੀ ਗੱਲ ਹੈ ਇਹ ਇਸ ਕਰਕੇ ਗੁਰੂ ਸਾਹਿਬ ਪਰਮਉਤੇ ਕਹਿੰਦੇ ਨਾਮ ਉਤਿਆਨ ਸੁਖ ਫਲ ਪਾਉਣ ਆਠ ਪੈਰ ਅਰਾਧੇ ਕਹਿੰਦੇ ਨਾਮ ਲੈ ਕੇ ਆਪਾਂ ਛੱਡ ਦਿੰਨੇ ਆ ਨਾਮ ਨੂੰ ਅਠੇ ਪੈਰ ਘਟੋ-ਕਟ ਸਵੇਰੇ ਸ਼ਾਮ ਤੇ ਆਪਾਂ ਅਰਾਧੀਏ ਜੇ ਅਰਾਧਦੇ ਆ ਤੇ ਕਹਿੰਦੇ ਤੇਰੀ ਬਖਸ਼ ਨਾ ਮੇਟੇ ਕੋਈ ਸਤਗੁਰ ਕਾ ਦਲਾਸਾ ਹੈ ਕਹਿੰਦੇ ਤੇਰੇ ਤੇ ਉਹ ਬਖਸ਼ਿਸ਼ ਕਰੂਗਾ ਕਿ ਤੈਨੂੰ ਸਤਗੁਰ ਤੈਨੂੰ ਦਲਾਸਾ ਦਿੰਦਾ ਅੰਦਰੋਂ ਉਹ ਪਹਿਚਾਨ ਦਿੰਦਾ ਉਸ ਸ਼ਕਤੀ ਦੀ ਉਹਨੂੰ ਵੇਖ ਕੇ ਤੂੰ ਕਦੀ ਵੀ ਜਿਹੜਾ ਹੈ ਉਹ ਡੋਲ ਨਹੀਂ ਪਾਏਗਾ ਕਦੀ ਵੀ ਤੇਰੇ ਮਨ ਦੀ ਜਿਹੜੀ ਹੈ ਅਵਸਥਾ ਖਰਾਬ ਨਹੀਂ ਹੋਵੇਗੀ ਐਸੀ ਸਤਗੁਰ ਦੀ ਦਇਆ ਹੈ ਐਸੀ ਸਤਗੁਰ ਦੀ ਮੌਜ ਹੈ ਅੱਗੇ ਗੁਰੂ ਸਾਹਿਬ ਕੀ ਫਰਮਾਉਂਦੇ ਹਨ ਗਿਆਨ ਧਿਆਨ ਕਿਛ ਕਰ ਮਨਾਂ ਸਰਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਾਲ ਰੱਖੀ ਮੇਰੀ ਜਿਸਕੇ ਸਿਰ ਉਪਰ ਤੂੰ ਸਾਮੀ ਸੋ ਦੁੱਖ ਕੈਸਾ ਪਾਵੇ ਇੱਥੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਤਿਗੁਰ ਦੀ ਵਡਿਆਈ ਕਰਦੇ ਹਨ ਕਹਿੰਦੇ ਸੱਚੇ ਪਾਤਸ਼ਾਹ ਮੈਂ ਜੇ ਕਹਾਂ ਵੀ ਮੈਂ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ ਇਹਨੇ ਮੈਂ ਤੇ ਇਹੀ ਮਹਿਸੂਸ ਕਰਦਾ ਕਹਿੰਦੇ ਤੇਰੀ ਕਿਰਪਾ ਦੇ ਨਾਲ ਤੇਰੀ ਸ਼ਰਨ ਦੇ ਵਿੱਚ ਆਇਆ ਤੇਰੀ ਸ਼ਰਨ ਦੇ ਵਿੱਚ ਆ ਕੇ ਕਹਿੰਦੇ ਤੂੰ ਮੈਨੂੰ ਅਥਾ ਖਜ਼ਾਨੇ ਦਾ ਜਿਹੜਾ ਹੈ ਉਹ مالک ਬਣਾ ਕੇ ਰੱਖ ਲੇਤਾ ਕਹਿੰਦੇ ਗਿਆਨ ਇਥੇ ਕਿਸੇ ਦਾ ਕੰਮ ਨਹੀਂ ਆਉਂਦਾ ਗਿਆਨ ਕਹਿੰਦੇ ਸੋਜੀ ਤੂੰ ਦਿੱਤੀ ਸੋਜੀ ਤੂੰ ਦਿੱਤੀ ਤੇ ਕਹਿੰਦੇ ਤੇਰਾ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਤੇਰਾ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਤੇਰੀ ਸਾਰ ਸਮਝ ਲੱਗ ਗਈ ਤੇਰੇ ਉਸ ਉਸ ਪੜਾ ਦਾ ਪਤਾ ਲੱਗ ਗਿਆ ਕਿ ਸੱਚੇ ਪਾਤਸ਼ਾਹ ਇਹ ਮਨੁੱਖ ਜਾਮਾ ਜਿਹੜਾ ਹੈ ਮਿਲਿਆ ਕਿਹੜੇ ਵਾਸਤੇ ਹੈ ਤਾਂ ਹੀ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਪਰਮਾਉਂਦੇ ਹਾਂ ਕਹਿੰਦੇ ਮਾਨੁਸ਼ ਧਨਮ ਦੁਰਲੰਭ ਹੈ ਹੋਤ ਨ ਬਾਰੰਬਾਰ ਜੋ ਫਲ ਪੱਕੇ ਭੋਂ ਗਰੇ ਬੌਰ ਨ ਲਾਗੇ ਢਾਰ ਇਹਦੇ ਮਨੁੱਖ ਜਾਮਾ ਜਿਹੜਾ ਹੈ ਸਾਡੇ ਵਾਸਤੇ ਅਨਮੋਲ ਦਾਤ ਆ ਲੇਕਿਨ ਕਹਿੰਦੇ ਇਹਦੇ ਵਿੱਚ ਗੰਦੀਆਂ ਚੀਜ਼ਾਂ ਪਾ ਪਾ ਕੇ ਮੀਠ ਸ਼ਰਾਬ ਇਹਦੇ ਵਿੱਚ ਵੰਨ ਸੁਵੰਨੇ ਨਸ਼ੇ ਪਾ ਪਾ ਕੇ ਜਿਹੜਾ ਹੈ ਆਪਾਂ ਮਨ ਦੇ ਵਿੱਚ ਇਹੀ ਸੋਚ ਸੋਚਦੇ ਹਾਂ ਜਿਨ੍ਹਾਂ ਨੂੰ ਇਨਸਿਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਹੀ ਕਹਿੰਦੇ ਭਾਈ ਅਸੀਂ ਛੱਡ ਨਹੀਂ ਸਕਦੇ ਪਰ ਕਹਿੰਦੇ ਜੇ ਇਸ ਦਿਨ ਆਪਾਂ ਇਸ ਸੰਸਾਰ ਤੋਂ ਸਰੀਰ ਛੱਡਣਾ ਹੈ ਸਾਨੂੰ ਕਹਿੰਦੇ ਹਨ ਆਪਣਾ ਇਹਨਾਂ ਚੀਜ਼ਾਂ ਦਾ ਲੇਖਾ ਦੇਣਾ ਪੈਣਾ ਹੈ ਕਹਿੰਦੇ ਆਪਾਂ ਆਪਣੀ ਜ਼ੁਬਾਨ ਵਾਸਤੇ ਆਪਣੇ ਰਾਸ ਵਾਸਤੇ ਕਿਤਰਾ ਦੂਜਿਆਂ ਦੀ ਗਲਾਂ ਦੀਆਂ ਕਿਤਰਾ ਦੂਜਿਆਂ ਦੇ ਗਲਾਂ ਦੇ ਉੱਤੇ ਛੁਰੀਆਂ ਚਲਾਉਂਦੇ ਆ ਆਪਾਂ ਇਹ ਕਦੀ ਮਨ ਦੇ ਵਿੱਚ ਸੋਚ ਹੀ ਨਹੀਂ ਸੋਚੀ ਇਹ ਕਦੀ ਵਿਚਾਰ ਹੀ ਕਦੀ ਨਹੀਂ ਕੀਤਾ ਵੀ ਜਿਹੜਾ ਸਾਡਾ ਆਹਾਰ ਆ ਜਿਹੜਾ ਅਸੀਂ ਚਿਕਨ ਖਾਂਦੇ ਜਿਹੜਾ ਅਸੀਂ ਮੀਟ ਖਾਂਦੇ ਕਹਿੰਦੇ ਇਹਦਾ ਲੇਖਾ ਕਿਨੇ ਦੇਣਾ ਸਾਡੇ ਕਿਸੇ ਬੱਚੇ ਦੀ ਕੋਈ ਬਾਹ ਵੱਡ ਲਵੇ ਲੱਤ ਵੱਡ ਨਵੇ ਆਪਾਂ ਤੇ ਕਿਸੇ ਦੇ ਉਸੇ ਵੇਲੇ ਕੇਸ ਫਾਈਲ ਕਰ ਦਿੰਨੇ ਆ ਜੇ ਕੋਈ ਸਾਡਾ ਆਫੀਸਰ ਵਾਕ ਉਹ ਬੇਵਤ ਐਸੀ ਤੇ ਉਸੇ ਵੇਲੇ ਅਗਲੇ ਰੂਲ ਜਿਹੜਾ ਹੈ ਅੰਦਰ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਪੂਰੀ ਪਾਵਰ ਵਰਤ ਦਿੰਨੇ ਆ ਕਿਉਂ ਕਿ ਸਾਡੇ ਬੱਚੇ ਦੀ ਲੱਤ ਵੱਡ ਦਿੱਤੀ ਉਹਨੇ ਲੇਕਨ ਕਹਿੰਦੇ ਜਿੰਨਾ ਜੀਵਾਂ ਦੀਆਂ ਆਪਾਂ ਵੀ ਲੱਤਾਂ ਵੱਡ ਵੱਡ ਕੇ ਸ਼ਰੀਰ گوشਤ ਉਹਨਾਂ ਦਾ ਖਾ ਖਾ ਕੇ ਆਪਾਂ ਆਪਣੇ ਆਪ ਨੂੰ ਕਹਿੰਨੇ ਆ ਕਿ ਸਾਡੇ ਵਿੱਚ ਤੇ ਸਟਰੈਂਥ ਤੇ ਤਾਦੀ ਆ ਕਿ ਇਹ ਨਾਨ ਵੇਜ ਖਾਣੇ ਆ ਭਾਈ ਆਪਣੇ ਆਪ ਨੂੰ ਇਸ ਅਗਿਆਨਤਾ ਦੇ ਨੇਰੇ ਚੋਂ ਬਾਹਰ ਕੱਢੀਏ ਇਹ ਪਾਪ ਜਿਹੜਾ ਹੈ ਇਹਦਾ ਲੇਖਾ ਕਿੱਥੇ ਦੇਵਾਂਗੇ ਇਹ ਕਿੱਥੇ ਇਸਦਾ ਜਿਹੜਾ ਹੈ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਭਾਈ ਜਿੰਨਾਂ ਨੂੰ ਆਪਾਂ ਦੇਖੋ ਕਿਸੇ ਵੀ ਆਪਾਂ ਕਿਸੇ ਜੀਵ ਨੂੰ ਵੜਦੇ ਹਾਂ ਕਿਸੇ ਕਬੂਤਰ ਨੂੰ ਵੜਦੇ ਹਾਂ ਕਿਸੇ ਜਾਨਵਰ ਨੂੰ ਵੜਦੇ ਹਾਂ ਉਹਨਾਂ ਦੇ ਅੱਖਾਂ ਦੇ ਅਥਰੂ ਤਾਂ ਦੇਖੋ ਲੇਕਿਨ ਕਹਿੰਦੇ ਉਹ ਆਪਾਂ ਤੇ ਆਪਣੀ ਆਪਣੇ ਦੁੱਖ ਦਾ ਆਪਣਾ ਦੁੱਖ ਆਪਾਂ ਬਿਆਨ ਕਰ ਸਕਦੇ ਹਾਂ ਆਪਣੀ ਜ਼ੁਬਾਨ ਦੇ ਰਾਹੀਂ ਪਰ ਉਹ ਜੀਵ ਜਿਹੜੇ ਬੋਲ ਨਹੀਂ ਪਾਉਂਦੇ ਉਹਨਾਂ ਜੀਵਾਂ ਦੇ ਅਥਾਂ ਅੱਖਾਂ ਦੇ ਅਥਰੂ ਉਹਨਾਂ ਬਾਰੇ ਸਾਨੂੰ ਕਦੀ ਸਾਡੇ ਮਨ ਦੇ ਵਿੱਚ ਉਹ ਚੀਜ਼ ਜਿਹੜੀ ਹੈ ਲੱਗਦੀ ਨਹੀਂ ਸਾਨੂੰ ਕਦੀ ਵੀ ਉਹ ਚੀਜ਼ ਪਰੇਸ਼ਾਨ ਨਹੀਂ ਕਰਦੀ ਕਿ ਆਪਾਂ ਕਰਨ ਕੀ ਜਿਹੜਾ ਹੈ ਉਹ ਬੈਠੇ ਹਾਂ ਇਸ ਕਰਕੇ ਕਹਿੰਦੇ ਐ ਭਾਈ ਹੋਸ਼ ਕਰ ਹੋਸ਼ ਕਰ ਕਿਉਂਕਿ ਇਹ ਚੀਜ਼ਾਂ ਦਾ ਲੇਖਾ ਤੈਨੂੰ ਦੇਣਾ ਪੈਣਾ ਹੈ ਤਾਂ ਹੀ ਸੁਆਮੀ ਜੀ ਮਹਾਰਾਜ ਪਰਮਾਉਂਦੇ ਹਨ ਕਹਿੰਦੇ ਕਰਮ ਜੋ ਜੋ ਕਰੇਗਾ ਫਿਰ ਵਹੀ ਭੋਗਣਾ ਪਰਨਾ ਕਹਿੰਦੇ ਕਰਮ ਦੀ ਸਜ਼ਾ ਜਿਹੜੀ ਹੈ ਇਹ ਨਾ ਆਪਾਂ ਸੋਚੀਏ ਕਿ ਕਰਮ ਕਰਕੇ ਆਪ ਬਚ ਜਾਵਾਂਗੇ ਕਰਮ ਦੀ ਸਜ਼ਾ ਕਰਮ ਹੈ ਇਸ ਕਰਕੇ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਤਿਗੁਰ ਦੇ ਚਰਨਾਂ ਦਾ ਧਿਆਨ ਤਰ ਕੇ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਮੇਰੇ ਵਿੱਚ ਕੋਈ ਐਸੀ ਕੁਆਲਿਟੀ ਨਹੀਂ ਸੀ ਮੇਰੇ ਵਿੱਚ ਕੋਈ ਐਸੀ ਖੂਬੀ ਨਹੀਂ ਸੀ ਇਹ ਤੋ ਗਿਆਨ ਦਿੱਤਾ ਗਿਆਨ ਦਿੱਤਾ ਮੈਨੂੰ ਸੋਝੀ ਦਿੱਤੀ ਮੈਂ ਤੇਰਾ ਧਿਆਨ ਧਰਿਆ ਤੇਰਾ ਧਿਆਨ ਧਰਿਆ ਤੁਸੀਂ ਅੰਦਰ ਪ੍ਰਗਟ ਹੋ ਗਏ ਤੁਸੀਂ ਮੈਨੂੰ ਖਜ਼ਾਨੇ ਦਾ ਮਾਲਕ ਬਣਾ ਦਿੱਤਾ ਕਹਿੰਦੇ ਮੈਂ ਤਾਂ ਇਸ ਸਾਰ ਨੂੰ ਜਾਣਦਾ ਹੀ ਨਹੀਂ ਸੀ ਇਹਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਇਹਦੇ ਸੱਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹਦੇ ਜਿੱਦਣ ਮੈਂ ਗਿਆਨ ਲੈ ਕੇ ਧਿਆਨ ਧਰਿਆ ਧਿਆਨ ਨੂੰ ਅੰਦਰ ਪ੍ਰਗਟ ਕੀਤਾ ਤਾਂ ਕਹਿੰਦੇ ਮੇਰੀ ਤੇ ਹੈਰਾਨੀ ਦੀ ਹੱਦ ਜਿਹੜੀ ਹੈ ਉਹ ਖਤਮ ਹੋ ਗਈ ਮੈਂ ਕਦੀ ਸੋਚ ਹੀ ਨਹੀਂ ਸਕਦਾ ਵੀ ਇਸ ਤਰ੍ਹਾਂ ਦੀ ਸ਼ਕਤੀ ਇਸ ਤਰ੍ਹਾਂ ਦੀ ਤਾਕਤ ਅੰਦਰ ਜਿਹੜੀ ਹੈ ਉਹ ਵਾਸ ਕਰਦੀ ਹੈ ਇਸ ਸ਼ਕਤੀ ਨੂੰ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਉਚਾਰਨ ਕੀਤਾ ਹੈ ਤੇ ਕੀ ਫਰਮਾਉਂਦੇ ਹਨ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਕਹਿੰਦੇ ਐ ਸੱਚੇ ਪਾਤਸ਼ਾਹ ਜਿੱਦਣ ਤੇਰਾ ਨਾਮ ਲਿਆ ਜਿੱਦਣ ਤੇਰੇ ਨਾਮ ਨੂੰ ਮੈਂ ਹਿਰਦੇ ਤੇ ਧਰਿਆ ਕਹਿੰਦੇ ਮੇਰੇ ਅੰਦਰ ਦਾ ਸਾਰੀਆਂ ਮੈਲਾਂ ਜੜੀਆਂ ਹਨ ਉਤਰ ਗਈਆਂ ਨਾ ਮੇਰੀ ਕਿਸੇ ਨਾਲ ਦੁਸ਼ਮਣੀ ਨਾ ਮੇਰੀ ਕਿਸੇ ਨਾਲ ਦੋਸਤੀ ਮੈਂ ਤੇ ਇੱਕੋ ਹੀ ਸਮਝਦਾ ਜਿੱਦੜ ਨੂੰ ਵੇਖਦਾ ਹਾਂ ਤੂੰ ਹੀ ਤੂੰ ਮੈਨੂੰ ਨજર ਆਉਂਦਾ ਹੈ ਇਹ ਅਵਸਥਾ ਕਿਦਣ ਬਈ ਜਿੱਦਣ ਆਪਣੇ ਸਤਿਗੁਰ ਦੇ ਨਾਲ ਪ੍ਰੇਮ ਵੱਜ ਗਿਆ ਇੱਕ ਇੱਕ ਬਾਹਰੀ ਪਿਆਰ ਇੱਕ ਦੁਨਿਆਵੀ ਪਿਆਰ ਲੜਕੇ ਲੜਕੀ ਦਾ ਹੁੰਦਾ ਹੈ ਇੱਕ ਦੂਸਰੇ ਤੱਕ ਆਪਾਂ ਪਾਗੜ ਹੋਣ ਤੱਕ ਜਾਂਦੇ ਆ ਇੱਕ ਇੱਕ ਦੁਨਿਆਵੀ ਹੈ ਇਹ ਮਜਾਜੀ ਇਸ਼ਕ ਹੈ ਉਹ ਹਕੀਕੀ ਇਸ਼ਕ ਹੈ ਇਹਦੇ ਇਹ ਦੋਨੋਂ ਜਿਹੜੇ ਪਿਆਰ ਹੈ ਕਹਿੰਦੇ ਇਹ ਪਿਆਰ ਕਨਵਰਟ ਹੁੰਦਾ ਹੈ ਜਾ ਕੇ ਹਕੀਕੀ ਚ ਹਕੀਕੀ ਦੇ ਵਿੱਚ ਮੈਲ ਨਹੀਂ ਹੈ ਮੈਲੇ ਤਾਂ ਕੁੱਤਾ ਵੀ ਜਿਹੜਾ ਹੈ ਉਹ ਨਹੀਂ ਬੈਠਦਾ ਆਪਾਂ ਲੋਕ ਜਿਹੜਾ ਹੈ ਉਸ ਰੱਬ ਨੂੰ ਬਿਠਾਉਣਾ ਚਾਹੁੰਨੇ ਆ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਪਣੀ ਮੰਦਿਰ ਦੀ ਪਵਿੱਤਰਤਾ ਨਾਮ ਲੈਣਾ ਹੈ ਨਾਮ ਦੀ ਲੈਣ ਤੋਂ ਬਾਅਦ ਆਪਣੇ ਗੁਰੂ ਦੇ ਨਾਮ ਦੀ ਸੰਭਾਲ ਸੰਭਾਲ ਹੀ ਬੜੀ ਔਖੀ ਹੈ ਜਾਇਦਾਦ ਬਣਾਉਣੀ ਬਹੁਤ ਸੌਖੀ ਹੈ ਇਨਸਾਨ ਵਨ ਟਾਈਮ ਇੱਕ ਵਾਰ ਪੈਸਾ ਲਾ ਦਿੰਦਾ ਹੈ ਲੇਕਿਨ ਉਹਦੀ ਸੰਭਾਲ ਉਹਦੀ ਸੰਭਾਲ ਜਿਹੜੀ ਹੈ ਰੈਗੂਲਰ ਸਿਰਦਰਦੀ ਬਣੀ ਰਹਿੰਦੀ ਹੈ ਲੇਕਿਨ ਇਨਸਾਨ ਨੂੰ ਸੋਝੀ ਨਹੀਂ ਆਉਂਦੀ ਸੋਝੀ ਇਸ ਕਰਕੇ ਨਹੀਂ ਆਉਂਦੀ ਕਿ ਇਨਸਾਨ ਲੋਭ ਦੇ ਵਿੱਚ ਜਿਹੜਾ ਹੈ ਉਹ ਤੁਰਿਆ ਫਿਰਦਾ ਹੈ ਇਸ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਐ ਸੱਚੇ ਪਾਤਸ਼ਾਹ ਤੋਂ ਗਿਆਨ ਦਿੱਤਾ ਧਿਆਨ ਲਾਇਆ ਸਭ ਤੇਰੀ ਕਿਰਪਾ ਦੇ ਨਾਲ ਸਾਰਾ ਕੁਝ ਅੰਦਰ ਹਾਸਲ ਕੀਤਾ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਅੱਜ ਮਾਰੇ ਵੱਡੇ ਮਹਾਰਾਜ ਬਾਬਾ ਬੱਗਾ ਸਿੰਘ ਜੀ ਦਾ ਪੰਡਾਰਾ ਉਹਨਾਂ ਦਾ ਜਨਮ ਦਿਨ ਸਾਰੀ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਸਾਰਿਆਂ ਦੇ ਉੱਤੇ ਮਹਾਰਾਜ ਇਸੇ ਤਰ੍ਹਾਂ ਹੀ ਕਿਰਪਾ ਔਰ ਦਇਆ ਕਰਦੇ ਰਹਿਣ ਦਇਆ ਤੋਂ ਬਿਨਾਂ ਜਿਹੜਾ ਹੈ ਉਹ ਕੁਛ ਵੀ ਨਹੀਂ ਹੈ ਦਇਆ ਦੇ ਨਾਲ ਹੀ ਸਭ ਕੁਝ ਮਿਲਦਾ ਹੈ ਇਹ ਦਇਆ ਤਾਂ ਹੀ ਆਪਾਂ ਲੈ ਸਕਦੇ ਹਾਂ ਜੇ ਆਪਾਂ ਆਪਣੇ ਸਤਿਗੁਰ ਦੀ ਸ਼ਰਨ ਦੇ ਵਿੱਚ ਆਉਨੇ ਹਾਂ ਤੇ ਸ਼ਰਨ ਜਿਹੜੀ ਹੈ ਸ਼ਰਨ ਦੇ ਵਿੱਚ ਗੁਰੂ ਸਾਡਾ ਵੇਖਦਾ ਹੈ ਆਪਾਂ ਚੰਗੇ ਕੀ ਕੀਤੇ ਮਾੜੇ ਕੀ ਕੀਤੇ ਇਸ ਕਰਕੇ ਇੰਨਾ ਕਰਮਾਂ ਤੋਂ ਬਚਨ ਦੀ ਲੋੜ ਹੈ ਰੋਜ਼ ਦੀ ਰੋਜ਼ ਬਾਣੀ ਪੜ੍ਹ ਕੇ ਦੇਖੋ ਜਪਜੀ ਸਾਹਿਬ ਦੇ ਵਿੱਚ ਲਾਸਟ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਸ਼ਲੋਕ ਦੇ ਵਿੱਚ ਹੀ ਸਾਨੂੰ ਬਹੁਤ ਵੱਡੀ ਜੁਨੀਆ ਦੀ ਸਿੱਖ ਦਿੱਤੀ ਹੈ ਤੇ ਬਾਣੀ ਦੇ ਵਿੱਚ ਕੀ ਪਰਮਾਉਂਦੇ ਹਨ ਕਹਿੰਦੇ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਅੱਖਾਂ ਨਾ ਮੀਟਿਏ ਚੰਗਿਆਈਆਂ ਤੇ ਬਰਿਆਈਆਂ ਜੋ ਆਪਾਂ ਲੰਗਰ ਲਵਾਉਂਦੇ ਹਾਂ ਉਹ ਵੀ ਸਾਡੇ ਲਿਖੇ ਲੈ ਕੇ ਆ ਜਾਂਦੇ ਹਨ ਜੋ ਆਪਾਂ ਥਾਂ ਥਾਂ ਦੇ ਉੱਤੇ ਦਾਨ ਵੰਡਦੇ ਹਾਂ ਕਹਿੰਦੇ ਉਹ ਵੀ ਸਾਡੇ ਹਿੱਤ ਦੇ ਵਿੱਚ ਆ ਜਾਂਦੇ ਹੈ ਆਪਾਂ ਕਿਸੇ ਦੀ ਬੁਰਾਈ ਕਰਦੇ ਹਾਂ ਤਾਂ ਕਹਿੰਦੇ ਉਹ ਵੀ ਸਾਡੇ ਲੇਖੇ ਦੇ ਵਿੱਚ ਲਿਖੀ ਜਾਂਦੀ ਹੈ ਇਸ ਕਰਕੇ ਕਹਿੰਦੇ ਜਿਹੜਾ ਨਾਮ ਤੇ ਆਉਨੇ ਆ ਚੰਗਾ ਤੇ ਬੁਰਾ ਇਹ ਦੋਨੋਂ ਲਿਖੇ ਜਾਂਦੇ ਹਨ ਜੇ ਇਹਦੇ ਤੋਂ ਉੱਪਰ ਨਾਮ ਦੀ ਕਮਾਈ ਕਰਦੇ ਹਨ ਤਾਂ ਕਹਿੰਦੇ ਹੈ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿੰਦੇ ਇਸ ਸੰਸਾਰ ਤੋਂ ਮੁਖ ਉਜਲਾ ਆਪਣਾ ਦਾਮਨ ਸਾਫ ਸੁਥਰਾ ਕਰਕੇ ਇਸ ਸੰਸਾਰ ਤੋਂ ਜਿਹੜਾ ਹੈ ਉਹ ਲੈ ਕੇ ਚਲੇ ਜਾਵਾਂਗੇ ਇਹ ਹੀ ਜ਼ਿੰਦਗੀ ਦੇ ਵਿੱਚ ਸਭ ਤੋਂ ਮੇਨ ਮਹੱਤਵ ਗੱਲ ਹੈ ਕਿ ਇਸ ਸੰਸਾਰ ਤੋਂ ਆਪਣੇ ਆਪ ਨੂੰ ਸਾਫ ਸੁਥਰਾ ਲੈ ਚਲੀਏ ਕਿਉਂਕਿ ਅੱਗੇ ਕੋਈ ਕਰਮ ਬਣੇਗਾ ਤੇ ਫਿਰ ਕੋਈ ਅਗਲਾ ਕਰਮ ਜਿਹੜਾ ਹੈ ਉਹ ਸਾਡਾ ਫੇਰ ਬਣ ਜਾਵੇਗਾ ਇਸ ਕਰਕੇ ਆਪਣੇ ਕਰਮਾਂ ਦਾ ਪ੍ਰੇਸ਼ ਕਰੀਏ ਆਪਣੇ ਸਤਿਗੁਰ ਦੇ ਉੱਤੇ ਭਰੋਸਾ ਵਿਸ਼ਵਾਸ ਰੱਖੀਏ ਜਿੱ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਤਿਗੁਰ ਦੇ ਨਾਲ ਪ੍ਰੇਮ ਕੀਤਾ ਇਸ ਤਰ੍ਹਾਂ ਦਾ ਪ੍ਰੇਮ ਇਸ ਤਰ੍ਹਾਂ ਦੀ ਸ਼ਰਤਾ ਇਤਿਹਾਸ ਫਰੋਲ ਕੇ ਦੇਖੋ ਜਿੰਨਾ ਵਿਸ਼ਵਾਸ ਕੀਤਾ ਜਿੰਨਾ ਮਹਾਤਮਾ ਨੇ ਨੀਰਾ ਬਾਈ ਨੇ ਕੀਤਾ ਸੰਤ ਰਵੀਦਾਸ ਜੀ ਨੇ ਕੀਤਾ ਦਸਾ ਪਾਸ਼ਾੀਆਂ ਦਾ ਇਤਿਹਾਸ ਇਹ ਹੈ रामचन्द्र ਜੀ ਮਹਾਰਾਜ ਨੇ ਕੀਤਾ ਕ੍ਰਿਸ਼ਨ ਜੀ ਮਹਾਰਾਜ ਨੇ ਸਭਨਾ ਨੇ ਹੀ ਗੁਰੂ ਧਾਰਨ ਕੀਤਾ ਗੁਰੂ ਤੋਂ ਬਗੈਰ ਇੱਕ ਪਲ ਵੀ ਰਹਿਣਾ ਜਿਹੜਾ ਹੈ ਬਹੁਤ ਵੱਡੀ ਮਿਸਟੇਕ ਹੈ ਬਾਣੀ ਦੇ ਵਿੱਚ ਗੁਰੂ ਸਾਹਿਬ ਲਿਖਦੇ ਹਨ RAM KRISHAN ਤੋਂ ਕੋ ਬੜੇ ਤਿੰਨ ਹੀ ਵੀ ਗੁਰੂ ਕੀਨ ਤਿੰਨ ਲੋਕ ਕੇ ਨਾਇਕਾ ਗੁਰ ਆਗੇ ਅਦੀਨ ਕਹਿੰਦੇ ਕ੍ਰਿਸ਼ਨ ਮਹਾਰਾਜ ਔਰ ਰਾਮਚੰਦਰ ਜੀ ਮਹਾਰਾਜ ਨਰੋਲ ਵਿਸ਼ਨੂ ਦਾ ਅਵਤਾਰ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਵਨਸਵੰਨੇ ਰੂਪਾਂ ਦੇ ਵਿੱਚ ਉਹਨਾਂ ਨੇ ਆਪਣਾ ਦੁਨੀਆ ਨੂੰ ਤਾਰਨ ਆਇਆ ਹੈ ਲੇਕਿਨ ਕਹਿੰਦੇ ਗੁਰੂ ਉਹਨਾਂ ਨੂੰ ਵੀ ਤਾਰਨ ਕਰਨਾ ਪਿਆ ਗੁਰੂ ਤੋਂ ਬਗੈਰ ਨਾ ਅੱਜ ਤੱਕ ਕਿਸੇ ਨੂੰ ਰਸਤਾ ਮਿਲਿਆ ਹੈ ਨਾ ਹੀ ਅੰਦਰੋਂ ਰਸਤਾ ਮਿਲ ਸਕਦਾ ਹੈ ਇਸ ਕਰਕੇ ਸਾਨੂੰ ਵੀ ਆਪਣੇ ਸਤਿਗੁਰ ਦਾ ਧਿਆਨ ਆਪਣੇ ਸਤਿਗੁਰ ਦਾ ਨਾਮ ਲੈਣ ਤੋਂ ਬਗੈਰ ਦੁਨੀਆ ਦੇ ਵਿੱਚ ਕੋਈ ਐਸਾ ਰਾਹ ਛੁਟਕਾਰਾ ਨਹੀਂ ਹੈ ਜੇ ਆਪਾਂ ਸੋਚਦੇ ਹਈਏ ਕਿ ਬਗੈਰ ਗੁਰੂ ਤੋਂ ਮੈਂ ਤੇ ਸੈਲਫ ਭਗਤੀ ਕਰਨ ਦੀ ਕੋਸ਼ਿਸ਼ ਕਰਾਂ ਸੈਲਫ ਭਗਤੀ ਨਾ ਅਜੇ ਤੱਕ ਕਿਸੇ ਦੀ ਕੰਪਲੀਟ ਹੋਈ ਹੈ ਅੰਦਰ ਦੀ ਸ਼ਕਤੀ ਨੂੰ ਕਿੰਨੇ ਸਾਂਭਣਾ ਹੈ ਕਿੰਨੇ ਉਹਨੂੰ ਹਜਮ ਕਰਾਉਣਾ ਹੈ ਸਵਾਲ ਇਸ ਚੀਜ਼ ਦੇ ਉੱਤੇ ਹੈ ਇਸ ਕਰਕੇ ਸਾਨੂੰ ਨਾਮ ਸਾਡੇ ਵਾਸਤੇ ਬੇਹੱਦ ਜ਼ਰੂਰੀ ਹੈ ਨਾਮ ਤੋਂ ਬਿਗੈਰ ਕਦੀ ਵੀ ਹਿਰਦਾ ਖਾਲੀ ਨਹੀਂ ਹੋਣਾ ਚਾਹੀਦਾ ਤੇ ਵਿਸ਼ਵਾਸ ਵਿਸ਼ਵਾਸ ਸਾਡਾ ਆਪਣੇ ਸਤਿਗੁਰੂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਤਰਾ ਆਪਣੇ ਉਹਨਾਂ ਨੇ ਗੁਰੂ ਤੇ ਕੀਤਾ ਸਾਨੂੰ ਵੀ ਉਹੋ ਜਿਹਾ ਵਿਸ਼ਵਾਸ ਪਾਲਣਾ ਚਾਹੀਦਾ ਹੈ ਰਾਧਾ ਸਵਾਮੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ जिसके सिरोपर तू स्वामी सो दुख कैसा पावे रादास